नमस्कार दोस्तों, वेलकम टू बालाजी एजुकेशन पॉइंट। दोस्तों आज दी इस वीडियो दे विच थोड़े लिए एक नई सीरीज लेके आया, जिस दे विच मैं मैथ्स दे पुराने जिन्ने भी अपने पंजाब दे एग्जाम्स होए ने उन्ना दे बेसिस दे कुछ क्वेश्चंस डिस्कस करूंगा। दोस्तों इस सीरीज दे विच मैं मैक्सिमम क्वेश्चंस ट्राई करूंगा भी थोनू वध तों वध क्वेश्चन पंजाब दे मैथ दे रिलेटेड सोल्व करवा सका। ता इस वीडियो नू देखण तों पहला शेयर करियो मैक्सिमम इह दोस्तों अपने कोले थोड़ी प्लेलिस्ट सारी दी सारी फ्री रहेगी ते तुहानू टैलीग्राम चैनल ते इस दे लिंक मिलते जाएंगे। तो दोस्तों इस वीडियो नू वध तों वध शेयर करियो, जे तुहानू वीडियो पसंद आवे तो वीडियो नू लाइक करियो। तो दोस्तों इस वीडियो दे विच आपां की पढ़ांगे, देखो मैथ दे पुराने जिन्ने एग्जाम्स होए ने अपने कोले जिन्ने भी पंजाब दे पुराने एग्जाम्स होए ने उहनां दे विच मैथ आंदा 15 नंबर दा, 20 नंबर दा, 25 नंबर दा। तो मैथ दे विच जिहड़े क्वेश्चंस आंदे ने उहनां नू आपां ने आप किस तरीके ना सोल्व करना हुंदा वो क्वेश्चंस आपां डिस्कस करांगे, जेड़े कि थोड़े आने वाले एग्जाम्स दे विच, जिवें कि हुण पंजाब दे काफी एग्जाम्स निकले हुए ने, पटवारी दा एग्जाम आने वाला है, एक्साइज दा एग्जाम आना है, पुलिस दा एग्जाम आना है। तो जिन्हें भी एग्जाम्स आने ने दोस्तों जिस दे विच थोड़े कोले मैथ आऊगा उस एग्जाम दे लई काफी हेल्पफुल रहेगी थोड़े कोले ये सीरीज, ते असीं बिल्कुल फ्री ऑफ कॉस्ट चलावांगे। तो दोस्तों पंजाब दे जिवें कि लिखिया होया पंजाब दे पिछले पेपरां दे मैथ दे एमसीक्यूज, ते दोस्तों इस सीरीज दे विच सारे दे सारे क्वेश्चन बाईलैंगुअल होंगे। बाईलैंगुअल दा मतलब इंग्लिश दे विच लिखिया होगा नाल ही पंजाबी दे विच लिखिया होगा। ते दोस्तों ये सारे सिर्फ जेड़े यूजफुल रहेंगे पंजाब दे थोड़े सरकारी पेपरां लई, जिस दे पंजाब दे पेपर दे विच मैथ आना है उस दे लई बहुत ज्यादा बेनीफिशियल होगी। तो इस सीरीज नू मिस ना करियो, मैक्सिमम लाइक दियो, मैक्सिमम शेयर करियो तां जो सानू होर प्रेरणा मिले ते थोड़े लई होर असी सीरीज लैके आईए ਤਾਂ ਜੋ ਤੁਸੀਂ ਆਪਣੇ ਪੇਪਰ ਸਫਲ ਕਰਨ ਦੇ ਵਿੱਚ ਆਪਣੀ ਗਵਰਨਮੈਂਟ ਜੋਬ ਲੈਣ ਦੇ ਵਿੱਚ ਸਕਸੈਸ। ਕੁਐਸਚਨ ਦੇ ਉੱਤੇ ਪਹਿਲਾ ਕੁਐਸਚਨ ਹੈ, ਅ ਮੈਨ ਗੋਜ਼ ਬਾਈ ਮੋਟਰ ਬੋਟ ਅ ਸਰਟਨ ਡਿਸਟੈਂਸ ਅਪਸਟ੍ਰੀਮ ਐਟ 15 ਕਿਲੋਮੀਟਰ ਪਰ ਆਰ। ਤਾਂ ਦੋਸਤੋ ਕੋਈ ਬੰਦਾ ਆਪਣੇ ਕੋਲੇ ਅਪਸਟ੍ਰੀਮ ਜਾਂਦਾ ਹੈ 15 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ, ਜਿਵੇਂ ਕਿ ਪਹਿਲਾ ਕੁਐਸਚਨ ਹੈ ਤੁਹਾਡੇ ਕੋਲੇ ਬੋਟ ਐਂਡ ਸਟ੍ਰੀਮ ਦੇ ਵਿੱਚੋਂ। ਬੋਟ ਐਂਡ ਸਟ੍ਰੀਮ ਦੇ ਵਿੱਚੋਂ ਪਹਿਲਾ ਕੁਐਸਚਨ ਹੈ ਅਪਸਟ੍ਰੀਮ ਜਾਂਦਾ ਹੈ 15 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ, ਤੇ ਡਾਊਨਸਟ੍ਰੀਮ ਜਾਂਦਾ ਹੈ ਕਿੰਨੀ ਸਪੀਡ ਤੇ, 20 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ। ਦੋਸਤੋ ਡਾਊਨਸਟ੍ਰੀਮ ਜਾਂਦਾ ਹੈ 20 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ। ਤਾਂ ਟੋਟਲ ਟਾਈਮ ਟੇਕਨ ਫॉर द ਜਰਨੀ ਵਾਸ 7 ਆ। ਟੋਟਲ ਟਾਈਮ ਉਹਨੂੰ ਕਿੰਨਾ ਲੱਗਿਆ, ਮਤਲਬ ਜਾਣ ਤੇ ਵਾਪਸ ਆਣ ਚ ਉਹਨੂੰ ਟਾਈਮ ਲੱਗਦਾ ਹੈ 7 ਘੰਟੇ। ਫਾਈਂਡ ਦਾ ਟੋਟਲ ਡਿਸਟੈਂਸ, ਮਤਲਬ ਟੋਟਲ ਦੂਰੀ ਪਤਾ ਕਰਨੀ ਹੈ ਉਹਨੇ ਕਿੰਨੀ ਤੈਅ ਕੀਤੀ। ਇਹ ਕੁਐਸਚਨ ਦੋਸਤੋ ਤੁਹਾਨੂੰ ਬਾਈਲੈਂਗੁਅਲ ਮਿਲਣਗੇ, ਮਤਲਬ ਇੰਗਲਿਸ਼ ਤੇ ਪੰਜਾਬੀ ਚ ਮਿਲਣਗੇ। ਹੁਣ ਜਿਵੇਂ ਕਿ ਕੁਐਸਚਨ ਦੇ ਵਿੱਚ ਕਹਿੰਦਾ ਅਪਸਟ੍ਰੀਮ ਗਿਆ 15 ਕਿਲੋਮੀਟਰ ਪ੍ਰਤੀ ਘੰਟਾ ਤੇ ਡਾਊਨਸਟ੍ਰੀਮ ਗਿਆ 20 ਕਿਲੋਮੀਟਰ ਪ੍ਰਤੀ ਘੰਟਾ, ਉਸ ਤੋਂ ਬਾਅਦ ਉਹਨੇ ਟਾਈਮ ਟੇਕਨ ਫੋਰ ਦਾ ਟੋਟਲ ਜਰਨੀ ਵਾਸ 7 ਆਰ। ਸਟਾਰਟ ਕਰਦੇ ਹਾਂ ਹੁਣ ਇਸ ਕੁਐਸਚਨ ਨੂੰ। ਕੋਈ ਬੰਦਾ ਦੇਖੋ ਏ ਪੁਆਇੰਟ ਤੋਂ ਬੀ ਪੁਆਇੰਟ ਤੱਕ ਗਿਆ, ਏ ਪੁਆਇੰਟ ਤੋਂ ਬੀ ਪੁਆਇੰਟ ਤੱਕ ਗਿਆ, ਜਾਂਦੇ ਹੋਏ ਦੀ ਸਪੀਡ ਸੀ 15 ਕਿਲੋਮੀਟਰ ਪ੍ਰਤੀ ਘੰਟਾ ਤੇ ਵਾਪਿਸ ਆਇਆ, ਵਾਪਿਸ ਆਉਂਦੇ ਹੋਏ ਦੀ ਸਪੀਡ ਸੀ 20 ਕਿਲੋਮੀਟਰ ਪ੍ਰਤੀ ਘੰਟਾ। ਆਪਾਂ ਨੂੰ ਟਾਈਮ ਦਿੱਤਾ। ਹੁਣ ਦੋਸਤੋ ਆਪਾਂ ਨੇ ਡਿਸਟੈਂਸ ਪਤਾ ਕਰਨਾ, ਡਿਸਟੈਂਸ ਦਾ ਫਾਰਮੂਲਾ ਹੁੰਦਾ ਸਪੀਡ ਇੰਟੂ ਟਾਈਮ। ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ, ਸਪੀਡ ਇੰਟੂ ਟਾਈਮ। ਤਾਂ ਜੇ ਮੈਨੂੰ ਸਪੀਡ ਪਤਾ ਲੱਗ ਜੇ, ਟਾਈਮ ਮੈਨੂੰ ਪਤਾ ਹੈ, ਤਾਂ ਆਪਾਂ ਡਿਸਟੈਂਸ ਕੱਢ ਸਕਦੇ ਹਾਂ। ਤਾਂ ਦੋਸਤੋ ਸਪੀਡ ਕੱਢਣ ਲਈ ਆਪਾਂ ਨੂੰ ਐਵਰੇਜ ਸਪੀਡ ਪਤਾ ਕਰਨੀ ਪਊਗੀ। ਐਵਰੇਜ ਸਪੀਡ ਦਾ ਫਾਰਮੂਲਾ ਕੀ ਹੁੰਦਾ, 2xy ਡਿਵਾਈਡ ਬਾਏ x + y। ਜਦੋਂ ਵੀ ਦੂਰੀ ਸੇਮ ਹੋਵੇ, ਦੂਰੀ ਬਰਾਬਰ ਹੋਵੇ, ਇੱਕ ਪੁਆਇੰਟ ਤੋਂ b ਪੁਆਇੰਟ ਤੱਕ ਗਿਆ ਤੇ ਵਾਪਿਸ ਆਇਆ, ਜਦੋਂ ਵੀ ਡਿਸਟੈਂਸ ਸੇਮ ਹੋਵੇ, ਆ ਐਵਰੇਜ ਸਪੀਡ ਦਾ ਫਾਰਮੂਲਾ ਹੁੰਦਾ। ਤੇ ਜੇ ਆਪਾਂ ਇਸ ਨੂੰ ਅਪਲਾਈ ਕਰਦੇ ਹਾਂ 2 ਇੰਟੂ 15 ਇੰਟੂ b ਡਿਵਾਈਡ ਬਾਏ 15 + b, 15 ਤੇ b ਦਾ ਜੋੜ ਕਿੰਨਾ ਬਣ ਗਿਆ 35। ਹੁਣ ਆਪਾਂ ਜੇ ਇਸ ਨੂੰ ਕੱਟ ਕਰਦੇ ਹਾਂ 3 7, ਤਾਂ ਦੋਸਤੋ ਇਹ ਆ ਜਾਊਗਾ 120/7। ਆਪਣੇ ਕੋਲੇ ਸਪੀਡ ਆ ਗਈ 120/7 ਕਿਲੋਮੀਟਰ ਪ੍ਰਤੀ ਘੰਟਾ। ਟਾਈਮ ਆਪਣੇ ਕੋਲੇ ਕਿੰਨਾ ਦਿੱਤਾ ਹੋਇਆ, ਟਾਈਮ ਦਿੱਤਾ ਹੋਇਆ 7 ਆਰਸ। ਟਾਈਮ ਆਪਣੇ ਕੋਲੇ ਦਿੱਤਾ ਹੋਇਆ 7 ਆਰਸ। ਤਾਂ ਹੁਣ ਆਪਾਂ ਜੇ ਡਿਸਟੈਂਸ ਫਾਈਂਡ ਕਰਨਾ ਹੈ, ਡਿਸਟੈਂਸ ਦੀ ਵੈਲਿਊ ਸਪੀਡ ਇੰਟੂ ਟਾਈਮ, ਡਿਸਟੈਂਸ ਦੀ ਵੈਲਿਊ ਸਪੀਡ ਇੰਟੂ ਟਾਈਮ, ਤਾਂ ਡਿਸਟੈਂਸ ਕਿੰਨਾ ਆ ਗਿਆ ਦੋਸਤੋ 120 ਕਿਲੋਮੀਟਰ। ਦੂਰੀ ਕਿੰਨੀ ਆ ਗਈ, 120 ਕਿਲੋਮੀਟਰ। ਤਾਂ ਤੁਹਾਡਾ ਆਨਸਰ ਕੀ ਆ ਜਾਊਗਾ, ਡੀ ਆਪਸ਼ਨ। ਤਾਂ ਦੋਸਤੋ ਇਹ ਸੀ ਤੁਹਾਡੇ ਕੋਲੇ ਪਹਿਲਾ ਕੁਐਸਚਨ ਬੋਟ ਐਂਡ ਸਟ੍ਰੀਮ ਦੇ ਵਿੱਚੋਂ। ਨੈਕਸਟ ਚੱਲਦੇ ਆਪਾਂ ਸੈਕਿੰਡ ਕੁਐਸਚਨ ਦੇ ਉੱਤੇ। ਤਾਂ ਸੈਕਿੰਡ ਕੁਐਸਚਨ ਹੈ ਤੁਹਾਡੀ ਸਕਰੀਨ ਤੇ, ਅ ਮੈਨ ਕੈਨ ਰੋ ਅ ਸਰਟਨ ਡਿਸਟੈਂਸ ਡਾਊਨ ਸਟ੍ਰੀਮ ਇਨ 6 ਆਵਰਸ ਐਂਡ ਰਿਟਰਨ ਦਾ ਸੇਮ ਡਿਸਟੈਂਸ ਇਨ 9 ਆਵਰਸ। ਕੋਈ ਪਰਸਨ ਡਾਊਨ ਸਟ੍ਰੀਮ ਗਿਆ 6 ਘੰਟਿਆਂ ਚ ਤੇ ਵਾਪਿਸ ਆਇਆ, ਅਪਸਟ੍ਰੀਮ ਆਇਆ 9 ਘੰਟਿਆਂ ਦੇ ਵਿੱਚ। ਤਾਂ ਦੋਸਤੋ ਹੁਣ ਜਿਵੇਂ ਕਿ ਟਾਈਮ ਆਫ ਡਾਊਨ ਸਟ੍ਰੀਮ ਰੇਸ਼ੋ ਟਾਈਮ ਆਫ ਅਪਸਟ੍ਰੀਮ, ਆਪਾਂ ਨੂੰ ਟਾਈਮ ਦੀ ਰੇਸ਼ੋ ਦੇਤੀ, ਡਾਊਨ ਸਟ੍ਰੀਮ ਵੇਲੇ 6 ਘੰਟੇ ਲੱਗੇ, ਅਪਸਟ੍ਰੀਮ ਵੇਲੇ
नौ घंटे लगे। जे आप इन्हों की रेशियो बनावे रेशियो बन जूगी 2:3। हम देखो जो आप टाइम ज्यादा लगेगा, टाइम आपां कि ज्यादा लग रहा मतलब अपनी स्पीड की है स्लो है, तो जे आप टाइम घट लग रहा मतलब अपनी स्पीड की है ज्यादा। तो जी टाइम की रेशियो अपने को स्पीड की रेशियो होगी तो दोस्तों स्पीड की रेशियो कि बन जूगी 3:2, क्योंकि टाइम तो स्पीड है जी इनवर्सली प्रपोर्शनल होंगे ने। तो स्पीड की रेशियो कि बन गई 3:2। तो हम दोस्तों देखो डाउनस्ट्रीम की स्पीड कि होंगी U+V। यू अपने को बोट की स्पीड वी होंगी अपने को पानी की स्पीड, तो अपस्ट्रीम की स्पीड कि होंगी U-V। किस रेशियो के 3:2 के U+V अपने को U-V 3:2 के। अगे उन्हें क्या स्ट्रीम है 2 किलोमीटर प्रति घंटा। हम दोस्तों पानी की स्पीड देती 2 किलोमीटर प्रति घंटा। पानी की स्पीड देखो यू होंगी है कली मैन की स्पीड इन स्टिल वाटर, मैन स्पीड इन स्टिल वाटर। जे थोड़ा बोट एंड स्ट्रीम का कंसैप्ट क्लीयर है तो तुम्हें यह चीजा क्लीयर हो गई। वी की वैल्यू की होंगी है, वी अपने को होंगी है पानी की स्पीड, स्पीड ऑफ वाटर, स्पीड ऑफ वाटर। तो वी की वैल्यू अपन कि देती, वी की वैल्यू देती 2। तो दोस्तों आप पुट कर देंगे U+2 डिवाइड बाय U-2 कि 3:2। जे आप क्रॉस मल्टीप्लाई करते हैं 2 इधर गुना करा 2U+4, 3 मल्टीप्लाई करा 3U-6। तो इस जो आप 4 इधर लै जाएंगे, यू इधर लै जाएंगे, अपने को यू की वैल्यू आ जूगी 10, यू की वैल्यू आ गई थोड़े को 10, मतलब थोड़ा आंसर की आजूगा 10 किलोमीटर प्रति घंटा। तो दोस्तों ये पहले 2 क्वेश्चन थोड़े को बोट एंड स्ट्रीम के। नैक्सट चलते आप थर्ड क्वेश्चन से। थर्ड क्वेश्चन है अपने को इन एन एग्जामीनेशन अ स्टूडेंट स्कोर 4 मार्क्स फॉर एवरी करेक्ट आंसर। हर एक सही क्वेश्चन दे उन्हें 4 मार्क्स मिलते हैं एंड लोस 1 मार्क फॉर एवरी रोंग आंसर। तो हर एक रोंग आंसर का वह 1 नंबर कट जाता है, लोस का मतलब 1 नंबर कट जाता है, मतलब जो क्वेश्चन करैक्ट करता है तो उन्होंने +4 मिलते हैं, तो जो इनकोरैक्ट करता है गलत करता है क्वेश्चन तो वह -1 नंबर मिलता है, मतलब वह 1 नंबर कट जाता है। ही अटैम्प्ट ऑल द 200 क्वेश्चन, मतलब नंबर ऑफ क्वेश्चन देते, नंबर ऑफ क्वेश्चन अपने को किन्ने ने 200, नंबर ऑफ क्वेश्चन ने 200 एंड स्कोर 200 मार्क्स, तो टोटल मार्क्स किन्ने ने अपने को 200, टोटल मार्क्स अपने को आए ने स्टूडेंट दे 200। फाइंड द नंबर ऑफ क्वेश्चन ही आंसर करैक्टली, तो उस स्टूडेंट के किन्ने क्वेश्चन करैक्ट ने। तो दोस्तों इस टाइप का क्वेश्चन तुम बाय ऑप्शन भी चक सकते हो या फिर इक्वेशन बना सकते हो। पहला मैं बाय ऑप्शन दसदा, जिमें कि 80 ऑप्शन है, 80 ऑप्शन मान लो वे करैक्ट ने, तो इनकोरैक्ट किन्ने हो गए 200 चो 80 माइनस कर देंगे इनकोरैक्ट किन्ने हो गए 120। जे 80 करैक्ट ने तो इनकोरैक्ट किन्ने हो गए 120। हम देखो हर एक करैक्ट मार्क, हर एक करैक्ट क्वेश्चन के 4 मार्क्स मिलते हैं, मतलब उन्होंने किन्ने मार्क्स मिल गए 320। हर एक इनकोरैक्ट मार्क हर क्वेश्चन के -1 नंबर मिलता है तो उन्होंने किन्ने नंबर मिल गए -120। तो 320 चो जे मैं 120 घटा दूंगा वो किन्ने मार्क्स आए दोस्तों, 200 मार्क्स आए, वो किन्ने मार्क्स आ जाएंगे 200। एसी मैथड जे मैं बाय ऑप्शन करना है। हूँ जे मैं मैथड लगावा, जे मैं मैथड लगावा दोस्तों भी अपने ऑप्शन राही चलना है। जे आप मैथड लाइए डायरैक्ट इक्वेशन बना के चलेंगे तो इक्वेशन देखो की बनूगी, 200 क्वेश्चन ने मान लो मेरे एक्स करैक्ट होंगे ने, मेरे एक्स करैक्ट होंगे ने तो मेरे इनकोरैक्ट किन्ने हो गए 200 माइनस एक्स, 200 माइनस एक्स। हूँ करैक्ट मार्क्स के अपने को करैक्ट क्वेश्चन के 4 मार्क्स ने तो 4x प्लस, इनकोरैक्ट मार्क क्वेश्चन के -1 नंबर ने तो -1 × 200 - x इजिकल टू टोटल मार्क्स किन्ने आए 200। करैक्ट मार्क्स इनकोरैक्ट मार्क्स टोटल मार्क्स किन्ने आए अपने को 200। तो दोस्तों 4x इनू जो आप सोल्व करा -200 + x = 200, तो यह अपने को बन जूगा 5x = -200 इधर आके प्लस का हो जूगा 400। एक्स की वैल्यू थोड़े को आजूगी 80, मतलब किन्ने क्वेश्चन करैक्ट ने, 80 क्वेश्चन करैक्ट ने। तो दोस्तों ये थोड़े को थर्ड क्वेश्चन। नैक्सट चलते आप फोर्थ क्वेश्चन से। फोर्थ क्वेश्चन है थ्रो एन इनलैट, इनलैट पाइप मतलब जी कि फिल कर रही है, किसी टैंक फिल कर रही है,
अटैम्प टेक्स 8 आवर टू गेट फिल्ड अप, 8 घंटे दे विच फुल हो जांदा। तां देखो एक ए पाइप है जेड़ी की 8 घंटे च फुल कर दिंदी है, 8 घंटे च फुल कर दिंदी है। ड्यू टू लीक इन द बॉटम इट टेक 2 आवर मोर टू गेट इट फिल्ड कंप्लीटली। एक लीक हो गया, एक लीक हो गया मतलब हुन भरन वाली पाइप तां काम कर रही सी, नाल एक खाली करन वाली पाइप काम करन लगी, ते हुन 2 घंटे ज्यादा लगदे ने। मतलब जे मैं 8 च 2 जोड़ दूंगा, 8 च 2 जोड़ के अपने कोले किन्ने घंटे लगदे ने, 10 घंटे। तां हुन दोस्तों आपां ने पता करना है वी टैंक इज फुल, जदों टैंक फुल होवे तां किन्ना टाइम लगूगा एम्प्टी होण नूं, किन्ना टाइम लगूगा एम्प्टी होण नूं। हुन इस क्वेश्चन दा अपने कोले टाइम एंड वर्क दे नाल सेम कंसेप्ट हुंदा है। सब तो पहला आपां एलसीएम लवांगे, अपने कोले उरे एलसीएम लैणे हुंदे आ, इह जिहड़ा एलसीएम होगा इह हुंदा टोटल वर्क, पूरा काम। 8 ते 10 ਦਾ LCM ਲਾਉਂਗੇ, 8 ਤੇ 10 ਦਾ LCM ਆ ਜਾਊਗਾ ਦੋਸਤੋ ਤੁਹਾਡੇ ਕੋਲੇ 40। 8 ਤੇ 10 ਦਾ LCM ਆ ਗਿਆ 40। ਹੁਣ ਆਪਾਂ 1 ਘੰਟੇ ਦਾ ਕੰਮ ਕੱਢ ਲਾਂਗੇ। ਦੇਖੋ 8 ਘੰਟੇ 'ਚ 40 ਲੀਟਰ ਪਾਣੀ ਭਰਦਾ, ਮੰਨ ਲਓ 8 ਘੰਟੇ 'ਚ 40 ਲੀਟਰ ਪਾਣੀ ਭਰਦਾ ਤਾਂ 1 ਘੰਟੇ 'ਚ ਕਿੰਨਾ ਭਰੂਗਾ? 5 ਲੀਟਰ। ਇਹ 10 ਘੰਟੇ 'ਚ 40 ਲੀਟਰ ਭਰਦਾ ਤਾਂ 1 ਘੰਟੇ 'ਚ ਕਿੰਨਾ ਭਰੂਗਾ? 4 ਲੀਟਰ। 1 ਘੰਟੇ 'ਚ ਕਿੰਨਾ ਭਰੂਗਾ ਦੋਸਤੋ ਆਪਣੇ ਕੋਲੇ? 4 ਲੀਟਰ। ਹੁਣ ਨੈਕਸਟ ਚੱਲਦੇ ਆ। ਦੇਖੋ A ਮਾਈਨਸ B ਕਿਸ ਦੇ ਬਰਾਬਰ ਆ ਗਿਆ? 4 ਦੇ। ए माइनस बी 4 ਦੇ ਬਰਾਬਰ ਆ ਗਿਆ, ਜਿਸ ਦੇ ਵਿੱਚੋਂ ਏ ਦੀ ਵੈਲਿਊ 5 ਹੈ, ਤਾਂ ਬੀ ਦੀ ਵੈਲਿਊ ਤੁਹਾਡੇ ਕੋਲੇ ਆ ਜਾਊਗੀ ਦੋਸਤੋ -1। ਬੀ ਦੀ ਵੈਲਿਊ ਆ ਜਾਊਗੀ ਆਪਣੇ ਕੋਲੇ, ਬੀ ਦੀ ਵੈਲਿਊ ਆ ਜਾਊਗੀ 1। ਮਤਲਬ ਬੀ ਹੈ ਜਿਹੜਾ 1 ਲੀਟਰ ਪਾਣੀ ਕੀ ਕਰਦਾ? ਖਾਲੀ ਕਰਦਾ। ਬੀ ਆਪਣੇ ਕੋਲੇ ਐਮਪਟੀ ਕਰ ਰਿਹਾ, ਤਾਂ ਬੀ 1 ਘੰਟੇ ਦੇ ਵਿੱਚ, ਬੀ 1 ਘੰਟੇ ਦੇ ਵਿੱਚ 1 ਲੀਟਰ ਖਾਲੀ ਕਰਦਾ। ਹੁਣ ਟੋਟਲ ਕਪੈਸਿਟੀ ਕਿੰਨੀ ਹੈ? 40। ਤਾਂ ਆਪਣੇ ਕੋਲੇ ਟਾਈਮ ਕਿੰਨਾ ਲੱਗੂਗਾ? टाइम ਕੱਢਣ ਦਾ ਫਾਰਮੂਲਾ ਕੀ ਹੁੰਦਾ? ਟੋਟਲ ਵਰਕ 1 ਡੇ ਵਰਕ, ਜਾਂ ਆਪਾਂ ਕਹਿ ਸਕਦੇ ਆ 1 ਆਵਰ ਵਰਕ। ਟੋਟਲ ਵਰਕ 40, 1 ਆਵਰ ਵਰਕ 1, ਤਾਂ ਕਿੰਨੇ ਘੰਟੇ ਲਊਗਾ? 40 ਘੰਟੇ ਲਊਗਾ ਆਪਣੇ ਕੋਲੇ ਟੈਂਕ ਨੂੰ ਖਾਲੀ ਕਰਨ ਦੇ ਵਿੱਚ। ਤਾਂ ਦੋਸਤੋ ਇਹ ਕੁਐਸਚਨ ਜੀ ਆਪਣੇ ਕੋਲੇ ਪਾਈਪ ਐਂਡ ਸਿਸਟਮ ਦੇ ਵਿੱਚ। ਨੈਕਸਟ ਚੱਲਦੇ ਆ 5th ਕੁਐਸਚਨ ਤੇ। ਸੇਮ ਪਾਈਪ ਐਂਡ ਸਿਸਟਮ ਦੇ ਵਿੱਚ ਉਹ ਕੁਐਸਚਨ ਹੈ। ਆ ਸਿਸਟਮ ਹੈਜ਼ 3 ਪਾਈਪ A B C। ਪਾਈਪ A B ਕੈਨ ਫਿਲ ਇਟ ਇਨ 3 ਆਰ ਐਂਡ 4 ਆਰ। Why 5C can empty the completely filled cistern in 1 hour? तो दोस्तों की कह रहे हैं, A पाइप भर दी है 3 घंटे च, B पाइप भर दी है 4 घंटे च, ते C पाइप खाली कर दी है किन्ने घंटे दे विच? 1 घंटे दे विच। हुण C दा काम मैं माइनस लेके चलूंगा, क्योंकि C की कर रही है? खाली कर रही है। फिर वही तरीका, एलसीएम लवांगे, एलसीएम आ गया 12, 1 घंटे दा काम 4, 12 ਨੂੰ 3 ਤੇ ਡਿਵਾਈਡ ਕੀਤਾ 4, 12 ਨੂੰ 4 ਤੇ ਡਿਵਾਈਡ ਕੀਤਾ 3, 12 ਨੂੰ 1 ਤੇ ਡਿਵਾਈਡ ਕੀਤਾ -12। -12 ਕਿਉਂ? ਕਿਉਂਕਿ ਇਹ ਖਾਲੀ ਕਰ ਰਹੀ ਹੈ। ਹੁਣ ਦੋਸਤੋ ਕਹਿੰਦਾ ਦੀਸ ਪਾਈਪਸ ਆਰ ਓਪਨਡ ਇਨ ਆਰਡਰ ਐਟ 3 ਪੀਐਮ, 4 ਪੀਐਮ ਐਂਡ 5 ਪੀਐਮ ਰਿਸਪੈਕਟਿਵਲੀ। ਮਤਲਬ ਮੈਨੇ ਪਹਿਲੀ ਪਾਈਪ 3 ਵਜੇ ਚਲਾਈ, ਆਹ ਪਾਈਪ ਮੈਨੇ 3 ਵਜੇ ਚਲਾਈ, ਆਹ ਪਾਈਪ ਮੈਨੇ 4 ਵਜੇ ਚਲਾਈ, ਤੇ ਆਹ ਪਾਈਪ ਮੈਨੇ 5 ਵਜੇ ਚਲਾਈ। ਤਾਂ ਦੋਸਤੋ ਸਭ ਤੋਂ ਪਹਿਲਾਂ ਟਾਈਮ ਬਰਾਬਰ ਕਰਨਾ। ਦੇਖੋ ਆਹ ਪਾਈਪ ਹੈ ਜਿਹੜੀ 3 ਤੋਂ 5 ਕੱਲੀ ਚੱਲੂਗੀ, 3 ਤੋਂ 5 ਮਤਲਬ 2 ਘੰਟੇ ਹੋ ਗਏ, 1 ਘੰਟੇ 'ਚ 4 ਲੀਟਰ ਭਰਦੀ ਹੈ, ਤਾਂ 2 ਘੰਟੇ 'ਚ ਕਿੰਨਾ ਭਰ ਦੂਗੀ? 8। ਇਹ ਪਾਈਪ 4 ਤੋਂ 5 ਕੱਲੀ ਚੱਲੂਗੀ, 4 ਤੋਂ 5 1 ਘੰਟਾ ਹੋ ਗਿਆ, 1 ਘੰਟੇ 'ਚ 3 ਲੀਟਰ ਭਰਦੀ ਹੈ, ਤਾਂ ਕਿੰਨਾ ਭਰ ਗਿਆ? 3 ਲੀਟਰ। ਮਤਲਬ ਟੋਟਲ ਕਪੈਸਿਟੀ ਕਿੰਨੀ ਫਿੱਲ ਹੋ ਗਈ? 11 ਲੀਟਰ ਕਪੈਸਿਟੀ ਟੈਂਕ ਦੇ ਵਿੱਚ ਫਿੱਲ ਹੋ ਗਈ। ਹੁਣ ਦੋਸਤੋ ਜਦੋਂ ਤਿੰਨੋਂ ਚੱਲਣਗੀਆਂ, ਦੋਸਤੋ ਜਦੋਂ ਤਿੰਨੋਂ ਚੱਲਣਗੀਆਂ, 4 ਪਲੱਸ 3 -12 ਮਤਲਬ ਕਿੰਨਾ ਕੰਮ ਹੋ ਰਿਹਾ? -5 ਮਤਲਬ ਟੈਂਕ ਕੀ ਹੋ ਗਿਆ? ਖਾਲੀ ਹੋਣਾ ਸ਼ੁਰੂ ਹੋ ਗਿਆ। ਤਾਂ ਭਰਿਆ ਕਿੰਨਾ ਹੋਇਆ? 11 ਲੀਟਰ। ਖਾਲੀ ਕਿੰਨਾ ਹੁੰਦਾ 1 ਘੰਟੇ 'ਚ? -5। ਤਾਂ 11 ਵਟਾ -5, ਇਹਨੂੰ ਜੇ ਤੁਸੀਂ ਸੋਲਵ ਕਰ ਲਓਗੇ, 2 ਘੰਟੇ 12 ਮਿੰਟ ਦੇ ਵਿੱਚ ਤੁਹਾਡੇ ਕੋਲੇ ਟੈਂਕ ਪੂਰੇ ਦਾ ਪੂਰਾ ਕੀ ਹੋ ਜਾਊਗਾ? ਖਾਲੀ ਹੋ ਜਾਊਗਾ। 2 ਘੰਟੇ 12 ਮਿੰਟ ਦੇ ਵਿੱਚ ਸਾਰਾ ਟੈਂਕ ਖਾਲੀ ਹੋ ਜਾਊ। ਤਾਂ ਹੁਣ 5 ਵਜੇ ਦੇ ਵਿੱਚ ਜੇ ਆਪਾਂ 2 ਘੰਟੇ 12 ਮਿੰਟ ਜੋੜ ਦਾਂਗੇ, ਤਾਂ ਆਪਣਾ ਆਨਸਰ ਕੀ ਆ ਜਾਊਗਾ? 7:12 ਪੀਐਮ। 7:12 ਮਿੰਟ ਤੇ ਤੁਹਾਡਾ ਜਿਹੜਾ ਸਾਰਾ ਟੈਂਕ ਹੈ ਉਹ ਕੀ ਹੋ ਜਾਊਗਾ? ਆਪਣੇ ਕੋਲੇ ਐਮਪਟੀ ਹੋ ਜਾਊਗਾ। ਨੈਕਸਟ ਚੱਲਦੇ ਹਾਂ 6th ਕੁਐਸਚਨ। 6th ਕੁਐਸਚਨ ਹੈ ਦ ਡਿਫਰੈਂਸ ਬਿਟਵੀਨ ਦ ਏਜ ਆਫ ਮੀਨਾ ਐਂਡ ਸੀਮਾ ਇਜ਼ 3 ਈਅਰ। ਮੀਨਾ ਤੇ ਸੀਮਾ ਦੀ ਜਿਹੜੀ ਏਜ ਦਾ ਡਿਫਰੈਂਸ ਹੈ ਉਹ ਕਿੰਨੇ ਸਾਲ ਦਾ ਫਰਕ ਹੈ? 3 ਸਾਲ ਦਾ। ਐਂਡ ਰੇਸ਼ੋ ਬਿਟਵੀਨ ਦੀਅਰ ਏਜ ਇਜ਼ 7:8। ਤੇ ਇਹਨਾਂ ਦੋਹਾਂ ਦੀ ਜਿਹੜੀ ਏਜ ਦੀ ਰੇਸ਼ੋ ਹੈ ਕਿੰਨੀ ਹੈ? 7:8। ਤਾਂ ਦੋਸਤੋ ਏਜਿਸ ਦਾ ਕੁਐਸਚਨ ਹੈ, ਬੇਸਿਕ ਕੁਐਸਚਨ ਹੈ। ਦੇਖੋ 7:8 ਹੈ, ਇਹਨਾਂ 'ਚ ਕਿੰਨੀ ਰੇਸ਼ੋ ਦਾ ਫਰਕ ਹੈ? 1 ਰੇਸ਼ੋ ਦਾ ਫਰਕ ਹੈ। ਤੇ ਕਿੰਨੇ ਸਾਲਾਂ ਦਾ ਫਰਕ ਹੈ? 3 ਸਾਲਾਂ ਦਾ। ਮਤਲਬ 1 ਰੇਸ਼ੋ 3 ਸਾਲਾਂ ਦੇ ਬਰਾਬਰ ਹੋ ਗਈ, ਤਾਂ ਇਹਦੀ ਵੈਲਿਊ ਕਿੰਨੀ ਆ ਜਾਊਗੀ? 7 × 3 21 ਸਾਲ।
एदी वैल्यू किन्नी आ जाऊगी 8 गुना 3 24 साल, मतलब दोहां दी उम्र आ गई एदी 21 साल एदी 24 साल। व्हाट इज द सम ऑफ देयर एज, दोहां दी एज दा जोड़ दसो। तां 21 ते 24 जे आपां जोड़ कर दांगे, 21 ते 24 दा जोड़ किन्ने साल हो जाऊगा, 45 साल। तां आंसर की आ गया तुहाडे कोले सी ऑप्शन, बेसिक क्वेश्चन सी है एजिस दे विचों। इस तरह दे क्वेश्चन पंजाब दे विच बहुत आंदे ने, ता जिम्मे कि मैंने तुम्हें दसा सी लास्ट ईयर के जिस तरीके के भी क्वेश्चन आते हैं, तो कुछ नए पैटर्न के क्वेश्चन लैके आवेंगे जिस नाल तुहानू पंजाब दे एग्जाम क्लीयर करन च बहुत हैल्प मिलेगी। जे थोड़े मैथ चो नंबर कटते हैं तो तुम ये फ्री वाली सीरीज देख लो, देखो फ्री च सीरीज दे रहा, फ्री वाली सीरीज देख लो, थोड़े मैथ च बहुत इंप्रूवमेंट हो जाऊगी, मैथ चो नंबर कटने बंद हो जाएंगे। तो दोस्तों नैक्सट चलते हैं अगले क्वेश्चन। 7 ईयर एगो द एजिज ऑफ ए एंड बी वर इन द रेशियो 4:5। देखो आपने को प्रेजेंट एज है, प्रेजेंट एज मतलब हुण दी उम्र, जे आपां इस तो 7 साल पिछे जाइए ए ते बी दी जिहड़ी उम्र है दी रेशियो है वह किन्नी होगी, 4:5। 7 ईयर हैंस, 7 साल अगे दे विल बी इन द रेशियो 5:6, दोहां दी जिहड़ी रेशियो है किन्नी रेशियो हो जाऊगी, 5:6। प्रेजेंट एज ऑफ बी इज, किस दी उम्र पता करनी है मैंने, बी दी वर्तमान उम्र, बी दी प्रेजेंट एज पता करनी है। तो दोस्तों इस क्वेश्चन नु किवें सॉल्व करना है, देखो पहला रेशियो दा डिफरेंस देखो, उरे 4 सी उरे 5, किन्नी रेशियो दा फर्क है, 1:5 दा। उरे 5 सी उरे 6, उरे भी किन्नी रेशियो दा फर्क है, 1:5 दा। जे हे रेशियो दा डिफरेंस अपने कोले सेम होवे, रेशियो दा डिफरेंस अपने कोले सेम होवे तां किवें करना है, देखो 1:5 दा फर्क है, किन्ने सालों का फर्क है, 7 साल का आ फर्क हो गया, 7 साल का फर्क आ हो गया, टोटल किन्ने सालों का फर्क है, 14 सालों का, मतलब 1:5 थोड़े को लेकर बराबर आ गई 14 साल दे। तो इतों आप बी की उम्र कट सकते हैं, बी की उम्र देखो उरे 5:5 है, जे 1:14 साल के बराबर है तो 5:5 कि हो जाऊगी, 5 × 14 = 70 साल, मतलब बी की उम्र थोड़े को उरे कि आ गई 70 साल। तो दोस्तों जी ये उम्र है यह 7 साल पहला की है, मतलब 7 साल पहला वह 70 साल का सी, तो बी हुण किन्ने साल का हो जाऊगा, 70 + 7, टोटल बी की उम्र किन्ने साल आ जाऊगी, 77 साल। तो आंसर अपने को आ गया डी ऑप्शन। दोस्तों क्वेश्चन कोई औखा नहीं होता, बस थोड़े कंसैप्ट क्लीयर हो गए। नैक्सट चलते आप अगले क्वेश्चन से। नैक्सट क्वेश्चन है अ सम एट सिंपल इंटरस्ट बिकम 6 fold at 5% पर एन। कोई भी अपने को रुपये सिंपल इंटरस्ट से मतलब साधारण ब्याज से 6 गुना हो जाता है, किन्ने गुना हो जाता है दोस्तों, 6 गुना हो जाता है, 5% अपने को साल का ब्याज है। एट वट रेट द सम बिकम्स 12 fold इन सेम टाइम, बराबर टाइम के 12 गुना करवाना है, 12 गुना करवाना है सेम टाइम के। देखो प्रिंसीपल भी सेम है अपने को, टाइम भी सेम है, सिर्फ अपने को मनी की है, पहला 6 टाइम्स हो रही थी, हुण किन्ने टाइम्स हो रही है, 12 टाइम्स हो रही है। देखो दोस्तों मैंने बैंक के 100 रुपया जमा करवाया, 100 रुपया जमा करवाया, मैंने 600 रुपया मिलिया, तो मेरा ब्याज कितना होया, देखो मैंने बैंक के 100 रुपया जमा करवाया, मैं 600 रुपया वापिस मिलिया, 600 रुपया वापिस मिलिया, हूँ ये जो ब्याज है वह तो 500 रुपया ही है, ब्याज किन्ने रुपये है, 500 रुपया, क्योंकि 100 रुपया तो मेरा खुद का जो जमा करवाया होया सी वो है, तो मेरा 500 रुपया ब्याज का किन्ने परसेंट से लगता है दोस्तों, 5% से, मेरा 500 रुपया ब्याज किन्ने परसेंट से लग रहा है, 5% से, मतलब मेरा 5% 500 के बराबर आ गया, तो जे मैं 1% कढ़ूंगा मेरा कितना आ जाऊगा, 100, 1% के अकॉर्डिंग मेरा कितना ब्याज लगना सी, 100 रुपया। हुण एक मैंने 12 गुना कराना है, 12 गुना कराना है, मतलब 100 का मैंने 1200 रुपया बनाना है, तो मेरा जो ब्याज है वह किन्ने रुपये होगा, 1200 चो 100 घटा दो, मतलब मेरा ब्याज है जो किन्ने रुपये का होगा, 1100 रुपये का। हुण जे 100 रुपये का ब्याज 1% से लग रहा है तो 1100 का ब्याज किन्ने परसेंट से लगू, देखो उरे 11 नाल गुना हो गया तो उरे भी 11 नाल गुना कर दो, तो किन्ना परसेंट ब्याज से लगूगा, 11% से। तो आंसर की आ गया अपना डी ऑप्शन, डी ऑप्शन अपने को आंसर। नैक्सट चलते हैं अगले क्वेश्चन से। 9th क्वेश्चन की कहता है क्रिया डिपोजिट एन अमाउंट ऑफ 65,800, क्रिया ने 65,800 रुपया जमा करवाया सिंपल इंटरस्ट से साधारण ब्याज से, एट द रेट ऑफ 14% पर एनम, किन्ने ब्याज से, 14% पर ब्याज से, किन्ने साल, 14 साल, टोटल अमाउंट विल क्रिया गैट एट द एंड ऑफ 4 ईयर। इस क्वेश्चन बेसिक फॉर्मूले कट सकते हो,
ਜਿਵੇਂ ਕਿ ਇੰਟਰਸਟ ਦਾ ਫਾਰਮੂਲਾ ਆਉਂਦਾ ਸਿੰਪਲ ਇੰਟਰਸਟ PRT/100 ਤਾਂ ਇੱਥੋਂ ਤੁਹਾਡਾ ਇੰਟਰਸਟ ਆ ਜਾਊਗਾ P ਦੀ ਵੈਲਿਊ ਆਪਣੇ ਕੋਲੇ 65800 ਗੁਣਾ R ਦੀ ਵੈਲਿਊ ਆਪਣੇ ਕੋਲੇ 14 ਗੁਣਾ T ਆਪਣੇ ਕੋਲੇ 4/100 ਇਸ ਨੂੰ ਕੈਲਕੂਲੇਟ ਕਰਕੇ ਤੁਹਾਡੇ ਕੋਲੇ I ਦੀ ਵੈਲਿਊ ਆ ਜਾਊਗੀ I ਦੀ ਵੈਲਿਊ ਜਿੰਨੀ ਵੀ ਆ ਜਾਊਗੀ ਉਸ ਦੇ ਵਿੱਚ ਤੁਹਾਡੇ ਕੋਲੇ ਅਮਾਊਂਟ ਦੇ ਵਿੱਚ ਕੀ ਹੋਊਗਾ ਪ੍ਰਿੰਸੀਪਲ ਪਲੱਸ ਇੰਟਰਸਟ ਜਿੰਨਾ ਵੀ ਤੁਹਾਡੇ ਕੋਲੇ ਇੰਟਰਸਟ ਆਊਗਾ ਉਸ ਨੂੰ ਪ੍ਰਿੰਸੀਪਲ 'ਚ ਜੋੜ ਦਿਓ ਆਪਣੇ ਕੋਲੇ ਆਪਣਾ ਆਨਸਰ ਆ ਜਾਊਗਾ ਇਹ ਆਨਸਰ ਤੁਹਾਡੇ ਕੋਲੇ ਬਣੂਗਾ 10/26/48 ਇਸ ਕੁਐਸਚਨ ਨੂੰ ਕੈਲਕੂਲੇਟ ਕਰਕੇ ਆਨਸਰ ਸੋਲਵ ਕਰਕੇ ਦੇਖਿਓ ਤੁਹਾਡੇ ਕੋਲੇ A ਆਪਸ਼ਨ ਆਨਸਰ ਬਣੂਗੀ ਤਾਂ ਦੋਸਤੋ ਇਹ ਸੀ ਤੁਹਾਡੇ ਕੋਲੇ 9th ਕੁਐਸਚਨ ਇਹ ਸਾਰਾ ਕਨਸੈਪਟ ਸੀ ਨੈਕਸਟ ਚੱਲਦੇ ਆ ਅਗਲੇ ਕੁਐਸਚਨ ਤੇ ਦੇਖੋ ਨੈਕਸਟ ਕੁਐਸਚਨ ਕੀ ਕਹਿੰਦਾ 150 ਮੀਟਰ ਲੌਂਗ ਟ੍ਰੇਨ ਰਨਿੰਗ ਵਿਦ ਦਾ ਸਪੀਡ ਆਫ 90 ਕਿਲੋਮੀਟਰ ਪ੍ਰਤੀ ਘੰਟਾ ਟੂ ਕ੍ਰੋਸ ਅ ਬ੍ਰਿਜ ਇਨ 26 ਸੈਕਿੰਡ ਆਪਣੇ ਕੋਲੇ 150 ਮੀਟਰ ਲੰਬੀ ਟ੍ਰੇਨ ਹੈ ਜਿਹੜੀ ਕਿ ਸਪੀਡ ਕਿੰਨੇ ਤੇ ਭੱਜਦੀ ਹੈ 90 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਭੱਜਦੀ ਹੈ ਤੇ ਇੱਕ ਬ੍ਰਿਜ ਨੂੰ ਕ੍ਰੋਸ ਕਰ ਲੈਂਦੀ ਹੈ ਕਿੰਨੇ ਸੈਕਿੰਡ ਦੇ ਵਿੱਚ 26 ਸੈਕਿੰਡ ਦੇ ਵਿੱਚ ਮਤਲਬ ਆਪਣੇ ਕੋਲੇ ਟ੍ਰੇਨਸ ਦਾ ਕਨਸੈਪਟ ਆ ਗਿਆ ਹੁਣ ਇਸ ਕਨਸੈਪਟ ਦੇ ਵਿੱਚ ਫਾਰਮੂਲਾ ਉਹੀ ਲੱਗੂਗਾ ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ ਤਾਂ ਦੋਸਤੋ ਆਪਣੇ ਕੋਲੇ ਟ੍ਰੇਨ ਹੈ ਜਿਸ ਦੀ ਲੰਬਾਈ ਹੈ 150 ਮੀਟਰ ਸਪੀਡ ਦੇਤੀ ਆਪਣੇ ਕੋਲੇ 90 ਕਿਲੋਮੀਟਰ ਪ੍ਰਤੀ ਘੰਟਾ ਜਿਸ ਨੂੰ ਆਪਾਂ ਕਨਵਰਟ ਕਰ ਲਾਂਗੇ ਮੀਟਰ ਪਰ ਸੈਕਿੰਡ ਚ 5/18 ਨਾਲ ਗੁਣਾ ਕਰਕੇ 1 ਕਿਲੋਮੀਟਰ ਪਰ ਆਰ ਚ ਕਿੰਨੇ ਮੀਟਰ ਪਰ ਸੈਕਿੰਡ ਹੁੰਦੇ ਨੇ 5/18 ਇਹਨੂੰ ਜੇ ਆਪਾਂ ਕੱਟਾਂਗੇ ਆ ਜਾਊਗਾ 25 ਮੀਟਰ ਪਰ ਸੈਕਿੰਡ ਸਪੀਡ ਆ ਗਈ 25 ਮੀਟਰ ਪਰ ਸੈਕਿੰਡ ਇੱਕ ਬ੍ਰਿਜ ਨੂੰ ਕ੍ਰੋਸ ਕਰਦੀ ਹੈ ਕੋਈ ਬ੍ਰਿਜ ਹੈ ਆਪਣੇ ਕੋਲੇ ਕੋਈ ਬ੍ਰਿਜ ਬਣਿਆ ਹੋਇਆ ਇਸ ਨੂੰ ਕ੍ਰੋਸ ਕਰਦੀ ਹੈ ਕਿੰਨੇ ਸੈਕਿੰਡ ਦੇ ਵਿੱਚ 26 ਸੈਕਿੰਡ ਦੇ ਵਿੱਚ ਟਾਈਮ ਲੈਂਦੀ ਹੈ 26 ਸੈਕਿੰਡ ਚ ਆਪਾਂ ਨੇ ਆ ਬ੍ਰਿਜ ਦੀ ਲੰਬਾਈ ਪਤਾ ਕਰਨੀ ਹੈ ਤਾਂ ਆਪਣੇ ਕੋਲੇ ਜਿਹੜਾ ਡਿਸਟੈਂਸ ਹੈ ਦੋਹਾਂ ਦੀ ਲੰਬਾਈ ਐਡ ਹੋ ਜੂਗੀ ਡਿਸਟੈਂਸ ਕਿੰਨਾ ਹੋ ਗਿਆ 150 ਪਲੱਸ ਐਕਸ ਇਜ਼ ਇਕੁਅਲ ਟੂ ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਸਪੀਡ ਇਨਟੂ ਟਾਈਮ ਸਪੀਡ ਕਿੰਨੀ ਆ ਗਈ ਆਪਣੇ ਕੋਲੇ 25 ਟਾਈਮ ਕਿੰਨਾ 26 ਤਾਂ 25 × 26 150 ਪਲੱਸ ਐਕਸ ਦੋਸਤੋ ਇਹਨੂੰ ਸੋਲਵ ਕਰੋਗੇ ਤੁਹਾਡੇ ਕੋਲੇ ਆ ਜਾਊਗਾ 25 650 ਤਾਂ ਐਕਸ ਦੀ ਵੈਲਿਊ ਆ ਜਾਊਗੀ 650 ਚੋਂ 150 ਮਾਈਨਸ ਕਰ ਦਿਓ ਆ ਗਿਆ ਤੁਹਾਡੇ ਕੋਲੇ ਬ੍ਰਿਜ ਦੀ ਲੰਬਾਈ ਆ ਗਈ 500 ਮੀਟਰ ਬ੍ਰਿਜ ਦੀ ਲੰਬਾਈ ਆ ਜਾਊਗੀ 500 ਮੀਟਰ ਦੀ ਤਾਂ ਇਹ ਸੀ ਦੋਸਤੋ 10th ਕੁਐਸਚਨ ਜਿਹੜਾ ਕਿ ਟ੍ਰੇਨ ਕਨਸੈਪਟ ਦੇ ਵਿੱਚੋਂ ਸੀ ਨੈਕਸਟ ਚੱਲਦੇ ਆ 11th ਕੁਐਸਚਨ ਕਹਿੰਦਾ ਅ ਟ੍ਰੇਨ ਕ੍ਰੋਸਿਸ ਅ ਬ੍ਰਿਜ ਆਫ ਲੈਂਥ 150 ਮੀਟਰ ਇਨ 15 ਸੈਕਿੰਡ 150 ਮੀਟਰ ਲੰਬਾਈ ਦਾ ਜਿਹੜਾ ਬ੍ਰਿਜ ਹੈ ਉਹਨੂੰ 15 ਸੈਕਿੰਡ ਚ ਕ੍ਰੋਸ ਕਰਦਾ ਹੈ ਅ ਮੈਨ ਸਟੈਂਡਿੰਗ ਓਨ ਇਟ ਇਨ 9 ਸੈਕਿੰਡ ਤੇ ਕਿਸੇ ਬੰਦੇ ਨੂੰ ਕਿੰਨੇ ਸੈਕਿੰਡ ਚ ਕ੍ਰੋਸ ਕਰਦਾ ਹੈ 9 ਸੈਕਿੰਡ ਦੇ ਵਿੱਚ ਦ ਟ੍ਰੇਨ ਇਜ਼ ਟ੍ਰੈਵਲਿੰਗ ਐਟ ਅ ਯੂਨੀਫਾਰਮ ਸਪੀਡ ਮਤਲਬ ਟ੍ਰੇਨ ਇੱਕੋ ਹੀ ਸਪੀਡ ਤੇ ਚੱਲ ਰਹੀ ਹੈ ਟ੍ਰੇਨ ਇੱਕ ਯੂਨੀਫਾਰਮ ਸਪੀਡ ਤੇ ਚੱਲ ਰਹੀ ਹੈ ਫਾਈਂਡ ਦਾ ਲੈਂਥ ਆਫ ਦਾ ਟ੍ਰੇਨ ਆਪਾਂ ਨੇ ਟ੍ਰੇਨ ਦੀ ਲੰਬਾਈ ਪਤਾ ਕਰਨੀ ਹੈ ਹੁਣ ਜਿਵੇਂ ਕਿ ਇੱਕ ਟ੍ਰੇਨ ਹੈ ਜਿਹਦੀ ਆਪਾਂ ਨੂੰ ਲੰਬਾਈ ਪਤਾ ਕਰਨੀ ਹੈ ਇਹਦੀ ਲੰਬਾਈ ਮੰਨ ਲਓ ਐਕਸ ਮੀਟਰ ਹੈ ਲੰਬਾਈ ਕਿੰਨੀ ਹੈ ਦੋਸਤੋ ਐਕਸ ਮੀਟਰ ਇਹ ਇੱਕ ਬ੍ਰਿਜ ਨੂੰ ਕ੍ਰੋਸ ਕਰਦੀ ਹੈ ਬ੍ਰਿਜ ਦੀ ਲੰਬਾਈ ਹੈ 150 ਮੀਟਰ ਮੰਨ ਲਓ ਇਹ ਕੋਈ ਬ੍ਰਿਜ ਹੈ ਬ੍ਰਿਜ ਦੀ ਲੰਬਾਈ ਹੈ ਆਪਣੇ ਕੋਲੇ 150 ਮੀਟਰ ਬ੍ਰਿਜ ਦੀ ਲੰਬਾਈ 150 ਮੀਟਰ ਹੈ ਤੇ ਬ੍ਰਿਜ ਨੂੰ ਕਿੰਨੇ ਸੈਕਿੰਡ ਚ ਕ੍ਰੋਸ ਕਰਦੀ ਹੈ ਦੋਸਤੋ 15 ਸੈਕਿੰਡ ਚ ਕ੍ਰੋਸ ਕਰਦੀ ਹੈ ਬ੍ਰਿਜ ਨੂੰ 15 ਸੈਕਿੰਡ ਚ ਕ੍ਰੋਸ ਕਰਦੀ ਹੈ ਤੇ ਕੋਈ ਪਰਸਨ ਜਿਹੜਾ ਬ੍ਰਿਜ ਦੇ ਉੱਤੇ ਖੜਾ ਇਸ ਪਰਸਨ ਨੂੰ ਕਿੰਨੇ ਸੈਕਿੰਡ ਚ ਕ੍ਰੋਸ ਕਰਦੀ ਹੈ 9 ਸੈਕਿੰਡ ਦੇ ਵਿੱਚ ਇਸ ਪਰਸਨ ਨੂੰ ਕਿੰਨੇ ਸੈਕਿੰਡ ਚ ਕ੍ਰੋਸ ਕਰ ਰਹੀ ਹੈ 9 ਸੈਕਿੰਡ ਦੇ ਵਿੱਚ ਤਾਂ ਦੋਸਤੋ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰਨਾ ਹੈ ਦੇਖੋ ਟ੍ਰੇਨ ਹੈ ਜਿਹੜੀ ਬੰਦੇ ਨੂੰ ਕ੍ਰੋਸ ਕਰੂਗੀ ਜਦੋਂ ਟ੍ਰੇਨ ਪਰਸਨ ਨੂੰ ਕ੍ਰੋਸ ਕਰੂਗੀ ਉਦੋਂ ਆਪਾਂ ਨੇ ਇਕੱਲੀ ਟ੍ਰੇਨ ਦੀ ਲੈਂਥ ਲੈਣੀ ਹੈ ਉਦੋਂ ਇਕੱਲੀ ਕਿਸ ਦੀ ਲੈਂਥ ਲੈਣੀ ਹੈ ਟ੍ਰੇਨ ਦੀ ਲੈਂਥ ਬਟ ਜਦੋਂ ਟ੍ਰੇਨ ਬ੍ਰਿਜ ਨੂੰ ਕ੍ਰੋਸ ਕਰੂਗੀ ਟ੍ਰੇਨ ਬ੍ਰਿਜ ਨੂੰ ਕ੍ਰੋਸ ਕਰੂਗੀ ਉਦੋਂ ਟ੍ਰੇਨ ਦੀ ਲੈਂਥ ਪਲੱਸ ਬ੍ਰਿਜ ਦੀ ਲੈਂਥ ਦੋਨੋਂ ਲੈਣੀਆਂ ਨੇ ਹੁਣ ਜੇ ਆਪਾਂ ਡਿਸਟੈਂਸ ਦਾ ਡਿਫਰੈਂਸ ਲਈਏ ਟ੍ਰੇਨ ਦੀ ਲੈਂਥ ਤਾਂ ਦੋਨੋਂ ਕੇਸ ਦੇ ਵਿੱਚ ਲੈਣੀ ਹੈ ਐਕਸਟਰਾ ਲੈਂਥ ਜਿਹੜੀ ਇਸ ਕੇਸ 'ਚ ਲੈਣੀ ਹੈ ਉਹ ਆਪਾਂ ਕਿਹੜੀ ਲੈ ਰਹੇ ਹਾਂ ਆਪਾਂ ਬ੍ਰਿਜ ਦੀ ਲੈਂਥ ਲੈ ਰਹੇ ਹਾਂ ਤਾਂ ਦੋਸਤੋ ਬ੍ਰਿਜ ਦੀ ਲੈਂਥ ਆਪਣੇ ਕੋਲੇ 150 ਮੀਟਰ ਹੈ ਮਤਲਬ ਜਿਹੜਾ ਡਿਫਰੈਂਸ ਹੈ ਦੋਹਾਂ ਦੀ ਲੰਬਾਈ ਦਾ ਡਿਫਰੈਂਸ ਹੈ ਉਹ ਕਿੰਨੇ ਮੀਟਰ ਦਾ 150 ਮੀਟਰ ਦਾ ਤੇ ਇਹ 150 ਮੀਟਰ ਲੰਬਾਈ ਤੈਅ ਕਰਨ ਨੂੰ ਕਿੰਨਾ ਟਾਈਮ ਲੱਗਦਾ ਦੇਖੋ ਉਰੇ ਆਪਣੇ ਕੋਲੇ 9 ਸੈਕਿੰਡ ਲੱਗ ਰਹੇ ਨੇ ਉਰੇ 15 ਸੈਕਿੰਡ ਲੱਗ ਰਹੇ ਨੇ ਤਾਂ ਕਿੰਨਾ ਟਾਈਮ ਦਾ ਡਿਫਰੈਂਸ ਹੈ ਟਾਈਮ ਦਾ ਡਿਫਰੈਂਸ ਆਪਣੇ ਕੋਲੇ ਕਿੰਨੇ ਸੈਕਿੰਡ ਦਾ 6 ਸੈਕਿੰਡ ਦਾ ਮਤਲਬ ਜਿਹੜਾ ਇਹ ਐਕਸਟਰਾ ਡਿਸਟੈਂਸ ਹੈ 150 ਮੀਟਰ ਦਾ ਇਹ ਟ੍ਰੇਨ ਕਿੰਨੇ ਸੈਕਿੰਡ 'ਚ ਕ੍ਰੋਸ ਕਰਦੀ ਹੈ 6 ਸੈਕਿੰਡ 'ਚ ਤਾਂ 1 ਸੈਕਿੰਡ 'ਚ ਕਿੰਨਾ ਡਿਸਟੈਂਸ ਕਵਰ ਕਰੂਗੀ 150/6 ਇਹਨੂੰ ਕੱਟ ਕੇ ਦੋਸਤੋ ਆ ਜਾਊਗਾ ਤੁਹਾਡੇ ਕੋਲੇ 25 1 ਸੈਕਿੰਡ 'ਚ ਕਿੰਨਾ ਕ੍ਰੋਸ ਕਰੂਗੀ 25 ਮੀਟਰ 1 ਸੈਕਿੰਡ 'ਚ 25 ਮੀਟਰ ਹੁਣ ਆਪਾਂ ਨੇ ਪਤਾ ਕਰਨਾ ਟ੍ਰੇਨ ਦੀ ਲੰਬਾਈ ਟ੍ਰੇਨ ਦੀ ਲੰਬਾਈ ਜਦੋਂ ਬੰਦੇ ਨੂੰ ਕ੍ਰੋਸ ਕਰੂਗੀ ਪਰਸਨ ਦੀ ਤਾਂ ਲੰਬਾਈ ਹੁੰਦੀ ਨਹੀਂ ਤਾਂ ਪਰਸਨ ਨੂੰ 9 ਸੈਕਿੰਡ 'ਚ ਕ੍ਰੋਸ ਕਰਦੀ ਹੈ ਤਾਂ 9 ਸੈਕਿੰਡ 'ਚ ਕਿੰਨੀ ਦੂਰੀ ਤੈਅ ਕਰਦੀ ਆਪਾਂ ਇਹ ਕੱਢ ਲਾਂਗੇ 25 × 9
जे 1 सेकंड से 25 मीटर चल रही है तो 9 सेकंड कितना चलूगी 25 गुना 9 इस नु सॉल्व करके थोड़े कोले आंसर आ जाऊगा 225 मीटर मतलब की ऑप्शन आ गई थोड़े कोले ए ऑप्शन आ गई भी अपने कोले जेडी ट्रेन दी लंबाई है वो कितने मीटर दी है 200 मीटर दी तो दोस्तों इसी 11वां क्वेश्चन नेक्स्ट है 12 अ कार्ड इज ड्रॉन एट रैंडम फ्रॉम अ वेल शफल्ड पैक ऑफ 52 कार्ड्स हुन एक क्वेश्चन दोस्तों प्रोबेबिलिटी जो आ गया ਜਿਵੇਂ ਕਿ ਮੈਨੇ ਸਟਾਰਟਿੰਗ 'ਚ ਕਿਹਾ ਸੀ ਹਰੇਕ ਟੋਪਿਕ 'ਚੋਂ ਕੁਸ਼ਚਨ ਸੋਲਵ ਕਰਵਾਊਂਗਾ ਤੁਹਾਡੀ ਪ੍ਰੋਪਰ ਤਰੀਕੇ ਨਾਲ ਰਿਵੀਜ਼ਨ ਹੋਊਗੀ ਤਾਂ ਜੋ ਤੁਹਾਡੇ ਆਉਣ ਵਾਲੇ ਗਵਰਨਮੈਂਟ ਐਗਜ਼ਾਮ ਦੇ ਵਿੱਚ ਤੁਹਾਨੂੰ ਬਹੁਤ ਹੈਲਪ ਮਿਲ ਸਕੇ ਤੁਸੀਂ ਆਪਣੀ ਗਵਰਨਮੈਂਟ ਜੋਬ ਲੈ ਸਕੋ ਦੋਸਤੋ ਹੁਣ ਆਪਣੇ ਕੋਲੇ 52 ਕਾਰਡਸ ਨੇ ਵਟ ਇਜ਼ ਦਾ ਪ੍ਰੋਬੇਬਿਲਿਟੀ ਡੈਟ ਦਾ ਕਾਰਡ ਇਜ਼ ਆਈਦਰ ਅ ਰੈੱਡ ਔਰ ਅ ਕਿੰਗ ਜਾਂ ਤਾਂ ਕਾਰਡ ਹੈ ਜਿਹੜਾ ਲਾਲ ਰੰਗ ਦਾ ਹੋਵੇ ਜਾਂ ਕੀ ਹੋਵੇ ਕਿੰਗ ਹੋਵੇ ਤਾਂ ਦੋਸਤੋ ਸਭ ਤੋਂ ਪਹਿਲਾਂ ਦੇਖੋ ਕਾਰਡਸ ਹੁੰਦੇ ਨੇ ਕਿੰਨੇ ਕਾਰਡਸ ਹੁੰਦੇ ਨੇ ਆਪਾਂ ਨੂੰ ਸਭ ਨੂੰ ਪਤਾ 52 ਕਾਰਡਸ ਜਿਸ ਕਿਸੇ ਨੂੰ ਨਹੀਂ ਪਤਾ ਜਿਸ ਦੇ ਵਿੱਚ ਲਾਲ ਕਾਰਡ ਕਿੰਨੇ ਹੁੰਦੇ ਨੇ ਆਪਣੇ ਕੋਲੇ ਲਾਲ ਕਾਰਡ 26 ਬਲੈਕ ਕਾਰਡ ਕਿੰਨੇ ਹੁੰਦੇ ਨੇ ਆਪਣੇ ਕੋਲੇ 26 ਤੇ ਦੋ ਦੋ ਤਰੀਕੇ ਦੇ ਹੁੰਦੇ ਨੇ ਲਾਲ ਹੁੰਦੇ ਨੇ ਆਪਣੇ ਕੋਲੇ ਇੱਕ ਡਾਇਮੰਡ ਇੱਕ ਹਾਰਟ ਡਾਇਮੰਡ ਤੇ ਹਾਰਟ ਐਂ ਬਲੈਕ ਆਪਣੇ ਕੋਲੇ ਡਾਇਮੰਡ ਵੀ 13 ਹੁੰਦੇ ਨੇ ਹਾਰਟ ਵੀ 13 ਹੁੰਦੇ ਨੇ ਇਸੇ ਤਰੀਕੇ ਨਾਲ ਬਲੈਕ ਆਪਣੇ ਕੋਲੇ ਸਪੇਡ ਤੇ ਕਲੱਬ 13 ਆਪਣੇ ਕੋਲੇ ਸਪੇਡ ਹੁੰਦੇ ਨੇ ਦੋਸਤੋ 13 ਆਪਣੇ ਕੋਲੇ ਕੀ ਹੁੰਦੇ ਨੇ ਕਲੱਬ ਹੁੰਦੇ ਨੇ ਇਸ ਤਰੀਕੇ ਨਾਲ ਆਪਣੇ ਕੋਲੇ ਕਾਰਡਸ ਹੁੰਦੇ ਨੇ ਠੀਕ ਤੇ ਆਪਣੇ ਕੋਲੇ ਕਿੰਗ ਕਿੰਗ ਜਿਸ ਨੂੰ ਆਪਾਂ 13 ਕਹਿੰਦੇ ਆ ਜਾਂ ਬਾਦਸ਼ਾਹ ਕਹਿ ਦਿੰਦੇ ਆ ਆਪਣੇ ਤਾਂਸ ਦੇ ਵਿੱਚ ਉਹਨੂੰ ਆਪਾਂ ਕਿੰਗ ਕਹਿੰਦੇ ਆ ਹੁਣ ਆਪਣੇ ਕੋਲੇ ਇੱਕ ਕਿੰਗ ਡਾਇਮੰਡ ਦਾ ਹੋਊਗਾ ਇੱਕ ਕਿੰਗ ਹਾਰਟ ਦਾ ਹੋਊਗਾ ਇੱਕ ਕਿੰਗ ਸਪੇਡ ਦਾ ਇੱਕ ਕਿੰਗ ਕਲੱਬ ਦਾ ਤਾਂ ਟੋਟਲ ਕਿੰਗਸ ਕਿੰਨੇ ਹੁੰਦੇ ਨੇ 4 ਕਿੰਗ ਹੁੰਦੇ ਨੇ ਤਾਂ ਦੋਸਤੋ ਇੱਕ ਤਾਂਸ ਦੇ ਵਿੱਚ ਕਿੰਨੇ ਕਿੰਗਸ ਹੁੰਦੇ ਨੇ 4 ਕਿੰਗਸ ਹੁੰਦੇ ਨੇ ਤਾਂ ਹੁਣ ਦੇਖੋ ਜੇ ਆਪਾਂ ਦੇਖੀਏ ਆਪਣੇ ਕੋਲੇ 4 ਕਿੰਗ ਨੇ ਤੇ ਰੈੱਡ ਕਾਰਡ ਕਿੰਨੇ ਨੇ ਆਪਣੇ ਕੋਲੇ 26 ਰੈੱਡ ਕਾਰਡ 26 ਕਿੰਗ ਆਪਣੇ ਕੋਲੇ 4 ਬਟ ਦੋਸਤੋ ਦੇਖੋ 2 ਕਿੰਗ ਨੇ ਜਿਹੜੇ ਉਹ ਰੈੱਡ ਨੇ 2 ਕਿੰਗ ਰੈੱਡ ਨੇ 2 ਕਿੰਗ ਹੀ ਕੀ ਨੇ ਬਲੈਕ ਨੇ ਤਾਂ ਜਿਹੜੇ ਰੈੱਡ ਕਿੰਗ ਨੇ ਉਹ ਆਪਣੇ ਕੋਲੇ ਆਲਰੇਡੀ ਰੈੱਡ ਕਾਰਡਸ ਦੇ ਵਿੱਚ ਆ ਚੁੱਕੇ ਤਾਂ ਆਪਣੇ ਕੋਲੇ ਜਿਹੜੇ ਕਾਰਡਸ ਰਹਿ ਜਾਣਗੇ 26 ਕਾਰਡ ਆ ਰਹੇ ਜਾਣਗੇ 2 ਕਾਰਡ ਆ ਰਹੇ ਜਾਣਗੇ ਮਤਲਬ ਆਪਾਂ ਨੇ ਕਿੰਨੇ ਕਾਰਡ ਲੈ ਕੇ ਚੱਲਣੇ ਨੇ 26 ਪਲੱਸ 2 ਟੋਟਲ ਕਾਰਡ ਕਿੰਨੇ ਲੈ ਕੇ ਚੱਲਣੇ ਨੇ 28 ਕਿਉਂਕਿ ਇਹ 26 ਕਾਰਡ ਨੇ ਜਿਹੜੇ ਇਹਨਾਂ ਦੇ ਵਿੱਚ ਆ 2 ਲਾਲ ਕਿੰਗ ਨੇ ਜਿਹੜੇ ਆਪਣੇ ਆ ਚੁੱਕੇ ਤਾਂ ਆਪਣੇ ਕੋਲੇ ਪ੍ਰੋਬੇਬਿਲਿਟੀ ਕਿੰਨੀ ਆ ਜੂਗੀ 28 ਜਿਹੜੇ ਆਪਾਂ ਜਿੰਨਾ ਚੋਂ ਆਪਾਂ ਸਿਲੈਕਟ ਕਰਨਾ ਡਿਵਾਈਡ ਬਾਈ ਟੋਟਲ ਕਾਰਡ ਕਿੰਨੇ ਨੇ ਆਪਣੇ ਕੋਲੇ 52 ਤਾਂ ਜੇ ਆਪਾਂ ਇਹਨੂੰ ਘਟਾ ਦਾਂਗੇ ਆਪਣੇ ਕੋਲੇ ਆ ਜੂਗਾ 7/13 ਤਾਂ ਦੋਸਤੋ ਇਸ ਦਾ ਆਨਸਰ ਆ ਗਿਆ ਬੀ ਆਪਸ਼ਨ ਕੀ ਆਪਣੇ ਕੋਲੇ 7/13 ਨੈਕਸਟ ਚੱਲਦੇ ਆ ਅਗਲੇ ਕੁਐਸਚਨ ਤੇ 13 ਨੰਬਰ ਕੁਐਸਚਨ ਅ ਟੀਨੀ ਮਨੀ ਬੈਂਕ ਕੰਟੇਨਿੰਗ ਰੁਪੀਜ਼ 1 ਪਿਆ ਪੈਸਾ ਐਂਡ 25 ਪੈਸਾ ਕੁਆਇਨਸ ਇਨ ਦਾ ਰੇਸ਼ੋ 1:2:3 ਰੇਸ਼ੋ ਦੇ ਵਿੱਚ ਉਹ ਕੁਐਸਚਨ ਹੈ ਇਹ ਕਨਸੈਪਟ ਕਾਫੀ ਜ਼ਿਆਦਾ ਆਂਦਾ ਹੁੰਦਾ ਕੁਆਇਨ ਵਾਲਾ ਕਨਸੈਪਟ ਕਾਫੀ ਜ਼ਿਆਦਾ ਆਂਦਾ ਹੁੰਦਾ 1 ਰੁਪਿਆ ਵਾਲਾ ਅੱਧਾ ਰੁਪਿਆ ਆਪਾਂ ਪਿਆ ਪੈਸੇ ਨੂੰ ਅੱਧਾ ਰੁਪਿਆ ਕਹਿ ਸਕਦੇ ਆ 25 ਪੈਸੇ ਨੂੰ 1/4 ਰੁਪਿਆ ਇੰਨੇ ਰੁਪਏ ਵਾਲੇ ਆਪਣੇ ਕੋਲ ਇਹ 1 ਕੁਆਇਨ ਦੀ ਵੈਲਿਊ ਹੋ ਗਈ 1 ਕੁਆਇਨ ਦੀ ਵੈਲਿਊ ਨੰਬਰ ਆਫ ਕੁਆਇਨਸ ਕਿੰਨੇ ਨੇ ਇਨ ਦਾ ਰੇਸ਼ੋ 1:2:3 ਤਾਂ ਟੋਟਲ ਵੈਲਿਊ ਕਿਵੇਂ ਕੱਢਾਂਗੇ ਦੋਸਤੋ ਟੋਟਲ ਵੈਲਿਊ ਇਹਨਾਂ ਦੋਹਾਂ ਦੀ ਗੁਣਾ ਕਰਕੇ ਨਿਕਲਦਾ ਹੁੰਦਾ ਕਿਉਂ ਗੁਣਾ ਕਰਦੇ ਹੁੰਦੇ ਆ ਮੰਨ ਲਓ 5-5 ਰੁਪਏ ਵਾਲੇ 10 ਕੁਆਇਨ ਨੇ 5-5 ਰੁਪਏ ਵਾਲੇ 10 ਕੁਆਇਨ ਨੇ ਤਾਂ ਟੋਟਲ ਕਿੰਨੇ ਰੁਪਏ ਹੋ ਗਏ 50 ਰੁਪਏ ਹੋ ਗਏ ਤਾਂ 5 ਗੁਣਾ 10 ਕਰ ਦਾਂਗੇ 50 ਰੁਪਏ ਹੋ ਗਏ ਤਾਂ ਇਸੇ ਤਰੀਕੇ ਨਾਲ 1 ਕੁਆਇਨ ਦੀ ਵੈਲਿਊ ਨੂੰ ਨੰਬਰ ਆਫ ਕੁਆਇਨਸ ਨਾਲ ਗੁਣਾ ਕਰ ਦਾਂਗੇ ਟੋਟਲ ਵੈਲਿਊ ਆ ਜਾਊਗੀ ਤਾਂ ਜੇ ਮਲਟੀਪਲਾਈ ਕਰਦੇ ਆ ਇਹਨੂੰ ਆਪਾਂ ਜੇ ਐਕਸ 'ਚ ਲੈ ਕੇ ਚੱਲਦੇ ਆ ਆਪਣੇ ਕੋਲੇ ਐਕਸ ਆ ਗਿਆ ਉਰੇ ਵੀ ਐਕਸ ਆ ਗਿਆ 1/2 2x ਹੈ ਤਾਂ 2 ਨਾਲ 2 ਕੱਟ ਜਾਊਗਾ ਐਕਸ ਆ ਗਿਆ ਇਹਨੂੰ ਮਲਟੀਪਲਾਈ ਕਰਾਂਗੇ 3/4x ਤਾਂ ਟੋਟਲ ਵੈਲਿਊ ਕਿੰਨੀ ਆ ਗਈ ਦੋਸਤੋ ਇਹਨਾਂ ਨੂੰ ਜੋੜ ਕਰ ਦਾਂਗੇ x+x+ 3/4x ਇਹ ਆ ਜਾਊਗਾ 11/4x 11/4x ਤੇ ਟੋਟਲ ਵੈਲਿਊ ਹੈ ਕਿੰਨੀ ਹੈ 154 ਟੋਟਲ ਵੈਲਿਊ ਕਿੰਨੀ ਦਿੱਤੀ 154 ਮਤਲਬ ਆਪਣੇ ਕੋਲੇ 154 ਤਾਂ 11/4x ਦੀ ਵੈਲਿਊ ਦਿੱਤੀ 154 ਤਾਂ x ਦੀ ਵੈਲਿਊ ਕਿੰਨੀ ਆ ਜੂਗੀ ਦੋਸਤੋ 154 × 4/11 ਇਹਨੂੰ ਆਪਾਂ ਕੱਟ ਦਾਂਗੇ 1/4 ਇਹ ਆ ਗਈ 56 x ਦੀ ਵੈਲਿਊ ਆ ਗਈ 56 ਤਾਂ ਉਹਨੇ ਪੁੱਛਿਆ ਨੰਬਰ ਆਫ 25 ਪੈਸਾ ਕੁਆਇਨ ਹੁਣ 25 ਪੈਸੇ ਕੁਆਇਨ ਵਾਲੇ ਕਿੰਨੇ ਨੇ 25 ਪੈਸੇ ਕੁਆਇਨ ਦੀ ਰੇਸ਼ੋ ਕਿੰਨੀ ਹੈ 3 1:56 ਦੇ ਬਰਾਬਰ ਹੈ ਤਾਂ 3:56 ਕਿੰਨੀ ਹੋ ਜੂਗੀ 3×56 6 12 18 168 ਮਤਲਬ ਨੰਬਰ ਆਫ ਕੁਆਇਨਸ ਕਿੰਨੇ ਆ ਗਏ ਤੁਹਾਡੇ ਕੋਲੇ
ए ऑप्शन 168 द नंबर ऑफ कॉइंस हो गए 168 पच्ची पैसे। नेक्स्ट 14 क्वेश्चन, इफ रेडियो रेडियस ऑफ टू सिलेंडर्स इन रेशियो 3:2, अपने कोले सिलेंडर दी जेरी रेशियो है रेडियस दी 3:2 एंड हाइट दी रेशियो कितनी है 4:3, हाइट दी रेशियो कितनी है 4:3। देखो आपने कोले सिलेंडर दी शेप हुंदी है, हुन दो सिलेंडर ने जिस दे विच अपने कोले हाइट दी रेशियो है जेरी 4:3, मतलब अपने कोले यहां 4 है ता 3 होगी, रेडियस दी रेशियो कितनी है 3:2, ता अपने पता की करनी है वॉल्यूम दी रेशियो। दोस्तों वॉल्यूम दा फार्मूला पता होवे, वॉल्यूम दा फार्मूला हुंदा पाई आर स्क्वायर एच, वॉल्यूम दा फार्मूला की हुंदा अपने कोले सिलेंडर दा पाई आर स्क्वायर एच, ता वॉल्यूम दी रेशियो V1/V2 पाई आर दी वैल्यू कितनी हो रही 3 दा स्क्वायर कितना हो जाऊगा 9, एच दी वैल्यू अपने कोले कितनी हो रही 4 एंड डिवाइड बाय पाई आर दी वैल्यू कितनी है 2, ता 2 दा स्क्वायर कितना हो गया 4 इनटू एच, एच दी वैल्यू कितनी है दोस्तों 3, पाई नाल पाई कैंसिल, 4 नाल 4 कैंसिल, 3 नु 9 ते कटांगे 3, ता रेशियो कितनी आ गई 3:1, मतलब 3:1। 21 क्वेश्चन दा अपने कोले आंसर आ जाऊगा सी ऑप्शन, ए सी अपने कोले मेंसुरेशन, जिसने भी पटवारी दा एग्जाम देना उसके लिए क्वेश्चन बेनिफिशियल होगा। नेक्स्ट चलते हैं 15 नंबर क्वेश्चन पे। 15 नंबर क्वेश्चन, परसेंटेज दा क्वेश्चन है 48% ऑफ फर्स्ट नंबर, इनु सिंपलीफिकेशन बेसिक क्वेश्चन भी ला सकते हो, किसे पहले नंबर दा 48% इज 60% ऑफ सेकंड नंबर। देखो पहला नंबर मान लो फर्स्ट नंबर x है ते सेकंड नंबर y है, पहले नंबर दा 48% मतलब 48% ऑफ x इज इक्वल टू, इस दा मतलब हो गया बराबर है 60% ऑफ सेकंड नंबर 60% ऑफ y, ता 100 नाल 100 कट जूगा, इनो अपन 12 दे टेबल दे कट दांगे ओरे 4 आ गया ओरे 5 आ गया, मतलब 4x इक्वल टू 5y, ता दोस्तों 4x इक्वल टू 5y, ता x by y किन्ना आ जूगा, देखो x by y किन्ना आ जूगा, y इधर नीचे चल जूगा, इधर 5/4, 4 इधर अपन नीचे ले जाएंगे, x by y किन्ना आ गया 5/4, मतलब अपना आंसर किन्ना आ गया फर्स्ट नंबर टू सेकंड नंबर दी रेशियो पूछी है, मतलब पहले नंबर ते दूसरे नंबर दी रेशियो कितनी आ गई 5:4। मैं कि थोड़ी स्क्रीन दे ऊपर 16 क्वेश्चन है, इस क्वेश्चन नु तुसी रीड करना ते खुद आंसर देना, जिमे कि असि थोड़े लिए लाइव सेशन लेके आया, इस क्वेश्चन नु तुसी खुद सॉल्व करके दोगे, जिदा आंसर सही होगा मैं नाम भी बोलूंगा। तो दोस्तों 16वां क्वेश्चन है, जिमे कि द एरिया ऑफ रेक्टेंगल एंड स्क्वायर आर इक्वल, एरिया ऑफ रेक्टेंगल एंड स्क्वायर आर इक्वल, एरिया रेक्टेंगल दा ते स्क्वायर दा बराबर है, द साइड ऑफ स्क्वायर इज 5 सेंटीमीटर, स्क्वायर दी जेडी साइड है, स्क्वायर दी दोस्तों साइड किन्ने सेंटीमीटर दी है 5 सेंटीमीटर दी, एंड द स्मॉलर साइड ऑफ रेक्टेंगल इज हाफ दैट ऑफ स्क्वायर। ता दोस्तों देखो दो चीजा ने अपने कोले, एक अपने कोले स्क्वायर जिदिया सारिया साइडा की हुंदिया ने बराबर, एक अपने कोले रेक्टेंगल, एक अपने कोले की है रेक्टेंगल, अपने कोले की कहना दोहां दा एरिया जेड़ा इक्वल है, दोहां दा एरिया इक्वल है, स्क्वायर दा एरिया दा फार्मूला की हुंदा दोस्तों ए स्क्वायर, ते अपने कोले रेक्टेंगल दा एरिया दा फार्मूला की हुंदा लेंथ गुना ब्रेड्थ, लेंथ गुना ब्रेड्थ, ता ए स्क्वायर इज इक्वल टू एल इनटू बी। हुन नेक्स्ट चलदे हां, देखो साइड ऑफ स्क्वायर इज 5 सेंटीमीटर, स्क्वायर दी साइड 5 सेंटीमीटर है, ता 5 दा स्क्वायर हो गया, 5 दा स्क्वायर कितना हो गया दोस्तों 25। नेक्स्ट द स्मॉलर साइड ऑफ द रेक्टेंगल इज हाफ ऑफ द साइड ऑफ स्क्वायर, जेडी अपने कोले रेक्टेंगल दी स्मॉलर साइड ऑफ हाफ है स्क्वायर नालो, ता मतलब जेडी अपने कोले जिमे दी साइड 5 है, ता इदी ब्रेड्थ किन्नी हो जूगी हाफ हो जूगी, हाफ हो जूगी मतलब 5/2, अपन ने लेंथ पता करनी है, ता लेंथ दी वैल्यू x, b दी वैल्यू किन्नी होगी अपने कोले 5/2, ता x गुना 5/2, ता दोस्तों जे x दी वैल्यू सॉल्व करांगे ता किन्नी हो जूगी 25 गुना 2/5, 5 × 5 कट गया, x की वैल्यू कितनी आ गई अपने कोले 10, मतलब आंसर आ जाऊगा थोड़े कोले सी ऑप्शन, आंसर आ गया अपने कोले सी ऑप्शन। तो दोस्तों एसी थोड़े कोले स्क्रीन दे उत्ते 16 क्वेश्चन जिरा की मेंसुरेशन दे विचो सी, ते पटवारी लिए काफी इंपोर्टेंट है। नेक्स्ट चलते हैं अपन 70 नंबर क्वेश्चन ते, 70 नंबर क्वेश्चन नु रीड कर दिया, अ गोल्ड बार इन द शेप ऑफ रेक्टेंगुलर सॉलिड, अ गोल्ड बार इन द शेप ऑफ रेक्टेंगुलर सॉलिड 36 सेंटीमीटर लॉन्ग, 9 सेंटीमीटर लॉन्ग एंड 6 सेंटीमीटर हाई। दोस्तों अपने कोले 36 सेंटीमीटर लंबाई है, 9 सेंटीमीटर चौड़ाई है, ते 6 मीटर की ओदी ऊंचाई है। इज टू बी मेल्टेड एंड कास्ट इनटू
टू डिफरेंट क्यूब, अपने को एक क्यूबॉइड देता, इस तरह का एक क्यूबॉइड देता दोस्तों, जिसकी लेंथ ब्रेथ हाइट देती, तो इसका वॉल्यूम पता लग जूगा। वॉल्यूम का फॉर्मूला क्या होता, लेंथ गुना ब्रेथ गुना हाइट, जिनमें 36 गुना 9 गुना 6 आ हो गया इसका वॉल्यूम। इसन गुना करने की लड़ नहीं, इसन मल्टीप्लाई करने की लड़ नहीं, एज इट इज रख लेना। हूँ नैक्सट आप इसन मेल्ट किया, मेल्ट किया टू डिफरेंट क्यूब, दो क्यूब के दोस्तों मेल्ट किया, दो डिफरेंट क्यूब के दो क्यूब के मेल्ट कर लिया। अपन पता है जो आप मेल्ट कर लें तो नवे चीज़ के बना लें, उन्होंने वॉल्यूम की रहा हों, वॉल्यूम अपने को रहूगा सेम, वॉल्यूम की रहूगा दोस्तों सेम रहूगा, वॉल्यूम बराबर रहूगा। हूँ जी दो क्यूब्स ने वॉल्यूम ऑफ बिगर बींग 8 times द समोलर, जिहड़ी बड़ी क्यूब का वॉल्यूम है छोटी क्यूब नालों की है 8 गुना। हूँ देखो छोटी क्यूब की लेंथ मान लो मैंने ए मान ली, तो यह क्यूब कि आ गया, यदा एरिया वॉल्यूम कि आ गया ए क्यूब, बड़ी क्यूब का वॉल्यूम ये 8 गुना, तो कि हो गया 8 into a³। तो दोस्तों अपने को क्यूबोइड का वॉल्यूम इक्वल टू का बराबर हो जूगा, इन्हों दो क्यूब के वॉल्यूम के बराबर, 8a³ + a³। नैक्सट 36 गुना 9 गुना 6 = अपने को कि बन गया 9a³, 9 कैंसल हो गया, तो ए की वैल्यू आ जूगी थोड़े को 6, ए की वैल्यू कि आ गई 6 cm। अगे अपन पूछा की है द सरफेस एरिया ऑफ द समोलर क्यूब, छोटी क्यूब का सरफेस एरिया, तो छोटी क्यूब की अपने को साइड आ गई 6। सरफेस एरिया का फॉर्मूला होंगे, सरफेस एरिया का क्यूब का फॉर्मूला होंगे 6a² इन्हों क्वेश्चन ना थोड़े सारे फॉर्मूले रिवाइज हो जाएंगे, 6a² तो 6 into a की वैल्यू अपने को कि 6 का स्केयर तो 6 into 36 अपने को आंसर आ जूगा 216 cm², 216 cm², मतलब ऑप्शन की आ गई बी ऑप्शन। ये भी अपने मैंसुरेशन के 3D के विचों क्वेश्चन से। नैक्सट चलते हैं 18 क्वेश्चन से। अ मैन बोट अ होर्स एंड सोल्ड इट एट अ गेन ऑफ 10%। एक बंदे ने होर्स खरीदया ते बेचता उन्हूं 10% गेन ते, अपने कोले की कीता होर्स खरीदया ते 10% गेन ते बेचता। तो दोस्तों देखो सीपी किसे बंदे दी 100 रुपये, 100 रुपया लेके चल पो या 100% लेके चल पो, कोस्ट प्राइस जिसते आप चीज खरीदते हैं, सैलिंग प्राइस जिसते आप कोई चीज की करते हैं सोल्ड करते हैं, जिसते आप चीज बेचते हैं, 10% मैंने गेन ते बेचती, मतलब मैंने किन्ने परसेंट ते बेचती दोस्तों 110% ते, क्योंकि जे मैं प्रॉफिट मैनू तां होगा जे मैं वधा के बेचूंगा, मेरी एसपी सीपी नालों की होगी ज्यादा होगी। नैक्सट इफ ही हैड बोट द होर्स एट 20% लैस, जे ओह होर्स 20% घटा के खरीद लैंदा, मतलब दोस्तों उसकी सीपी च चेंज हुंदा, 100% वाली चीज जे 20% घटा के खरीद लैंदा, 20% घटा के खरीद लैंदा मतलब किन्ने परसेंट की खरीद लैंदा, 80% की। एंड सोल्ड इट 400 more, 100 रुपया वधा के बेच दिंदा। देखो यह अपने को चीज परसेंटेज है, मैक्सिमम बच्चे की गलती करते हैं परसेंटेज है, यह अपने को रुपया च है, तो दोनों चीजा अलग रखियो, 100 रुपया वधा के बेच दिंदा। He would have a profit of 40%, तो उन्होंने 40% का प्रॉफिट होंदा। तो दोस्तों देखो आह अपने को सीपी सी 80 का अपने को कितना प्रॉफिट होंदा 40%, तो 80 का 40% फाइंड कर लो, 80 का 40% फाइंड करोगे थोड़े को आजूगा 32, मतलब इस 32 जोड़ दोगे 112% ते हो की कर दिंदा सोल्ड। मेन चीज़ थोड़े को आ सी, जे तुसी आ चीज़ बनानी आ गई तो थोड़ा क्वेश्चन सोल्व हो जूगा। की कह रहा है, कहना थोड़े को सीपी 100% सी, 10% उन्हें वधा के बेचती, मतलब एसपी कि आ गई 110%। हूँ जे वो 20% घटा के खरीदा, 20% घटा के खरीदा मतलब किन्ने परसेंट से खरीदा, 80% से खरीदा, तो 32% अपने को 40% वधा दिंदा, 80 का 40% कि आ गया 32, मतलब ये 32 जोड़ता तो अपने को कि आ गया 112% से बेच दिंदा। तो दोस्तों देखो हूँ की करना है, इन्हों दोहां दा जिहड़ा डिफरेंस है किन्ने परसेंट दा आ गया, 112 चो 100 घटा दांगे दोहां दा डिफरेंस आ गया 2% दा, ते किन्ने रुपयां दा फर्क है अपने कोले, किन्ने रुपयां दा फर्क है 100 रुपयां दा फर्क है, किन्ने रुपयां दा फर्क है 2% कादे बराबर हो गया 100 दे, तो 1% की वैल्यू किन्नी आजूगी 100/2 कट के आ गया पिया। आपां ने पता की करनी है सीपी, सीपी अपने कोले किन्ने परसेंट है, देखो दोस्तों सीपी अपने कोले परसेंट है 100,
1% की वैल्यू 50 है तो 100% की वैल्यू कितनी हो जाएगी 50 गुना 100 मतलब की आंसर आ गया थोड़े को 5000 रुपया कितना आंसर आ जाऊगा 5000 रुपीस ऐसी अपने को प्रॉफिट एंड लॉस दे विचों क्वेश्चन नेक्स्ट चल दिया अगले क्वेश्चन अ मर्चेंट ऑन द प्रॉफिट ऑफ 20% मर्चेंट जिमे कि अज दे तीन क्वेश्चन सोल्व किए दविंदर सिंह ने तीनों क्वेश्चन सही करैक्ट किए ने तो नैक्सट चल रहा अब मर्चेंट ऑन द प्रॉफिट ऑफ 20% 20% प्रॉफिट होया बाय सैलिंग अ बास्केट कंटेनिंग 80 एप्पल्स हूज कोस्ट इज 240 तो दोस्तों पहला तुसी क्वेश्चन नु खुद ध्यान ना पढ़िया करो नाल पंजाबी च भी दिता हुंदा क्वेश्चन की कह रहा प्रॉफिट होया 20% दा बाय कंटेनिंग जेड़ी एक बास्केट बेची 80 एप्पल सी जिदी कोस्ट प्राइस किन्नी सी 240 तो देखो 80 एप्पल सी 240 रुपए दे सब तो पहला तो 20% दा लाभ होया 20% दा लाभ होया तो 240 दा 20% किन्ना हो गया 240 दा 20% हो गया अपने कोले 48 रुपए मतलब 48 रुपए दा प्रॉफिट हो गया 48 रुपए का प्रॉफिट हो गया तो दोस्तों जी एसपी आऊगी एसपी अपने को किन्नी आऊगी 288 रुपए की अपनी एसपी आऊगी एसपी किन्ने रुपए आ गई 288 रुपए बट ही गिव 1/4 ऑफ इट टू हिज फ्रेंड एट कोस्ट प्राइज उन्हें 1/4 हिस्सा कोस्ट प्राइस से बेचता 1/4 हिस्सा कोस्ट प्राइस से बेचता तो दोस्तों 1/4 हिस्सा देखो किन्ना होया 1/4 हिस्सा अपने कोले टोटल 80 एप्पल्स ने अपने कोले 80 एप्पल्स ने 80 दे विचो 1/4 हो गया थोड़े कोले 20 एप्पल्स 20 एप्पल उन्हें सीपी ते बेचते बाकी दे उन्हें 60 एप्पल उन्हें वधा के बेचते उन्हें की करते वधा के बेचते तो अपा ने कढ़ना है भी जेड़े वधा के बेचे ने ही सेल ईच एप्पल जेड़ा प्रॉफिट ते बेचे ने उन्हें किस रेट ते बेचे ने तो देखो 20 एप्पल तो उन्हें कोस्ट प्राइस से बेचते कोस्ट प्राइस थोड़े को एक एप्पल की किन्नी सी कोस्ट प्राइस अपने को 80 240 वटा 80 एक अपने को एक एप्पल की कोस्ट प्राइस सी 3 रुपया तो 20 एप्पल की किन्नी होगी 60 रुपया मतलब 288 चो जे आप 60 रुपये घटा देंगे 228 रुपए के उन्हें बाकी एप्पल बेचते बाकी एप्पल है किन्ने ने 60 एप्पल उन्हें किन्ने रुपए के बेचते 228 रुपए के तो एक एप्पल का रेट कट लाँगे 228 वटा 60 हूँ जी आप इन कट दें दोस्तों देखो छे आप कटे आप कटा 6 12 18 3 नैक्सट 48 8 6 48 38 अपने को 3.8 तो एक एप्पल उन्हें किन्ने का बेचता 3.8 रुपीज़ का तो एक एप्पल की अपने को सैलिंग प्राइस कि आ गई 3.8 जेड़ा कि उन्हें प्रॉफिट से बेचे तो आसी दोस्तों 90 नंबर क्वेश्चन नेक्स्ट चलते हैं 20 नंबर क्वेश्चन शांतनु ड्राइव्स अ मोटरसाइकिल शांतनु मोटरसाइकिल ड्राइव करता है कवर द डिस्टेंस ऑफ 715 किलोमीटर कितना डिस्टेंस कवर करता है 715 किलोमीटर एट अ कांस्टेंट स्पीड एक कांस्टेंट स्पीड दे उत्ते अपन डिस्टेंस देता 715 किलोमीटर डिस्टेंस देता 715 किलोमीटर इफ द स्पीड ऑफ द मोटरसाइकिल इफ द स्पीड ऑफ द मोटरसाइकिल हैड बीन 10 किलोमीटर पर आर मोर जे मैं स्पीड 10 किलोमीटर प्रति घंटा वधा दा ही वुड हैव टेकन 2 आर लेस तो उन्हें किन्ने घंटे घट लगते हैं 2 घंटे घट लगते हैं टू कवर द सेम डिस्टेंस सेम दूरी तय करन च 2 घंटे घट लगते हैं वट इज द ओरिजिनल स्पीड ऑफ द मोटरसाइकिल ओरिजिनल स्पीड ऑफ द मोटरसाइकिल दोस्तों दो तरीके ना कर सकते हो सब तो बढ़िया मैथड हूँ बाय ऑप्शन इस टाइप नू करन दा बाय ऑप्शन हुण देखो 715 किलोमीटर है आपां ने डिस्टेंस अपने कोले टाइम कढ़ना पौंदा की हुंदा डिस्टेंस वटा स्पीड आपां नू डिस्टेंस दित्ता होया स्पीड आपां नू ऑप्शन तो मिल जूगी तो जे आपां ने ऑप्शन इलीमीनेट करनिया होवे 715 60 दे टेबल ते तां कट्टे ही नहीं आंदा 715 किहदे टेबल ते नहीं कट्टे आंदा 60 दे टेबल ते नहीं कट्टे आंदा तां सी ऑप्शन गलत होगी ऐं 715 36 दे टेबल ते भी नहीं कट्टे आंदा आ ऑप्शन भी की होगी अपने कोले गलत अपने को ऑप्शन बच गई एक 65 एक किन्नी बच गई 55 दो ऑप्शन बच गई तो देखो ओरिजिनल स्पीड अपनी जे आप आह लेके चलते हैं उस तो बाद उन्हें 10 स्पीड वधाती सी तो किन्नी होगी सी 65 होगी सी यही चीज लेके चलनी पूगी जे आप 55 चेक करिए 715 से डिवाइड होंगे
715 ते जी आपां वंड दईए तां इह अपने कोले वंडिया जाऊगा अपने 11 दे टेबल ते वंड दिंदे आ 5 6 5 इह कट के अपने कोले आ गया 13 घंटे तां किन्ने घंटे लैंदा 13 घंटे जी आपां 65 ते वंडदे आ 715 नूं 65 ते वंडदे आ इह अपने कोले वंडिया जाऊगा 11 घंटे तां दोस्तों किन्ने घंटे दा फर्क पै गया 2 घंटे दा आपां उरे वी किन्ने घंटे दा फर्क दित्ता है 2 घंटे दा तां इस टाइप दा क्वेश्चन जदों भी आ जाए तुसीं बाय ऑप्शन चक सकदे हो इस तरीके नाल जे तुसीं बाय ऑप्शन नहीं करना चाहते तो तुहानूं मैं ऑप्शन बना के दिंदा तुहानूं इक्वेशन बना के दिंदा इक्वेशन नूं तुसीं खुद सोल्व करोगे इक्वेशन किवें बनूगी देखो अपने कोले टाइम दा डिफरेंस देता टाइम जदों स्लो जा रहा जदों कोई बंदा स्लो जा रहा उदों टाइम ज़्यादा लगेगा माइनस टाइम जदों ही बंदा फास्ट जा रहा किन्ने टाइम का फर्क है 2 घंटे का टाइम का फॉर्मूला की होंगे अपने को डिस्टेंस वटा स्पीड टाइम का फॉर्मूला की होंगे दोस्तों डिस्टेंस वटा स्पीड तो अपने को डिस्टेंस 715 वटा एक्स माइनस 715 स्पीड उरे 10 बढ़ गई तो एक्स प्लस 10 किन्ने घंटे का फर्क है 2 घंटे का इतों आप इक्वेशन सोल्व कर लेंगे क्वाड्रेटिक इक्वेशन बन जूगी तो थोड़े को एक्स की वैल्यू आ जूगी 55 किलोमीटर पर आवर इस तरीके इक्वेशन बना के भी सोल्व कर सकते हो तो दोस्तों ऐसी 20 नंबर क्वेश्चन बट ट्राई करियो जे बाय ऑप्शन ही कर नेक्स्ट चलते हैं 21 क्वेश्चन 21 क्वेश्चन है थोड़े स्क्रीन ते टी वर्थ 126 पर केजी एंड 135 पर केजी आर मिक्स्ड विद द थर्ड वैरायटी इन द रेशियो 1:1:2 तो दोस्तों 126 रुपए किलो है अपने को 126 रुपए पर केजी पहली दूसरी 135 पर केजी तीसरी एक्स रुपए अपन नहीं पता किन्ने रुपए दी है किन्नी क्वांटिटी चा 1:1:2 मतलब आह 1 किलो है आह भी 1 किलो है आह भी की है 2 किलो रेशियो नु अपन डायरेक्ट लेके चल सकते हैं तो अपना उरे किन्ना खर्चा होया 126 नु 1 रुपए दे लिया ता 1 किलो लिया ता 126 रुपए उरे अपना किन्ना खर्चा होया 135 रुपए उरे अपना 2x तो टोटल खर्चा अपना आ हो गया किन्ना हो गया अपने को 6 × 5 = 11 6 261 + 2x टोटल खर्चा दोस्तों अपना इन्ना खर्चा हो गया हुण मैंने बेचा 153 पर केजी ते 153 पर केजी ते तो देखो टोटल खर्चा तां भी सेम रहूगा 153 पर केजी ते मैंने की किया तो 153 पर केजी का मैं मिक्सचर पै गया 153 पर केजी का मिक्सचर पै गया तो मतलब मेरा टोटल खर्चा किन्ना होगा मैंने टोटल 4 किलो खरीदिया 2 किलो 3 किलो 4 किलो तो 153 × 4 ये अपने को आजूगा 2 × 4 = 12 1 × 5 = 20 1 612 रुपए मतलब टोटल खर्चा अपने को किन्ना आ गया 612 तो इतों एक्स की वैल्यू कट लाँगे 2x किन्ना हो गया 612 चो आप 261 माइनस कर देंगे 351 2x की वैल्यू आ गई 351 तो एक्स की वैल्यू आ जूगी अपने को 175.5 175.5 आ सी दोस्तों अपने को सी ऑप्शन तो ए सी दोस्तों 21 नंबर क्वेश्चन नेक्स्ट चल लाँगे 22 नंबर क्वेश्चन 22 नंबर क्वेश्चन है अ सर्टेन नंबर इज डिवाइडेड इनटू टू पार्ट्स सच दैट 5 times the first part एड टू 11 times the second part मेक 7 times the whole ओवरऑल किन्ने टाइम बन जाती है 7 times बन जाती है दोस्तों इस क्वेश्चन ते लगा सकते हो तुसी एलीगेशन मेथड जे थोनू एलीगेशन मेथड आंदा है तो यह क्वेश्चन बिल्कुल मजाक है किमें फर्स्ट पार्ट सेकंड पार्ट पहला पार्ट आपने लिया 5 times दूसरा पार्ट लिया आपने 11 times ओवरऑल किन्ने टाइम है 7 times तो माइनस कर देंगे 11 × 7 माइनस किया अपने को किन्ना आ गया 4 × 7 = 5 माइनस किया कि आ गया 2 तो 4 से 2 कटा के कि आंसर आ जूगा 2:1 अपना आंसर की आ गया 2:1 ए सी 22 नंबर क्वेश्चन नेक्स्ट 23 शॉपकीपर अलोस 23% कमीशन ऑन हिज एडवरटाइज्ड प्राइस अ शॉपकीपर ने 23% का कमीशन देता ऑन हिज एडवरटाइज्ड प्राइस एक तरह का उन्हें डिस्काउंट देता यही क्वेश्चन डिस्काउंट दे विच्चों है जदों भी दोस्तों डिस्काउंट का कंसैप्ट आ जाए तीन चीज़ा ध्यान च रखियो एक होंगी थोड़े को कोस्ट प्राइस एक होंगी सैलिंग प्राइस एक होंगी मार्केट प्राइस कोस्ट प्राइस से प्रॉफिट होया तो थोड़ी की आ जूगी सैलिंग प्राइस
मार्केट प्राइस से डिस्काउंट दूंगा तो भी थोड़ी की आजूगी सेलिंग प्राइस। उन्हें की क्या है एडवरटाइज प्राइस स्टिल मेक अ प्रॉफिट ऑफ 10% 10% का उन्होंने की होया प्रॉफिट ही गेन 56 ऑन वन आइटम उन्हें 56 रुपए का की किया गेन किया। तो दोस्तों देखो पहला तो डायरेक्ट अपन सीपी पता लग जूगी 10% मैनू गेन हो रहा है किन्ने रुपए का गेन हो रहा है 56 रुपए का तो अपने को 100% कि आजगी 100% आ गई मेरे को 560 रुपया मतलब मेरी कोस्ट प्राइज आ गई 560 रुपए की कोस्ट प्राइस अपने को कि आ गई 560 रुपए की 56 रुपए का मैनू गेन हो गया 56 रुपए का गेन हो गया तो मैं इसे जोड़ दूंगा मेरी सैलिंग प्राइस कि आ गई 616 रुपए तो मेरी सैलिंग प्राइस कि आ गई 616 रुपए। हूँ देखो मान लो मैंने मार्केट प्राइस 100% मान ली 23% का मैंने डिस्काउंट देता तो मतलब मैंने सैल किन्ने परसेंट दे की सोचो आप 23% घटा देंगे 77% दैट मीनस 77% इक्वल टू 616 तो 100% की वैल्यू फाइंड कर लेंगे 616 वटा 77 इंटू 100 इसमें जो आप 11 के टेबल से कट दें 7 56 से कट गया 8 तो अपने को दोस्तों आंसर आ जाऊगा 8 इंटू 100 आंसर कि आ गया 800 तो ऐसी अपने को डिस्काउंट कंसैप्ट दे विचों क्वेश्चन। तो 24 नंबर क्वेश्चन है अ थीफ इज स्पॉटेड बाय अ पुलिसमैन फ्रॉम अ डिस्टेंस ऑफ 200 मीटर। देखो कोई चोर खड़ा है ओनू पुलिस ने देखा आ अपने को थीफ है आ अपने को पुलिस है पुलिस ने चोर नू देखा किन्ने मीटर दूर सी हो उस तो 200 मीटर की दूरी ते सी ता चोर ने भजना शुरू करता हूँ देखो पुलिस करनी था भजूगा नहीं दूसरी डायरेक्शन भजूगा चोर ने भजना शुरू करता 16 किलोमीटर प्रति घंटे की स्पीड ना किन्ने घंटे की स्पीड ना 16 किलोमीटर प्रति घंटे स्पीड ना ते पुलिस ने उदे पिछे भजना शुरू करता किन्ने की स्पीड ना 20 किलोमीटर प्रति घंटे की स्पीड ना उसे टाइम ते चोर ने भी भजना शुरू करता उसे टाइम ते पुलिस ने भी भजना शुरू करता। तो दोस्तों देखो आपने पता करना है भी चोर है जिहड़ा हाउ फार द थीप विल रन बिफोर ही इज ओवरटेकन तो किन्नी दूरी से चोर है जरा फड़िया जाऊगा किन्नी दूरी से फड़िया जाऊगा तो हम अपने डिस्टेंस पता करना है सब तो पहला की करो सब तो पहला टाइम देखो भी किन्ने टाइम च पुलिस है जी चोर न फड़ लेंदी है किन्ने टाइम च पुलिस चोर न फड़ लेंदी है। हूँ टाइम का फॉर्मूला आपको पता डिस्टेंस वटा स्पीड होंगे आपने देखो एक्सट्रा डिस्टेंस कि कवर करवाना है 200 मीटर क्योंकि जिन्ना उस तो बाद पुलिस भी भज रही है चोर भी भज रहा है जिहड़ा एक्सट्रा डिस्टेंस आपने पकड़न लिए आपने भजाना वह किन्ने मीटर भजाना 200 मीटर डिस्टेंस आ गया 200 मीटर स्पीड किन्नी अपने को स्पीड भी दोह की डिफरेंस हो जूगी स्पीड किन्नी आजूगी 4 किलोमीटर प्रति घंटा 4 किलोमीटर प्रति घंटा तो इन मीटर पर सैकेंड बना ली 5/18 ना गुना कर लेंगे बन जूगा 20/18 तो 18 उपर चल जूगा इनू कट के आ गया 180 सैकेंड टाइम लगता है पुलिस नू चोर नू फड़न नू 180 सैकेंड। हुण आपने पता करना है चोर किन्ना डिस्टेंस कवर करता है तो डिस्टेंस का फॉर्मूला की होंगे दोस्तों स्पीड गुना टाइम अपने को स्पीड किन्नी है चोर की 16 किलोमीटर प्रति घंटा मतलब 16 × 5/18 गुना टाइम अपने को किन्ना 180 सैकेंड गुना 180 तो इनू जो आप कैलकुलेट करांगे ये अपने को आजूगा 800 मीटर मतलब पुलिस चोर नू फड़न तो पहला चोर किन्ने मीटर होर भज लिया 800 मीटर भज लिया सी ता आसी अपने को 24 नंबर क्वेश्चन जेड़ा कि टाइम एंड डिस्टेंस दे विचों सी। नेक्स्ट क्वेश्चन है दोस्तों नंबर सिस्टम दे विचों द प्रोडक्ट ऑफ 4 कॉन्जीक्यूटिव नैचुरल नंबर 4 कॉन्जीक्यूटिव नैचुरल नंबर प्लस 1 इज नॉन स्केयर मतलब जेड़ा स्केयर ना हो ऑलवेज सम ऑफ 2 स्केयर नंबर 2 स्केयर नंबरों का जोड़ स्केयर नन ऑफ द अबव आप इन्ना चो दसना है। तो दोस्तों नैचुरल नंबरस की होंगे ने नैचुरल नंबरस वो होंगे ने जेड़े एक तो शुरू होंगे ने 1, 2, 3, 4, 5 अप टू जेड़े अगे चलते जाते हैं ये होंगे ने अपने नैचुरल नंबरस। तो कोई भी अपन 4 नैचुरल नंबरस लैके चलते हैं उन्होंने प्रोडक्ट करते हैं तो बाद दे विच की कर देंगे एक ऐड कर देंगे मान लो आप पहले 4 नैचुरल नंबर लैके चल पे इन्हों की प्रोडक्ट करा 24 24 + 1 अपने को 25 हूँ 25 की होंगे दोस्तों 5 का स्केयर 25 की होंगे 5 का स्केयर जे आप कोई होर नंबर लेके चलते हैं मान लो 2, 3, 4, 5 + 1 इनू कैलकुलेट करा 5 चौका 20 20 30
60 60 120 120 प्लस 21 टोटल कितना बन गया 120 किस दा स्क्वायर बन गया 11 दा स्क्वायर। मतलब हमेशा है किस दा स्क्वायर बनूगा किसे नंबर दा स्क्वायर बनूगा तो अपने को ऑप्शन की आ जाऊगी सी। कोई भी नंबर चक के देख लियो चाहे 5 6 7 8 6 7 8 9 प्लस 1 इन्हू भी करोगे भी अपने को एक स्क्वायर बन जाऊगा। तो कोई भी चार नंबर जिन्हों की गुना करके कैड कर दोगे तो अपने को बन जाता हूँ एक स्केयर बन जाता हूँ। बट होने की चाहिए कॉन्जीक्यूटिव, कॉन्जीक्यूटिव का मतलब होंगे दोस्तों लगातार नंबर, लगातार नंबर कॉन्जीक्यूटिव का मतलब होंगे लगातार नंबर। तो यह सी अपनी स्क्रीन के उत्ते 25 नंबर क्वेश्चन। नैक्सट 26 जिरा कि पार्टनरशिप के विजय राम से रवि, विजय राम से रवि इन्वेस्ट करते हैं 2700 रुपया 8100 रुपया 7200 रुपया एट द एंड ऑफ ईयर। देखो दोस्तों टाइम नहीं दिता, मतलब टाइम तिना का सेम होगा, तिना का सेम होगा तो डायरेक्ट कटिंग कर दो, इन्हों की रेशो बना ली दी होंगी है, कटिंग करके अपने को 9 दे टेबल दे कट जूगा 3:9:8 अपने को रेशो बन जूगी 3:9:8। हूँ इफ राम शेयर वास 3600, राम का शेयर देता 3600, देखो राम की वैल्यू अपने को कि 9:9 है, मतलब 9:9 का बराबर आ गया 3600 के बराबर आ गया, अपने को 9:9 आ गया 3600 के बराबर। तो 1:1 की वैल्यू कि आजगी 3600/9 ये कट के आजगा अपने को 400, 1:1 की वैल्यू आ गई दोस्तों 400 रुपया। कटना की है टोटल प्रॉफिट, टोटल प्रॉफिट मतलब तिना का जोड़ मिला के, तिना का जोड़ मिला के कि बनता है 9 ते 8 17 17 ते 3 20 मतलब 20 की वैल्यू कि आ गई 400 × 20 400 × 20 मतलब कि आंसर आ गया 8000 रुपया अपने को आंसर आ गया सी ऑप्शन 8000 रुपया। नैक्सट चलते हैं 27 नंबर क्वेश्चन, 27 नंबर क्वेश्चन एवरेज वेट ऑफ 8 मैन इज इंक्रीज बाय 1.5 kg, एवरेज वेट ऑफ 8 मैन इज इंक्रीज बाय 1.5 kg, एवरेज वेट इंक्रीज होया दोस्तों, एवरेज वेट का मतलब एवरेज वेट इंक्रीज होया मतलब जिमें आप रूम च 8 बंदे हाँ मतलब हरेक का 1.5 किलो वेट बढ़ गया, हरेक का 1.5 किलो बढ़ गया, कदों बढ़िया जो 65 किलो वाला बंदा, जो 65 किलो वाला बंदा रिप्लेस करता, आप रिप्लेस करता न्यू बंदे नाल, रिप्लेस करता न्यू बंदे नाल, तो देखो न्यू परसन का जो वेट है पहला तो ऐ सोच के देखो न्यू परसन का वेट ज़्यादा होगा कि घट होगा। देखो कोई बंदा गया अपने को 65 किलो वाला बंदा चला गया, वो थान पर नवा बंदा आ गया, और नवे बंदे आने नाल अपना सारे का वेट बढ़ गया, नवे बंदे के आने नाल अपना सारे का वेट बढ़ गया, मतलब जो नवा बंदा आया वह वेट की होगा ज़्यादा होगा, वेट की होगा वह ज़्यादा होगा, वेट कि ज़्यादा होगा, देखो उस बंद का वेट 65 किलो का होगा ही होगा प्लस होर कि होगा, हुण किन्ना होगा 1.5 किलो वेट वध्या हर एक पिछे, एवरेज वेट का मतलब हर एक पिछे 1.5 किलो वध्या, तो 8 बंदिया पिछे किन्ना वध गया, 8 बंदिया पिछे 12 किलो वध गया, हुण ये 12 किलो जिहड़ा वध्या नवे बंदे करके वध्या, तो 12 किलो इस 65 किलो का होगा ही, 12 किलो आ होगा, टोटल किन्ने किलो वेट होगा उसका 77 kg, जिहड़ा नवा बंदा आया उसका वेट है जिहड़ा वह होगा 77 kg। नैक्सट है 28 नंबर क्वेश्चन, कंपाउंड इंटरेस्ट का क्वेश्चन है, 400 amounts to 441 इन 2 years, 400 रुपया थोड़ा 441 बन जाता है किन्ने साल, 2 साल के बीच, वट विल बी द अमाउंट इफ द रेट ऑफ इंटरेस्ट इज इंक्रीज बाय 5%। जे दोस्तों बेसिक तरीके नाल करना है तुसी पहला अमाउंट का फॉर्मूला लगा सकते हो, 1+R/100 power t, इतों तुसी अपने कोले रेट कट सकते हो, रेट आप रेट कट सकते हैं, रेट किमें कटा, देखो अमाउंट अपने अमाउंट कि 441 = 400 1+R/100 power t 100 power time कि 2 साल, तो 441/400 1+R/100 power t 21/20 का स्केयर बन गया दोस्तों, उरे अपने को स्केयर है ता 1+R/100 power 2 2 नाल 2 कट गया, उरो अपने को आर की वैल्यू आ जाएगी 5%, रेट ऑफ इंटरेस्ट कितना आ गया अपने को 5%। हुण मैंने रेट ऑफ इंटरेस्ट कितना इंक्रीज करता, 5% इंक्रीज करता, 5 पहला सी 5 होर इंक्रीज करता, रेट ऑफ इंटरेस्ट कितना हो गया अपने को 10% हो गया। तो सेम उस तरीके अपने को अमाउंट कढ़नी, आप
पी अपन पता है 400 वन प्लस आर कि 10/100 की पावर टी इसनों सोल्व कर लेंगे अपने को ले आंसर आ जाऊगा 484 अपने को ले दोस्तों अमाउंट कि आ जाऊगी 484 रुपये। एक मैथड अपने को ले जे आप प्रोपर तरीके कंसैप्ट सोल्व करना आप इस मैथड न लगा सकते हैं। नैक्सट चलते हैं अगले क्वेश्चन 29 नंबर क्वेश्चन है ए अलोन कैन डू अ पीस ऑफ वर्क इन 3 डेज ए किसी काम किन्ने दिन च करता है 3 दिन दे विच। नेक्स्ट बी अलोन डू वर्क इन 2 डेज बी उसे काम किन्ने दिन च पूरा करता है 2 दिन दे विच। इफ दे वर्क टूगैदर देखो दोस्तों जी आप एलसीएम लवेंगे फर्स्ट वीडियो दे विच भी आप टाइम एंड वर्क ते पाइप एंड सिस्टम के क्वेश्चन किए थे एक दिन का काम आ गया 2 एक दिन का काम आ गया 3 मतलब 1 डे वर्क की रेशियो कितनी आ गई 2:3। हूँ देखो एक दिन च 2 काम करता एक दिन च 3 काम करता रुपए ज्यादा किनू मिलेंगे जे आप रुपए वंडने ने रुपए वंडने ने तो आप कि ज्यादा देवे जो एक दिन च ज्यादा काम करूगा मतलब ए नू आप ज्यादा रुपए देवे बी ए नू घट रुपए देवे बी नू की देवे ज्यादा रुपए टोटल वेज 225 है। हूँ देखो कम कि रेशो च करते हैं 2:3 के मतलब टोटल 5 काम होंगे किन्ने रुपया का काम करते हैं 225 रुपया का किन्ने रुपया का काम करते हैं दोस्तों 225 रुपया का मतलब एक रेशो आ गई थोड़े को 225/5 कि आ गया 45 एक रेशो कि आ गई 45 ए का शेयर पता करना ए की वैल्यू कि अपने को 2:1 तो 2:1 एक रेशो 45 के बराबर है तो 2:1 कि आ गई थोड़े को 90 रुपए आंसर की आ गया ए ऑप्शन। तो दोस्तों मैक्सिमम क्वेश्चन थोड़े रेशो न हो जाते हैं जे थोड़े रेशो का बेसिक कंसैप्ट क्लीयर। नैक्सट चलते हैं लास्ट क्वेश्चन से इस वीडियो के नैक्सट वीडियो के कुछ होर क्वेश्चन करा ए कौन अ हैमीस्फीयर एंड अ सिलंडर स्टैंड ऑन इक्वल बेस एक कौन है एक हैमीस्फीयर है एक सिलंडर है स्टैंड ऑन इक्वल बेस एंड इक्वल हाइट एंड हैव सेम हाइट सेम ही हाइट है सेम ही उन्होंने की अपने को रेडियस है मतलब सेम ही बेस है द रेशियो ऑफ देयर वॉल्यूम वॉल्यूम की रेशियो पता करनी है मतलब बेसिकली उन्हें थोड़े तो फॉर्मूले पूछे ने कौन का फॉर्मूला की होंगे दोस्तों कौन का वॉल्यूम वॉल्यूम ऑफ कौन रेशियो वॉल्यूम ऑफ हैमीस्फीयर रेशियो वॉल्यूम ऑफ सिलेंडर कौन का वॉल्यूम अपने को 1/3πr²h अपने को हैमीस्फीयर का वॉल्यूम होंगे 2/3πr³ सिलेंडर का अपने को वॉल्यूम होंगे πr²h तो देखो पाई नाल पाई कट गया r²h बराबर है मतलब r³ बन गया ए भी r³ बन गया आ भी r³ बन गया अपने को जी वैल्यू बन गई 1/3 2/3 1 एलसीएम ले लेंगे 3 आ जाऊगा अपने को रेशो की बन जूगी 1:2:3 तो दोस्तों आंसर की आ जाऊगा 1:2:3 आ अपने को आंसर आ जाऊगा। जिमें कि थोड़ी स्क्रीन के उत्ते 31 नंबर क्वेश्चन है द एवरेज मार्क्स ऑफ 30 स्टूडेंट्स आर 45 कहिंदा एवरेज मार्क्स ऑफ 30 स्टूडेंट आर 45 बट आफ्टर चैकिंग बट चैकिंग तो बाद की होया देयर आर 2 मिसटेक्स फाउंड चैकिंग तो बाद दोस्तों 2 मिसटेक्स फाउंड हुई है। देखो 30 स्टूडेंट्स ने जिन्हों की एवरेज देती 30 जिन्हों की एवरेज कितनी देती 30 बट एवरेज देती सॉरी एवरेज आपनूं देती दोस्तों 45 एवरेज देती 45 30 स्टूडेंट्स की एवरेज 45 देती उस तो बाद 2 मिसटेक्स फाइंड हुई 2 मिसटेक्स फाइंड हुई तो मिसटेक्स की हुई आफ्टर एडजस्टमेंट इफ अ स्टूडेंट गोट 45% मार्क्स एक स्टूडेंट के 45 नंबर वधाते एक स्टूडेंट के 45 नंबर वधाते दूसरे स्टूडेंट के 15 नंबर घटाते दूसरे स्टूडेंट के मैंने 15 नंबर घटाते मतलब ओवरऑल मेरे की होगा 30 नंबर की हो जाएंगे इनक्रीज हो जाएंगे 30 नंबर दोस्तों इनक्रीज हो जाएंगे तो व्हाट विल बी द एडजस्टेड एवरेज तो जी नवी एवरेज है वह कि बनूगी तो हम इस क्वेश्चन करना कि मैं देखो टोटल 30 स्टूडेंट ने 30 स्टूडेंट पिछे अपने को कि फर्क पिया 30 नंबर का फर्क पिया 30 स्टूडेंट पिछे 30 नंबर का फर्क पिया तो ऑन एन एवरेज एक स्टूडेंट पिछे किन्ने नंबर का फर्क पिया एक नंबर का फर्क पिया 30 स्टूडेंट पिछे 30 नंबर का फर्क पै रहा है तो दोस्तों एक स्टूडेंट पिछे किन्ने नंबर का फर्क पेगा एक नंबर का फर्क पेगा तो इनक्रीज हो रही है मतलब जी एवरेज है वह एक की हो जूगी इनक्रीज हो जूगी मतलब जे थोड़ी एवरेज पहला 45 सी तो हूँ एक इनक्रीज हो जूगी नवी एवरेज अपने को कि बन जूगी 46 तो दोस्तों इस क्वेश्चन
ਆਪਾਂ ਡਾਇਰੈਕਟ ਇਸ ਤਰੀਕੇ ਨਾਲ ਸੋਲਵ ਕਰ ਸਕਦੇ ਸੀ। ਜੇ ਆਪਾਂ ਨੈਕਸਟ ਦੇਖਣਾ ਚਾਹੀਏ ਜੀ ਇਕੁਏਸ਼ਨ ਬਣਾ ਕੇ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਨੂੰ ਪਤਾ 30 ਸਟੂਡੈਂਟ ਦੀ ਐਵਰੇਜ 45 ਸੀ ਤਾਂ ਆਪਾਂ ਉਹਨੂੰ ਟੋਟਲ ਕੱਢ ਸਕਦੇ ਹਾਂ। ਟੋਟਲ ਕਿੰਨੀ ਹੋ ਗਈ ਆਪਣੇ ਕੋਲ 30 × 45 ਆਪਣੇ ਕੋਲ ਆ ਜਾਊਗਾ 1350। ਤਾਂ ਦੋਸਤੋ ਆਪਣੇ ਕੋਲ ਉਹ ਆ ਗਿਆ 1350। ਨੈਕਸਟ ਇੱਕ ਸਟੂਡੈਂਟ ਦੇ 45 ਵੱਧ ਗਏ, ਇੱਕ ਦੇ 30 ਘੱਟ 15 ਘੱਟ ਗਏ ਤਾਂ ਓਵਰਆਲ ਫਰਕ ਕਿੰਨਾ ਪੈ ਗਿਆ, 30 ਇਨਕਰੀਜ਼ ਹੋ ਗਿਆ। ਮਤਲਬ ਟੋਟਲ 'ਚ 30 ਇਨਕਰੀਜ਼ ਹੋ ਗਿਆ ਤਾਂ ਟੋਟਲ ਕਿੰਨਾ ਹੋ ਗਿਆ 1380। 30 ਸਟੂਡੈਂਟ ਦਾ ਜਿਹੜਾ ਟੋਟਲ ਹੈ ਉਹ ਕਿੰਨਾ ਹੋ ਗਿਆ 30-80 ਤਾਂ 1380, ਤਾਂ ਐਵਰੇਜ ਕੱਢ ਲਾਂਗੇ 1380/30, ਇਹਨੂੰ ਕੱਟ ਦਾਂਗੇ ਆਪਣੇ ਕੋਲ ਕਿੰਨਾ ਆਨਸਰ ਆ ਜਾਊਗਾ 46। ਇਸ ਤਰੀਕੇ ਨਾਲ ਆਪਾਂ ਇਹ ਕੁਐਸਚਨ ਨੂੰ ਦੋ ਤਰੀਕੇ ਨਾਲ ਸੋਲਵ ਕਰ ਸਕਦੇ ਸੀ। ਤਾਂ ਦੋਸਤੋ ਇਹ ਕੁਐਸਚਨ ਆਪਣੇ ਕੋਲ ਐਵਰੇਜ ਦੇ ਵਿੱਚ ਸੀ। ਨੈਕਸਟ ਚੱਲਦੇ ਹਾਂ 32 ਨੰਬਰ ਕੁਐਸਚਨ ਤੇ। 32 ਨੰਬਰ ਕੁਐਸਚਨ ਕੀ ਕਹਿੰਦਾ ਦੇਖੋ, ਅ ਮੈਨ ਕੈਨ ਰੋ ਅਪਸਟ੍ਰੀਮ ਅ ਡਿਸਟੈਂਸ ਆਫ 2/3 ਕਿਲੋਮੀਟਰ ਇਨ 10 ਮਿੰਟਸ। 2/3 ਹਿੱਸਾ 10 ਮਿੰਟਾਂ 'ਚ ਜਾਂਦਾ। ਤਾਂ ਦੋਸਤੋ ਦੇਖੋ ਆਪਣੇ ਕੋਲ ਅਪਸਟ੍ਰੀਮ ਜਾਂਦਾ 2/3 ਕਿਲੋਮੀਟਰ ਕਿੰਨੇ ਟਾਈਮ ਦੇ ਵਿੱਚ, 10 ਮਿੰਟ ਦੇ ਵਿੱਚ। ਤਾਂ ਜੇ ਮੈਨੇ ਪੂਰਾ ਕਿਲੋਮੀਟਰ ਲੈ ਕੇ ਜਾਣਾ, 1 ਕਿਲੋਮੀਟਰ ਲੈ ਕੇ ਜਾਣਾ ਤਾਂ ਇਹਨੂੰ ਕਿੰਨਾ ਟਾਈਮ ਲੱਗੂਗਾ, 10 × 3/2। ਇਹ ਕੱਟ ਕੇ ਆ ਗਿਆ ਆਪਣੇ ਕੋਲ 15 ਮਿੰਟ। ਮਤਲਬ ਜੇ ਅਪਸਟ੍ਰੀਮ ਜਾਣਾ ਉਹਨੂੰ ਕਿੰਨਾ ਟਾਈਮ ਲੱਗੂਗਾ, ਟਾਈਮ ਆਫ ਅਪਸਟ੍ਰੀਮ ਆ ਗਿਆ ਆਪਣੇ ਕੋਲ 15 ਮਿੰਟ। ਇਸੇ ਤਰੀਕੇ ਨਾਲ ਸੇਮ ਡਿਸਟੈਂਸ ਡਾਊਨ ਸਟ੍ਰੀਮ ਜਾਂਦਾ ਕਿੰਨੇ ਮਿੰਟਾਂ 'ਚ, 15 ਮਿੰਟਾਂ 'ਚ। ਡਾਊਨ ਸਟ੍ਰੀਮ ਗਿਆ 15 ਮਿੰਟਾਂ 'ਚ, ਤਾਂ ਆਪਾਂ ਜੇ ਡਾਊਨ ਸਟ੍ਰੀਮ ਕੱਢੀਏ 2/3 ਕਿਲੋਮੀਟਰ ਗਿਆ 5 ਮਿੰਟਾਂ ਦੇ ਵਿੱਚ। ਡਾਊਨ ਸਟ੍ਰੀਮ ਗਿਆ ਆਪਣੇ ਕੋਲ 5 ਮਿੰਟਾਂ ਦੇ ਵਿੱਚ, ਤਾਂ 1 ਕਿਲੋਮੀਟਰ ਦਾ ਟਾਈਮ ਕੱਢ ਲਾਂਗੇ ਆਪਾਂ 5 × 3/2। ਤਾਂ ਦੋਸਤੋ ਇਹ ਆ ਗਿਆ ਆਪਣੇ ਕੋਲ 15/2। ਤਾਂ ਡਾਊਨ ਸਟ੍ਰੀਮ ਦਾ ਜਿਹੜਾ ਟਾਈਮ ਹੈ ਉਹ ਆ ਗਿਆ 15/2। ਸਭ ਤੋਂ ਪਹਿਲਾਂ ਦੋਸਤੋ ਆਪਣੇ ਕੋਲੋਂ ਉਰੇ ਅਪਸਟ੍ਰੀਮ ਤੇ ਡਾਊਨ ਸਟ੍ਰੀਮ ਦਾ ਟਾਈਮ ਪਤਾ ਲੱਗ ਜੂਗਾ। ਹੁਣ ਜੇ ਆਪਾਂ ਨੈਕਸਟ ਕਰਨਾ ਹੋਵੇ, ਨੈਕਸਟ ਕਿਵੇਂ ਕਰਾਂਗੇ, ਦੇਖੋ ਆਪਣੇ ਕੋਲ ਅਪਸਟ੍ਰੀਮ ਤੇ ਡਾਊਨ ਸਟ੍ਰੀਮ ਦਾ ਟਾਈਮ ਪਤਾ ਲੱਗ ਗਿਆ। ਹੁਣ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ, ਰੇਸ਼ੋ ਬਣਾ ਲਓ, ਟਾਈਮ ਆਫ ਅਪਸਟ੍ਰੀਮ ਰੇਸ਼ੋ ਟਾਈਮ ਆਫ ਡਾਊਨ ਸਟ੍ਰੀਮ। ਉਰੇ ਆਪਣੇ ਕੋਲ 15, ਉਰੇ 15/2। ਜੇ ਆਪਾਂ ਇਹਨੂੰ ਘਟਾਵਾਂਗੇ ਟਾਈਮ ਦੀ ਰੇਸ਼ੋ ਆ ਗਈ ਦੋਸਤੋ 2:1। ਟਾਈਮ ਦੀ ਰੇਸ਼ੋ ਆ ਜੂ 2:1, ਜਿਵੇਂ ਕਿ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਵੀ ਪੜਿਆ ਸੀ, ਜੇ ਟਾਈਮ ਦੀ ਰੇਸ਼ੋ 2:1 ਹੈ ਤਾਂ ਸਪੀਡ ਦੀ ਰੇਸ਼ੋ ਕਿੰਨੀ ਹੋ ਜੂਗੀ, ਸਪੀਡ ਆਫ ਅਪਸਟ੍ਰੀਮ ਰੇਸ਼ੋ ਸਪੀਡ ਆਫ ਡਾਊਨ ਸਟ੍ਰੀਮ, ਸਪੀਡ ਦੀ ਰੇਸ਼ੋ ਕਿੰਨੀ ਹੋ ਜੂਗੀ, 1:2। ਜਿਵੇਂ ਕਿ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਸੀ ਵੀ ਜੇ ਟਾਈਮ ਵੱਧ ਲੱਗ ਰਿਹਾ ਤਾਂ ਸਪੀਡ ਕੀ ਹੋਊਗੀ, ਘੱਟ ਹੋਊਗੀ। ਤਾਂ ਅਪਸਟ੍ਰੀਮ ਦੀ ਸਪੀਡ u-v, ਡਾਊਨ ਸਟ੍ਰੀਮ ਦੀ ਸਪੀਡ u+v, ਇਹ ਕਿੰਨੀ ਆਪਣੇ ਕੋਲ, 1:2। ਇਸ ਨੂੰ ਕ੍ਰੋਸ ਮਲਟੀਪਲਾਈ ਕਰੋਗੇ ਯੂ ਤੇ ਵੀ ਦੀ ਰੇਸ਼ੋ ਆ ਜੂਗੀ ਤੁਹਾਡੇ ਕੋਲ 3:1। ਯੂ ਤੇ ਵੀ ਦੀ ਰੇਸ਼ੋ ਆ ਜੂਗੀ ਦੋਸਤੋ 3:1। ਇਸ ਤਰੀਕੇ ਦਾ ਕੁਐਸਚਨ ਆਪਾਂ ਪਿੱਛੇ ਵੀ ਕਰਕੇ ਆਏ ਸੀ, ਤਾਂ ਕਰਕੇ ਡਾਇਰੈਕਟ ਦੱਸਿਆ ਵੀ ਯੂ ਤੇ ਵੀ ਦੀ ਆਪਾਂ ਵੈਲਿਊ ਕਿਵੇਂ ਸੋਲਵ ਕਰਾਂਗੇ। ਤਾਂ ਇਹ ਸੀਗਾ ਬੋਟਨ ਸਟ੍ਰੀਮ ਦੇ ਵਿੱਚ ਕੁਐਸਚਨ। ਨੈਕਸਟ ਚੱਲਦੇ ਹਾਂ ਅਗਲੇ ਕੁਐਸਚਨ ਤੇ। ਨੈਕਸਟ ਕੁਐਸਚਨ ਹੈ ਕਹਿੰਦਾ, ਦਾ ਹਾਈਟ ਆਫ ਟ੍ਰੀ ਇਨਕਰੀਜ਼ਿਸ ਐਵਰੀ ਈਅਰ 1/8 ਟਾਈਮ। ਟ੍ਰੀ ਦੀ ਜਿਹੜੀ ਹਾਈਟ ਹੈ 1/8 ਟਾਈਮ ਵੱਧ ਜਾਂਦੀ ਹੈ ਹਰ ਸਾਲ। ਇਫ ਦਾ ਪ੍ਰੈਜ਼ੈਂਟ ਹਾਈਟ ਆਫ ਦਾ ਟ੍ਰੀ ਇਜ਼ 64 cm। ਪ੍ਰੈਜ਼ੈਂਟ ਜਿਹੜਾ ਟ੍ਰੀ ਹੈ ਉਹਦੀ ਜਿਹੜੀ ਹਾਈਟ ਹੈ ਉਹ ਕਿੰਨੇ ਸੈਂਟੀਮੀਟਰ ਹੈ ਦੋਸਤੋ, 64 cm। ਵਟ ਵਿਲ ਬੀ ਇਟਸ ਹਾਈਟ ਆਫਟਰ 2 ਈਅਰ। ਇਹ ਇੱਕ ਤਰੀਕੇ ਦਾ ਕੰਪਾਊਂਡ ਇੰਟਰਸਟ ਦਾ ਕੁਐਸਚਨ ਹੈ, ਮਿਸ਼ਰਿਤ ਵਿਆਜ ਦਾ ਕੁਐਸਚਨ ਹੈ। ਹਰ ਸਾਲ 1/8 ਟਾਈਮ ਵੱਧ ਜਾਂਦੀ ਹੈ। ਤਾਂ ਜੇ ਆਪਾਂ ਪਹਿਲੇ ਸਾਲ ਦੇਖੀਏ, ਜਿਵੇਂ 64 cm ਇਸ ਵਾਰੀ ਹਾਈਟ ਹੈ, ਤਾਂ ਇੱਕ ਸਾਲ ਬਾਅਦ ਕਿੰਨੀ ਹਾਈਟ ਹੋ ਜੂ, ਦੋਸਤੋ ਪਹਿਲਾਂ 64 ਦਾ 1/8 ਕੱਢ ਲਓ। 64 ਦਾ 1/8 ਮਤਲਬ 8 ਇਨਕਰੀਜ਼ ਹੋ ਗਈ। 8 ਇਨਕਰੀਜ਼ ਹੋ ਗਈ ਮਤਲਬ ਕਿੰਨੀ ਹੋ ਗਈ ਤੁਹਾਡੇ ਕੋਲ ਹਾਈਟ, ਇੱਕ ਸਾਲ ਬਾਅਦ ਤੁਹਾਡੇ ਕੋਲ ਹਾਈਟ ਕਿੰਨੀ ਹੋ ਗਈ, 64 + 8, 64 + 8 ਟੋਟਲ ਕਰਕੇ ਕਿੰਨਾ ਆ ਗਿਆ, 72। ਨੈਕਸਟ ਈਅਰ 2 ਈਅਰ ਤੋਂ ਬਾਅਦ ਪੁੱਛਿਆ, ਅਗਲੇ ਸਾਲ ਫਿਰ 1/8 ਵੱਧ ਜੂਗੀ। ਤਾਂ 72 ਦਾ ਜੇ ਆਪਾਂ 1/8 ਪਤਾ ਕਰਦੇ ਹਾਂ, ਇਹ ਆਜੂਗਾ 9। ਮਤਲਬ ਕਿੰਨੀ ਇਨਕਰੀਜ਼ ਹੋ ਗਈ, 9 ਇਨਕਰੀਜ਼ ਹੋ ਗਈ। ਤਾਂ ਜੇ ਆਪਾਂ 72 'ਚ 9 ਇਨਕਰੀਜ਼ ਵਾਲੀ ਜੋੜ ਦਈਏ ਤਾਂ ਇਹ ਕਿੰਨੀ ਬਣ ਜੂਗੀ, 81 cm। ਮਤਲਬ ਜਿਹੜਾ ਟ੍ਰੀ ਹੈ, ਟ੍ਰੀ ਦੀ ਹੁਣ ਹਾਈਟ ਕਿੰਨੀ ਹੋ ਜੂਗੀ ਦੋਸਤੋ, 81 cm। ਤਾਂ ਆ ਸੀ ਆਪਣੇ ਕੋਲ 33 ਕੁਐਸਚਨ। ਨੈਕਸਟ 34 ਨੰਬਰ, ਦਾ ਪ੍ਰੋਬੇਬਿਲਿਟੀ ਡੈਟ ਲੀਪ ਈਅਰ ਸਿਲੈਕਟਡ ਐਟ ਰੈਂਡਮ ਕੰਟੇਨਸ 53 ਸੰਡੇਜ਼। ਮਤਲਬ ਲੀਪ ਈਅਰ ਦੇ ਵਿੱਚ 53 ਸੰਡੇ ਆਣ, ਇਹਦੀ ਪ੍ਰੋਬੇਬਿਲਿਟੀ ਦੱਸੋ। ਦੋਸਤੋ ਲੀਪ ਈਅਰ ਕਿਹੜਾ ਹੁੰਦਾ, ਜਿਸਦੇ ਵਿੱਚ 366 ਦਿਨ ਹੋਣ, ਮਤਲਬ ਇੱਕ ਤਰ੍ਹਾਂ ਦਾ ਜਿਸਦੇ ਵਿੱਚ 29 ਫੈਬ ਆਉਂਦੀ ਹੈ।
जे इसनू सत ते डिवाइड करोगे, डिवाइड बाय सत करके देखोगे, टोटल 52 हफ्ते होंगे ने, 52 हफ्ते होंगे ने, प्लस 2 दिन एक्सट्रा होंगे ने, प्लस 2 दिन बच जाएंगे। तब दोस्तों 52 हफ्ते का मतलब हर दिन अपने को टोटल 7 डेज होंगे ने, देखो मंडे टू संडे तक टोटल 7 डेज होंगे ने, तो हर एक दिन 52 टाइम्स का आऊगा ही आऊगा, चाहे मंडे है, चाहे ट्यूसडे, चाहे वेनसडे, तो हर एक दिन 52 टाइम्स आऊगा। नेक्स्ट अपने को ले दो दिन बच गए, अपने को ले आ 2 दिन बच गए, इस दिन हो सकता है मंडे ट्यूसडे आ जाए, ट्यूसडे वेनसडे आ जाए, वेनसडे थर्सडे आ जाए, कोई भी दिन आ सकता है, तो आपने दसना है संडे आने की प्रोबेबिलिटी कितनी है। तो देखो अपने करांगे किमें पॉसिबिलिटी, अपने को ले पॉसिबिलिटी कितनी है, अपने को ले किन्ने केस ने, 2 केस ने, पॉसिबिलिटी कितनी है 2, डिवाइड बाय टोटल, टोटल अपने को ले डेज किन्ने ने, टोटल किन्ने डेज ने दोस्तों 7, तो इहदा जिहड़ा आंसर आऊगा किन्ना आऊगा 2/7। हो सकता है इस दिन संडे आ जाए, हो सकता है इस दिन संडे आ जाए, पर किन्ने दिनों चो आ रहा है, 7 दिन दे विचो, तो आप किन्ना आंसर आ गया 2/7, तो अपना दोस्तों आंसर आ गया डी ऑप्शन 2/7। नेक्स्ट चलते हैं 34 नंबर क्वेश्चन, 35 क्वेश्चन, द एवरेज एज ऑफ 9 स्टूडेंट्स एंड देयर टीचर इज 16 ईयर। फिर एवरेज दे विचो क्वेश्चन है, 9 स्टूडेंट ते टीचर, मतलब टोटल किन्ने बंदे हो गए 10, जिन्हां दी एवरेज 16 साल है, जिन्हां दी एवरेज 16 साल है, मतलब टोटल किन्ना हो गया इन्हां दा 160 साल। एवरेज दा मतलब हुंदा हर एक दी उम्र आईडी नाल 16 साल है। एवरेज एज ऑफ फर्स्ट 4 स्टूडेंट इज 19 ईयर, पहले 4 स्टूडेंट दी एवरेज 19 साल है, तो टोटल किन्ना हो गया अपने को 76। उस तो बाद कहना लास्ट 5 स्टूडेंट दी 10 साल, आखिरी 10 स्टूडेंट दी 10 साल है, तो मतलब टोटल किन्ना हो गया 50 साल, तो यह अपने को जोड़ करके बन जूगा 126 साल। तो स्टूडेंट किन्ने हो गए 5 ते 4 9, 9 स्टूडेंट का टोटल आ गया 126 साल, 10 स्टूडेंट का टोटल किन्ना सी 160 साल, तो टीचर की एज आप कढ लाँगे, टीचर की एज किमें कढ़ांगे, 160 चो 126 माइनस करके अपने को आजूगा 34 ईयर। तो दोस्तों अपने को टीचर की उम्र कितनी आ गई 34 ईयर। एसी 35 नंबर क्वेश्चन। नेक्स्ट चलते हैं, पिंकू रिंकू एंड टिंकू डिवाइड एन अमाउंट ऑफ 4200 रुपया बंटते हैं अमंग देमसेल्फ इन द रेशियो 7:6, 7:8:6। देखो पिंकू रिंकू ते टिंकू 7:8:6 दे विच दोस्तों किन्ना रुपया बंटते हैं 4200 रुपया बंटते हैं। पहले आप हर एक का हिस्सा कट लाँगे, हर एक को किन्ना किन्ना रुपया होगा, तो देखो स्टार्टिंग दे विच किन्नी रेशो है 8:7 15 15:6 21, मतलब 21:4200 दे बराबर है, तो 1:1 अपने को किन्नी आ जूगी 200, 1:1 की वैल्यू आ गई 200, तो मतलब इसके को 7 × 1400 रुपया आऊगा, 8 × 1600 रुपया आऊगा, 6 × कि रुपया आऊगा 1200 रुपया। हूँ नैक्सट की कहता, इफ एन अमाउंट ऑफ रुपीज 200 एड टू ईच ऑफ देयर शेयर, हर एक दे शेयर दे विच 200 रुपया ऐड कर दो, हर एक दे शेयर च 200 रुपया ऐड कर दो, ता इस दे कोले वैल्यू बन गई 1600 1800 1400। हुण उन्हें इन्हां दी रेशो पूछी है, रेशो पूछी है, तो 2 जीरो नाल 2 जीरो कट गई, उस तो बाद कट गया 2 दे पहाड़े ते 8 9 7, तो दोस्तों अपने को आंसर किन्ना आ जाऊगा 8:9:7, अपने को आंसर आ गया डी ऑप्शन। नेक्स्ट चलते हैं अगले क्वेश्चन, ट्रेन 100 मीटर लोंग, कोई ट्रेन है, ट्रेन दे क्वेश्चन आप पिछे भी किते ने, ट्रेन जेरी की 100 मीटर लोंग है, मीट अ मैन गोइंग इन ओपोजिट डायरेक्शन, ओपोजिट डायरेक्शन का मतलब कोई बंदा जेरा की उसके तरफ आ रहा है, एट स्पीड ऑफ 5 किलोमीटर पर आवर, बंदे की स्पीड देती 5 किलोमीटर प्रति घंटा, इन पासिस हिम इन 7.2 सैकेंड, किन्ने टाइम च क्रॉस कर देंदी है, टाइम देता 7.2 सैकेंड। तो दोस्तों सेम वही कंसैप्ट, अपने को डिस्टेंस पता है, टाइम पता है, अपन इसकी स्पीड नहीं पता, ट्रेन की स्पीड नहीं पता, अपने एक्स किलोमीटर पर आर मान ली, ट्रेन की स्पीड कि ले ली एक्स किलोमीटर पर आर। हूँ दोनों ओपोजिट डायरेक्शन जा रही ने, देखो दोनों किस जा रही ने, ओपोजिट डायरेक्शन, तो दोस्तों एक चीज़ ध्यान च रखियो, ओपोजिट डायरेक्शन जी स्पीड है, स्पीड हमेशा की होंगी होंगी है ऐड होंगी होंगी, ओपोजिट डायरेक्शन स्पीड ऐड होगी, सेम डायरेक्शन स्पीड की होगी माइनस,
ਤਾਂ ਆਪਾਂ ਨੇ ਸਪੀਡ ਐਡ ਕਰਨੀ ਹੈ, ਡਿਸਟੈਂਸ ਪਤਾ, ਟਾਈਮ ਪਤਾ, ਤਾਂ ਆਪਾਂ ਫਾਰਮੂਲਾ ਲਗਾ ਦਾਂਗੇ ਡਿਸਟੈਂਸ ਵਟਾ ਟਾਈਮ ਇਕੁਅਲ ਟੂ ਸਪੀਡ, ਤਾਂ ਡਿਸਟੈਂਸ 100 ਵਟਾ ਟਾਈਮ ਆਪਣੇ ਕੋਲੇ 7.2, ਪੁਆਇੰਟ ਹਟਾ ਦਾਂਗੇ ਤਾਂ ਆਪਣੇ ਕੋਲੇ ਉਰੇ 0 ਲੱਗ ਜੂ, ਇਕੁਅਲ ਟੂ ਸਪੀਡ, ਸਪੀਡ ਦੋਹਾਂ ਦੀ ਐਡ ਹੋਊਗੀ ਐਕਸ ਪਲੱਸ 5। ਹੁਣ ਇਹ ਕਿਲੋਮੀਟਰ ਪਰ ਆਰ ਹੈ ਤਾਂ ਮੀਟਰ ਪਰ ਸੈਕਿੰਡ ਚ ਬਣਾ ਲਈ, ਕਿੰਨੇ ਨਾਲ ਗੁਣਾ ਕਰ ਦਾਂਗੇ 5/18 ਨਾਲ, ਕਿਉਂਕਿ 1 ਕਿਲੋਮੀਟਰ ਪਰ ਆਰ ਚ ਆਪਣੇ ਕੋਲੇ ਕਿੰਨੇ ਮੀਟਰ ਪਰ ਸੈਕਿੰਡ ਹੁੰਦੇ ਨੇ, 5/18 ਮੀਟਰ ਪਰ ਸੈਕਿੰਡ। ਤਾਂ ਦੋਸਤੋ ਇਹਨੂੰ ਸੋਲਵ ਕਰ ਲਾਂਗੇ, 18 × 4 = 72, 4 ਨੂੰ ਜੇ ਆਪਾਂ ਇਸ ਤੇ ਕੱਢਦੇ ਹਾਂ ਆ ਗਿਆ 4 ਨੂੰ ਆਪਣੇ ਕੋਲੇ 18 × 4 = 72, 4 ਨੂੰ ਆਪਾਂ ਇਸ ਤੇ ਕੱਢ ਦਾਂਗੇ 2,250, 5 ਨੂੰ ਇਸ ਤੇ ਕੱਢ ਦਾਂਗੇ ਆਪਣੇ ਕੋਲੇ 50, ਤਾਂ 50 ਇਕੁਅਲ ਟੂ ਐਕਸ ਪਲੱਸ 5। ਤਾਂ ਦੋਸਤੋ ਐਕਸ ਦੀ ਵੈਲਿਊ ਆਪਣੇ ਕੋਲੇ ਕਿੰਨੀ ਆ ਗਈ, 50 − 5 = 45। ਤਾਂ ਜਿਹੜੀ ਟ੍ਰੇਨ ਦੀ ਸਪੀਡ ਆ ਉਹ ਕਿੰਨੀ ਆ ਗਈ, 45 ਕਿਲੋਮੀਟਰ ਪ੍ਰਤੀ ਘੰਟਾ, ਕਿਉਂਕਿ ਆਪਾਂ ਨੇ ਜਿਹੜਾ ਐਕਸ ਲਿਆ ਸੀ ਉਹ ਕਿਸ 'ਚ ਲਿਆ ਸੀ, ਕਿਲੋਮੀਟਰ ਪ੍ਰਤੀ ਘੰਟਾ 'ਚ। ਤਾਂ ਜਿਹੜਾ ਆਂਸਰ ਆਊਗਾ ਉਹ ਵੀ ਕਿਲੋਮੀਟਰ ਪਰ ਆਰ 'ਚ, ਤਾਂ ਆਪਣਾ ਆਂਸਰ ਆ ਗਿਆ 37 ਕਿਲੋਮੀਟਰ ਪਰ ਆਰ। ਨੈਕਸਟ ਚੱਲਦੇ ਹਾਂ 38 ਨੰਬਰ ਕੁਐਸਚਨ। 38 ਕੁਐਸਚਨ ਕੀ ਕਹਿੰਦਾ, ਦਾ ਡਿਫਰੈਂਸ ਬਿਟਵੀਨ ਸਿੰਪਲ ਇੰਟਰਸਟ ਰਿਸੀਵਡ ਫਰੋਮ ਕੈਨਰਾ ਬੈਂਕ ਐਂਡ ਪੰਜਾਬ ਐਂਡ ਸਿੰਧ ਬੈਂਕ ਔਨ 500 ਫੋਰ 2 ਈਅਰ ਇਜ਼ 2.5 ਰੁਪਏ। ਤਾਂ ਦੋਸਤੋ ਜਦੋਂ ਵੀ ਡਿਫਰੈਂਸ ਵਾਲਾ ਕੁਐਸਚਨ ਆ ਜੇ ਡਾਇਰੈਕਟ ਕਿਵੇਂ ਕਰਨਾ ਹੁੰਦਾ, ਆਪਣੇ ਕੋਲੇ ਪ੍ਰਿੰਸੀਪਲ ਦੇ ਦਿੱਤੀ 500, ਟਾਈਮ ਦੇਤਾ 2 ਸਾਲ, ਉਸ ਤੋਂ ਬਾਅਦ ਇੰਟਰਸਟ ਦੇਤਾ 2.5 ਰੁਪਏ। ਆਪਾਂ ਨੇ ਜੋ ਪਤਾ ਕਰਨਾ ਉਹ ਕੀ ਪਤਾ ਕਰਨਾ, ਰੇਟ ਪਤਾ ਕਰਨਾ, ਰੇਟ ਦਾ ਡਿਫਰੈਂਸ ਪਤਾ ਕਰਨਾ। ਤਾਂ ਡਾਇਰੈਕਟ ਸਿੰਪਲ ਇੰਟਰਸਟ ਦਾ ਫਾਰਮੂਲਾ ਹੁੰਦਾ I = PRT/100। ਜੇ ਆਪਾਂ ਇਹ ਯੂਜ਼ ਕਰ ਲਾਂਗੇ ਆਪਣਾ ਆਂਸਰ ਆ ਜਾਊਗਾ, ਮਾਈਨਸ ਮੂਈਨਸ ਕੁਛ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। I ਦੀ ਵੈਲਿਊ ਆਪਣੇ ਕੋਲੇ 2.5, I ਦੀ ਵੈਲਿਊ ਦੋਸਤੋ 2.5 = P ਦੀ ਵੈਲਿਊ 500 ਮਲਟੀਪਲਾਈ R ਦੀ ਵੈਲਿਊ ਆਪਾਂ ਨੇ ਫਾਈਂਡ ਕਰਨੀ ਹੈ, ਟਾਈਮ ਆਪਣੇ ਕੋਲੇ 2/100। ਜੇ ਆਪਾਂ ਇਹਨੂੰ ਸੋਲਵ ਕਰਾਂਗੇ 2 ਜ਼ੀਰੋ ਨਾਲ 2 ਜ਼ੀਰੋ ਕੱਟ ਗਈਆਂ, 2.5 = 10 R, ਤਾਂ R ਦੀ ਵੈਲਿਊ ਕਿੰਨੀ ਆ ਜੂਗੀ, 2.5 / 10। ਤਾਂ ਦੋਸਤੋ ਇਹ ਕਿੰਨਾ ਆ ਜੂਗਾ, 0.25। ਆਪਣੇ ਕੋਲੇ ਆਂਸਰ ਆ ਗਿਆ 0.25%, 38 ਦਾ ਆਂਸਰ ਆ ਗਿਆ C ਆਪਸ਼ਨ। ਨੈਕਸਟ ਚੱਲਦੇ ਹਾਂ ਅਗਲੇ ਕੁਐਸਚਨ। 39 ਕੁਐਸਚਨ ਹੈ ਆਪਣੇ ਕੋਲੇ, ਦੇਖੋ ਇਨ ਪਰਚੇਜ਼ਿੰਗ ਐਂਡ ਆਰਟੀਕਲ ਸ਼ੋਪਕੀਪਰ ਚੀਟ ਬੋਥ ਸੈਲਰ ਐਂਡ ਬਾਇਰ ਬਾਏ 10%। ਮਤਲਬ ਉਹਨੇ ਖਰੀਦਣ ਲੱਗੇ ਵੀ 10% ਕਮਾਇਆ, ਵੇਚਣ ਲੱਗੇ ਵੀ 10% ਕਮਾਇਆ, ਟੋਟਲ ਪਰਸੈਂਟੇਜ ਗੇਨ। ਤਾਂ ਇਹ ਕੁਐਸਚਨ ਹੈ ਤੁਹਾਡੇ ਕੋਲੇ ਪਰਸੈਂਟੇਜ ਦੇ ਵਿੱਚੋਂ, ਜਿਸ ਤੇ ਯੂਜ਼ ਹੋਊਗਾ ਸਕਸੈਸੀ ਮੈਥਡ। ਆਪਾਂ ਪਰਸੈਂਟੇਜ ਕਾਫੀ ਪੜਿਆ ਸੀ ਸਕਸੈਸੀ ਮੈਥਡ, ਤਾਂ 10% ਗੇਨ ਹੋਇਆ ਤਾਂ ਸਕਸੈਸੀ ਮੈਥਡ ਕੀ ਹੁੰਦਾ, ਐਕਸ ਪਲੱਸ ਵਾਈ ਪਲੱਸ ਐਕਸ ਵਾਈ ਅਪੋਨ 100। ਦੋ ਵਾਰੀ 10% ਗੇਨ ਕਮਾਇਆ, 10 + 10 + 10 × 10/100, ਇਹ ਟੋਟਲ ਤੁਹਾਡੇ ਕੋਲ ਕੱਟ ਕੇ ਕਿੰਨਾ ਆ ਜਾਊਗਾ, 21%। ਮਤਲਬ ਉਹਦਾ ਓਵਰਆਲ ਗੇਨ ਕਿੰਨਾ ਦੋਸਤੋ, 21%। ਡਾਇਰੈਕਟ ਕੁਐਸਚਨ ਸੀਗਾ ਤੁਹਾਡੇ ਕੋਲ ਇਹ ਪਰਸੈਂਟੇਜ ਦੇ ਵਿੱਚ। ਨੈਕਸਟ ਚੱਲਦੇ ਹਾਂ 40 ਨੰਬਰ ਕੁਐਸਚਨ। 2 numbers are in the ratio 2:3। ਦੋ ਨੰਬਰਸ ਨੇ ਜਿਨ੍ਹਾਂ ਦੀ ਰੇਸ਼ੋ ਕਿੰਨੀ ਦਿੱਤੀ ਆਪਣੇ ਕੋਲੇ, 2:3। ਇਫ 9 ਇਜ਼ ਐਡਡ ਟੂ ਈਚ ਨੰਬਰ, ਜੇ ਮੈਂ ਦੋਨੋਂ ਨੰਬਰ 'ਚ 9 ਐਡ ਕਰਦਾ ਤਾਂ ਰੇਸ਼ੋ ਕਿੰਨੀ ਬਣ ਜਾਂਦੀ ਹੈ, ਜੇ ਮੈਂ ਦੋਨਾਂ ਨੰਬਰ 'ਚ 9 ਨੂੰ ਐਡ ਕਰਦਾ ਤਾਂ ਰੇਸ਼ੋ ਕਿੰਨੀ ਬਣ ਜਾਂਦੀ ਹੈ ਦੋਸਤੋ, 3:4। ਤਾਂ ਹੁਣ ਇਸ ਤਰੀਕੇ ਦਾ ਕੁਐਸਚਨ ਕੀ ਕਰਨਾ, ਦੇਖੋ ਕਿੰਨੀ ਰੇਸ਼ੋ ਦਾ ਗੈਪ ਹੈ, 1:1 ਦਾ, ਉਰੇ ਵੀ ਕਿੰਨੀ ਰੇਸ਼ੋ ਦਾ ਗੈਪ ਹੈ, 1:1 ਦਾ। ਜਦੋਂ ਇਹ ਗੈਪ ਸੇਮ ਹੋਵੇ ਤਾਂ ਡਾਇਰੈਕਟ ਕਰ ਲੈਣਾ ਹੁੰਦਾ, 1:1 ਬਰਾਬਰ ਹੈ ਕਿੰਨੇ ਦੇ ਬਰਾਬਰ ਆ ਗਈ, 1:1 ਬਰਾਬਰ ਆ ਗਈ 9 ਦੇ, 1:9 ਦੇ ਬਰਾਬਰ ਆ ਗਈ, ਤਾਂ ਇਹਦੀ ਵੈਲਿਊ ਕਿੰਨੀ ਆ ਜੂਗੀ, 9 × 2 = 2 = 18, 9 × 3 = 27। ਮਤਲਬ ਪਹਿਲਾ ਨੰਬਰ ਕਿੰਨਾ ਆ ਗਿਆ 18, ਦੂਜਾ ਨੰਬਰ ਕਿੰਨਾ ਆ ਗਿਆ 27। ਤਾਂ ਪ੍ਰੋਡਕਟ ਪਤਾ ਕਰਨੀ ਆ, ਪ੍ਰੋਡਕਟ ਦਾ ਮਤਲਬ ਦੋਹਾਂ ਦੀ ਗੁਣਾ, ਤਾਂ 18 × 27 ਪਤਾ ਕਰ ਲਾਂਗੇ ਆਪਣੇ ਕੋਲੇ ਆਂਸਰ ਆ ਜੂਗਾ। ਤਾਂ ਦੋਸਤੋ ਇਹਦਾ ਆਂਸਰ ਆ ਜੂਗਾ 486। ਨੈਕਸਟ ਕੁਐਸਚਨ, ਤਾਂ 41 ਨੰਬਰ ਕੁਐਸਚਨ ਹੈ, ਦੇਖੋ ਇਨ ਆ ਮੀਟਿੰਗ ਬਿਟਵੀਨ 2 ਕੰਟਰੀਜ਼ ਈਚ ਕੰਟਰੀ ਹੈਜ਼ 12 ਡੈਲੀਗੇਟਸ। ਮਤਲਬ ਹਰ ਕੰਟਰੀ ਦੇ ਇੱਕ ਤਰ੍ਹਾਂ ਦੇ ਐਨ ਲਗਾ ਕੇ ਚੱਲ ਪਓ ਵੀ 12 ਬੰਦੇ ਨੇ, ਹਰ ਕੰਟਰੀ ਦੇ 12 ਬੰਦੇ ਨੇ, ਆਲ ਦਾ ਡੈਲੀਗੇਟਸ ਆਫ ਵਨ ਕੰਟਰੀ ਸ਼ੇਕ ਹੈਂਡ ਵਿਦ ਆਲ ਦਾ ਡੈਲੀਗੇਟਸ ਆਫ ਅਦਰ ਕੰਟਰੀ। ਮਤਲਬ 12 ਮੈਂਬਰਸ ਪਹਿਲੀ ਕੰਟਰੀ ਦੇ, 12 ਮੈਂਬਰਸ ਦੂਸਰੀ ਕੰਟਰੀ ਦੇ, ਹਰੇਕ ਕੰਟਰੀ ਦਾ, ਪਹਿਲੀ ਕੰਟਰੀ ਦਾ ਮੈਂਬਰ ਦੂਸਰੀ ਕੰਟਰੀ ਨਾਲ ਸ਼ੇਕ ਹੈਂਡ ਕਰੂਗਾ, ਮਤਲਬ ਹੱਥ ਮਿਲਾਊਗਾ, ਫਾਈਂਡ ਦਾ ਨੰਬਰ ਆਫ ਹੈਂਡਸ਼ੇਕ ਪੋਸੀਬਲ, ਤਾਂ ਟੋਟਲ ਨੰਬਰ ਆਫ ਕਿੰਨੇ ਹੈਂਡਸ਼ੇਕਸ ਹੋਣਗੇ। ਤਾਂ ਦੋਸਤੋ ਦੇਖੋ ਆਪਣੇ ਕੋਲੇ ਇੱਕ ਬੰਦਾ
अपने को इधर एक बंदा चकी सारे के सारे 12 बंद हैंडशेक करूगा, दूसरा बंदा भी 12 बंद हैंडशेक करूगा, तीसरा भी 12 बंद हैंडशेक करूगा, तो टोटल हैंडशेक किन्ने हो गए? तो डायरेक्ट क्वेश्चन बन जाता है 144, 12 बंदे इधर ने 12 बंदे इधर ने, तो टोटल हर एक 12 बंदे 12 12 बंद हैंडशेक करेंगे, तो टोटल किन्ने हैंडशेक्स हो गए? 144। इस कन्फ्यूज होने वाली दिक्कत नहीं, ए ना होड कर दो भी 24 लगा दो, तो इस तरीके क्वेश्चन सोल्व करना होंगे। नेक्स्ट क्वेश्चन है 42। नेक्स्ट क्वेश्चन है जिम्मे की 42, टू मैन एंड वन वूमेन कैन डू अ पीस ऑफ वर्क इन 14 डेज। तो दोस्तों दो मैन ते एक वूमेन थोड़े कोले किन्ने दिन लेंदे ने? 14 दिन लेंदे ने। दो मैन ते एक वूमेन 14 दिन लेंदे ने, तो जे आपां ने एक दिन च काम पूरा करवाना है तो आपां नूं जिहड़े बंदे ने 14 नाल इनक्रीज करने पैणगे, मैनूं परसन वधाने पैणगे, तो परसन जे मैं वधा दूंगा इह किन्ने आएंगे? 28 मैन प्लस 14 वूमेन। इसे तरीके नाल जे अपने कोले दूसरी इक्वेशन है 4 वूमेन प्लस 2 मैन इक्वल टू किन्ने दिन लेंदे ने? 8 डेज लेंदे ने, तो आपा जे एक दिन च काम पूरा करवाना तो 8 नाल मल्टीप्लाई कर देंगे, 32 वूमेन प्लस 16 मैन। तो दोस्तों इस तरीके नाल अपने कोले दो इक्वेशन बन गया। हुण आपा इन्हां दोहां नूं बराबर रख लेंगे, बराबर क्यों रखांगे? दोहां दे जिहड़े डेज ने 1-1 डे आ गए, डेज ने बराबर आ गए, तो 28 मैन प्लस 14 वूमेन इक्वल टू 16 मैन प्लस 32 वूमेन। तो आप इसको नैक्सट सोल्व कर दें, मैन एक पासे ले जाएंगे, वूमेन एक पासे, तो माइनस जाके माइनस हो जाऊगा, 12 मैन इक्वल टू अपने को ले आ जाऊगा 18 वूमेन, तो मैन ते वूमेन की रेशियो आ जाऊगी इतों 18/12, ये दोस्तों कटा के आ गया अपने को 3/2, मतलब एक मैन की अपने को मैन ते वूमेन की कपैसिटी है जी कि रेशियो च आ गई? 3:2 के, मतलब जो वूमेन दो काम कर दिए तो मैन उन्ने टाइम कि काम करूगा? 3। अपने पता की करना है, कहना मैन गैट्स 90 पर डे, तो वूमेन को कितना रुपया मिलेगा? हुण मैन को एक दिन का 90 रुपया मिलता है, मतलब 3:1 का बराबर है, 90 के बराबर है, तो 1:1 अपने को 2:1 का बराबर आ जूगी दोस्तों, जे 3:90 के बराबर है तो 1:30 के बराबर आ गई, 2 का बराबर आ गई 60 के, क्योंकि जे मैन ने एक दिन च काम ज्यादा करता है तो मैन को रुपये भी ज्यादा मिलेंगे तो वूमेन को घट मिलेंगे, तो जे मैन को 90 रुपये मिलते हैं वूमेन को कितने रुपये मिलेंगे? एक दिन के 60 रुपये। नेक्स्ट चलते हैं 43 नंबर क्वेश्चन, फाइंड द यूनिट डिजिट इन द प्रोडक्ट ऑफ। आपने दोस्तों इसकी गुणा करके अपने यूनिट डिजिट दसना है, यूनिट डिजिट का मतलब की होंगे थोड़े को लास्ट डिजिट, आखिरी वाला डिजिट, मतलब जिम्मे अपने कोई भी नंबर है यदा यूनिट डिजिट आ हो गया, लास्ट वाला डिजिट अपने को हो गया यूनिट डिजिट। तो हम इस सोल्व किमें करना है, इनू सारे गुणा करके नहीं देखना होता, ये सिर्फ लास्ट लास्ट वाला डिजिट मल्टीप्लाई करके देख लो, मतलब 8×9×6×2। हुण जे आपां गुणा करांगे, देखो 8×9 किन्ना आ गया दोस्तों? 72। 72 दा आपां ने सिर्फ 2 लेना, 72 दा आपां ने सिर्फ किन्ना लेना? 2। नैक्सट गुणा कर दो, 2×6 अपने को करके आ गया 12। 12 दा भी आपां ने कल्ला किन्ना लेना है? 2। फिर अगे 2×2 दोस्तों किन्ना आ गया? 4। तो इस क्वेश्चन का आंसर किन्ना आ गया? 4। इस तरीके नाले क्वेश्चन नूं सोल्व करना होगा। नेक्स्ट 44 नंबर क्वेश्चन, 44 नंबर क्वेश्चन है, द टैंक फुल ऑफ पेट्रोल इन अरुण्स मोटरसाइकिल लास्ट फॉर 10 डेज। अरुण दे मोटरसाइकिल जिन्ना आपां पेट्रोल पाउने आ उह किन्ने दिन चलदा है? 10 दिन चलदा है। इफ ही स्टार्ट यूजिंग 25% मोर, जे उह 25% तेल ज्यादा पीन लग जाए, जे अपना मोटरसाइकिल 25% तेल ज्यादा पीन लग जाए तो दोस्तों अपना जो पेट्रोल है घट चलूगा, घट दिन चलूगा, तो हाउ मैनी डेज विल द टैंक फुल ऑफ पेट्रोल लास्ट। तो जे आप पहला आप वैसे ही देखिए कपैसिटी, मान लो वह पहला पेट्रोल है जो 100 पींदा सी, 100 के अकॉर्डिंग पींदा सी, हुण किन्ने दे अकॉर्डिंग पी रहा? 125 के अकॉर्डिंग पी रहा, क्योंकि 25% ज्यादा पी रहा, तो जिहड़ी उहदी पेट्रोल पीन की रेशियो है किन्नी आ गई? 4:5। तो हुण किन्ने दिन पेट्रोल चलूगा? पेट्रोल हुण घट दिन चलूगा, तो रेशियो है जिहड़ी उहदे डेज की, डेज की रेशियो रिवर्स हो जूगी, डेज की रेशियो किन्नी होगी? 5:4। पहला अपने कोले किन्ने दिन लैंदे सी? 10 दिन, मतलब 5:1 है जिहड़ी 10 दिन के बराबर आ गई, 5:10 के बराबर आ गई, तो 1 की वैल्यू 2 आ गई, तो दोस्तों हुण किन्ने दिन लैणगे? 4×2 8 दिन, मतलब हुण किन्ने दिन लगणगे अपने कोले उहदा पेट्रोल खत्म होण? 8 दिनां दे विच उहना पेट्रोल खत्म होगा। नेक्स्ट 45 नंबर क्वेश्चन, दीपक हैज सम हैंस एंड सम गोट्स। दीपक कोले कुछ हैंस ते गोट ने, देखो
अपने कोले दीपक कोले कुछ हैंज ने कुछ गोट ने किन्निया गोट ने किन्निया हैंज ने अपन कुछ नहीं पता। कहना टोटल नंबर ऑफ हेड इज 90। टोटल नंबर ऑफ हेड देखो दोस्तों चाहे हैन होवे चाहे गोट होवे हरेक दा हेड किन्ना हुंदा एक हुंदा मतलब हैन ते जेड़ी गोट दी संख्या है वो ओवरऑल किन्नी है 90 है। हैन ते गोट दी ओवरऑल संख्या किन्नी है 90। जे हेड 90 ने तां ओवरऑल संख्या 90 है। तां मैंने लेट कर लिया वी गोट ने जेड़ियां एक्स ने गोट ने किन्नियां ने एक्स ने तां हैन किन्नियां हो जाणगियां देखो n प्लस जे गोट x ने ता हैन किन्निया हो गया 90 माइनस x ता हैंज किन्निया हो गया दोस्तों 90 माइनस x हो गया। हुन एक गोट दे किन्ने पैर हुंदे ने एक गोट दे चार पैर हुंदे ने ता टोटल लेग्स किन्निया आ गया 4x। एक गोट दियां चार लेग्स हुंदियां ने एक हैन दियां दो लेग्स हुंदियां ने ता टोटल किन्निया लेग्स आ गया 180 माइनस 2x। हुन इन्हां दोहां दा जोड़ ओवरऑल दोहां दा टोटल लेग्स मिला के किन्निया ने फीट किन्ने ने 248 ता इसनु किस दे बराबर रख लांगे आपा 248 ता जे आपा कैलकुलेट कर दे 2x इक्वल टू 248 माइनस 180 ए आ गया 68। 2x इक्वल टू 68 ता दोस्तों x दी वैल्यू अपने कोले आ जूगी 34 ता x दी वैल्यू अपने कोले आ गई 34। 46 नंबर क्वेश्चन की कहंदा एवरेज सैलरी ऑफ द एंटायर स्टाफ ऑफ एन ऑफिस इज 500 पर डे। पूरे स्टाफ की जी एवरेज सैलरी है वह 500 रुपया एक दिन का तो एवरेज सैलरी अपने को पूरे स्टाफ की 500 रुपया। एवरेज सैलरी ऑफ ऑफिसर इज 750 एंड दैट ऑफ नॉन ऑफिसर इज 250। तो दोस्तों ऑफिसर की जी सैलरी है वह 750 रुपया आप सैड पर लिख लेंगे ऑफिसर की जी एवरेज सैलरी है वह 750 रुपये है तो नॉन ऑफिसर की सैलरी अपने को कि 250 रुपया नॉन ऑफिसर की सैलरी कि 250 रुपया। हुण आपां ने लास्ट वीडियो दे विच एलीगेशन मैथड पढ़िया सी एलीगेशन मैथड लगा के आपां फाइंड कर सकदे आ तां एलीगेशन मैथड दे विच देखो 750 चो जे आपां 500 माइनस करदे अपने कोले किन्ना आ जूगा 250 आ जूगा 750 चो 500 माइनस करके किन्ना आ गया 250 एदां ही 500 चो 250 माइनस करांगे तां अपने कोले किन्ना आ जूगा ओरे वी किन्ना आ गया 250 तां अपने कोले वैल्यू दोहां दी 250 250 आ गई मतलब जे आपां रेशियो फाइंड करांगे रेशियो किन्नी बन गई 1:1। उन्होंने क्या नंबर ऑफ ऑफिसर इज 15 ऑफिसर्स किन्ने ने दोस्तों 15 अपने कोले ऑफिसर्स दी रेशियो 1:1 है मतलब 1:15 दे बराबर आ गई ता नॉन ऑफिसर्स भी किन्ने हो गए 15 हो गए ता उन्होंने पूछा कि टोटल नंबर ऑफ नॉन ऑफिसर्स ता दोस्तों आंसर किन्ना आ जाऊगा अपने कोले 15 नॉन ऑफिसर्स किन्ने हो गए 15 क्योंकि दोहां दी जेड़ी संख्या है बराबर बराबर है। जे टोटल मेंबर्स पूछ लेंदा टोटल ऑफ टोटल अपने कोले टोटल एम्प्लॉइज किन्ने हो जांदे 15 ते 15 30 क्वेश्चन 30 आंसर। तो दोस्तों इस तरीके का क्वेश्चन काफी आता हूं अपने पंजाब एग्जाम्स के लिए एलीगेशन मैथड तो आना चाहिए एलीगेशन मैथड तो को प्रॉफिट लॉस एवरेज रेशियो सारे कितने लग जाता है इंपोर्टेंट कंसैप्ट है। तो नेक्स्ट चलते आप अगले क्वेश्चन से 47 बोट एंड स्ट्रीम जो क्वेश्चन है अ बोट कवर 12 किलोमीटर अपस्ट्रीम एंड 18 किलोमीटर डाउनस्ट्रीम इन 3 आवर्स। कहता बोट 12 किलोमीटर अपस्ट्रीम गई 18 किलोमीटर डाउनस्ट्रीम आई किन्ने घंटिया दे विच 3 घंटिया दे विच तां व्हाइल इट कवर 36 किलोमीटर अपस्ट्रीम एंड 24 किलोमीटर डाउनस्ट्रीम इन 6.5 घंटे 6.5 घंटे दे विच। तां दोस्तों इस टाइप का क्वेश्चन जो भी आ जाए तुहाडे कोल इक्वेशन बनणगियां इक्वेशन किवें बनदी हुंदी देखो टाइम अपस्ट्रीम का टाइम प्लस डाउनस्ट्रीम का टाइम दोहां नूं टाइम नूं मिला के उहदे कोल किन्ने घंटे लगे पहला 3 घंटे लगे अपस्ट्रीम का टाइम ते डाउनस्ट्रीम का टाइम मिला के 3 घंटे लगे। टाइम का फॉर्मूला की हुंदा डिस्टेंस वटा स्पीड टाइम का फॉर्मूला हुंदा डिस्टेंस वटा स्पीड तो अपस्ट्रीम जांदे होए डिस्टेंस किन्ना 12 स्पीड किन्नी है यू माइनस वी प्लस इदां ही डाउनस्ट्रीम जांदे होए अपने कोले 18 किलोमीटर गया 18 डिवाइड बाय स्पीड किन्नी अपने कोले यू प्लस वी इक्वल टू किन्ने घंटे के बराबर है 3 घंटे के बराबर है। तो दोस्तों हुण आपां की करांगे 1 वटा यू माइनस वी नूं पुट कर दांगे एक्स एक वटा यू प्लस वी नू की पुट कर देंगे वाई तो जी अपने को इक्वेशन है की बन जूगी 12x प्लस 18y इक्वल टू 3 18x प्लस 12x प्लस 18y इक्वल टू 3 आ अपने को बन गई फर्स्ट इक्वेशन। सिमिलरली इसे तरीके आप दूसरी इक्वेशन बना लाँगे दूसरी इक्वेशन इसे तरीके अपने को बन जूगी 36x सेम कंसैप्ट जो लगाओगे 24y इजिकल टू अपने को 6.5 घंटे इजिकल टू किन्ने घंटे हो गए 6.5 घंटे आ दो इक्वेशन बन जाएंगे इस मैथड न।
ਤਾਂ ਦੋਸਤੋ ਜਦੋਂ ਆ ਦੋ ਇਕੁਏਸ਼ਨਸ ਬਣ ਗਏ ਆਪਾਂ ਦੋ ਇਕੁਏਸ਼ਨ ਨੂੰ ਸੋਲਵ ਕਰ ਸਕਦੇ ਹਾਂ। ਕਿਵੇਂ ਸੋਲਵ ਕਰਾਂਗੇ? ਲੀਨੀਅਰ ਇਕੁਏਸ਼ਨ ਦਾ ਕਨਸੈਪਟ ਬਣ ਗਿਆ, ਇਹਨੂੰ ਆਪਾਂ 3 ਨਾਲ ਮਲਟੀਪਲਾਈ ਕਰ ਲੈਂਦੇ ਹਾਂ। ਜਦੋਂ 3 ਨਾਲ ਮਲਟੀਪਲਾਈ ਕਰਾਂਗੇ 12 30 36 ਐਕਸ ਹੋ ਗਿਆ ਪਲੱਸ 18 30 54 ਵਾਈ ਇਕੁਅਲ ਟੂ 3 3 ਦਾ ਕਿੰਨਾ ਹੋ ਗਿਆ 9। ਤਾਂ ਜਦੋਂ ਆਪਾਂ ਮਾਈਨਸ ਕਰਾਂਗੇ 36 ਐਕਸ ਨਾਲ 36 ਐਕਸ ਕੱਟ ਗਿਆ, 24 ਚੋਂ 54 ਵਾਈ ਕਰਾਂਗੇ ਮਾਈਨਸ 30 ਵਾਈ, 6.5 ਚੋਂ 9.5 ਘਟਾਵਾਂਗੇ ਮਾਈਨਸ 2.5, ਮਾਈਨਸ ਨਾਲ ਮਾਈਨਸ ਕੱਟ ਗਿਆ, ਵਾਈ ਦੀ ਵੈਲਿਊ ਆ ਜੂਗੀ 2.5/30। ਤਾਂ ਇਹ ਕੱਟ ਕੇ ਆ ਜੂਗਾ 12, y ਦੀ ਵੈਲਿਊ ਆ ਗਈ 12। y ਆਪਣੇ ਕੋਲੇ ਕਾਹਦੇ ਬਰਾਬਰ ਹੈ? ਦੇਖੋ y ਦੀ ਵੈਲਿਊ ਆਪਣੇ ਕੋਲੇ 12 ਆ ਗਈ, ਤੇ ਆਪਣੇ ਕੋਲੇ ਆ ਗਈ y ਦੀ ਵੈਲਿਊ ਸੋਰੀ 1/12। 1/12 ਕਾਹਦੇ ਬਰਾਬਰ ਆ ਗਈ? 1/u+v। ਤਾਂ ਦੋਸਤੋ u ਪਲੱਸ v ਦੀ ਵੈਲਿਊ ਆ ਗਈ ਤੁਹਾਡੇ ਕੋਲੇ 12। u ਪਲੱਸ v ਦੀ ਇਸ ਤਰੀਕੇ ਨਾਲ ਵੈਲਿਊ ਆ ਜੂਗੀ 12। ਨੈਕਸਟ, ਹੁਣ ਜੇ ਆਪਾਂ ਇਸ ਨੂੰ ਅੱਗੇ ਚੱਲੀਏ, ਜੇ ਆਪਾਂ ਕਿਸੇ ਵੀ ਇਕੁਏਸ਼ਨ ਚ ਪੁੱਟ ਕਰਦੇ ਹਾਂ, ਮੰਨ ਲਓ ਆਹੀ ਇਕੁਏਸ਼ਨ ਹੈ ਆਪਣੇ ਕੋਲੇ 36x ਪਲੱਸ 54y, y ਦੀ ਵੈਲਿਊ ਆਪਣੇ ਕੋਲੇ 24, ਸੋਰੀ ਆਪਣੇ ਕੋਲੇ ਦੋਸਤੋ 24, y ਦੀ ਵੈਲਿਊ ਆਪਣੇ ਕੋਲੇ ਕਿੰਨੀ ਹੈ? 1/12, y ਦੀ ਵੈਲਿਊ ਆਪਾਂ 1/12 ਪੁੱਟ ਕਰਦੇ ਹਾਂ ਤਾਂ x ਦੀ ਵੈਲਿਊ ਆ ਜੂਗੀ ਆਪਣੇ ਕੋਲੇ। ਤਾਂ ਇੱਥੋਂ ਆਪਾਂ x ਦੀ ਵੈਲਿਊ ਕੱਢ ਲਾਂਗੇ, 2 ਤੇ ਕੱਟ ਗਿਆ, 36x ਇਕੁਅਲ ਟੂ 2 ਇੱਧਰ ਆ ਕੇ ਮਾਈਨਸ ਹੋ ਜੂਗਾ 4.5। ਤਾਂ x ਦੀ ਵੈਲਿਊ ਕਿੰਨੀ ਆ ਜੂਗੀ? 4.5/36। ਇਹਨੂੰ ਜੇ ਆਪਾਂ ਕੱਟ ਦਾਂਗੇ ਦੋਸਤੋ ਆ ਜੂਗਾ 1/8। 1/8 ਮਤਲਬ u ਮਾਈਨਸ v ਦੀ ਵੈਲਿਊ ਆ ਜੂਗੀ 8। ਤਾਂ u ਪਲੱਸ v ਦੀ ਵੈਲਿਊ ਆ ਗਈ, u ਮਾਈਨਸ v ਦੀ ਵੈਲਿਊ ਆ ਗਈ। ਅੱਗੇ ਆਪਾਂ ਸੋਲਵ ਕਰ ਲਾਂਗੇ। ਜਦੋਂ ਆਪਾਂ ਨੇ ਫਾਈਂਡ ਕਰਨਾ ਵੀ, ਤਾਂ ਜੇ ਆਪਾਂ ਮਾਈਨਸ ਕਰਾਂਗੇ u ਨਾਲ u ਕੱਟ ਜੂਗਾ, v ਨਾਲ v ਐਡ ਹੋ ਗਿਆ 2v, 12 ਚੋਂ 8 ਗਏ 4, ਤਾਂ v ਦੀ ਵੈਲਿਊ ਆਪਣੇ ਕੋਲੇ ਆ ਜੂਗੀ 2। ਤਾਂ ਦੋਸਤੋ v ਦਾ ਆਂਸਰ ਤੁਹਾਡੇ ਕੋਲੇ ਕਿੰਨਾ ਆ ਗਿਆ? 2 ਆ ਗਿਆ, v ਦਾ ਆਂਸਰ ਆ ਜੂਗਾ ਆਪਣੇ ਕੋਲੇ 2 ਆਂਸਰ, 2 ਕਿਲੋਮੀਟਰ ਪਰ ਆਰ। ਕੁਐਸਚਨ ਥੋੜਾ ਜਿਹਾ ਲੈਂਥੀ ਹੈ, ਦੋ ਇਕੁਏਸ਼ਨਸ ਬਣਦੀਆਂ ਨੇ, ਬਟ ਜੇ ਤੁਹਾਡੇ ਕੋਲੇ ਕਨਸੈਪਟ ਇਹ ਕਲੀਅਰ ਹੋਊਗਾ ਤਾਂ ਤੁਸੀਂ ਬੜੇ ਆਸਾਨੀ ਨਾਲ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਤਾਂ ਨੈਕਸਟ ਚੱਲਦੇ ਹਾਂ 48 ਨੰਬਰ ਕੁਐਸਚਨ। ਤਾਂ 48 ਨੰਬਰ ਕੁਐਸਚਨ ਹੈ, ਡਿਊਰਿੰਗ ਦਾ ਫਸਟ ਈਅਰ ਪਾਪੂਲੇਸ਼ਨ ਆਫ ਅ ਵਿਲੇਜ ਇਜ਼ ਇਨਕਰੀਜ਼ਡ ਬਾਈ 5%। ਕਹਿੰਦਾ ਪਹਿਲੇ ਸਾਲ ਜਿਹੜੀ 5% ਇਨਕਰੀਜ਼ ਹੋਊਗੀ ਪਾਪੂਲੇਸ਼ਨ, ਤੇ ਦੂਸਰੇ ਸਾਲ 5% ਪਾਪੂਲੇਸ਼ਨ ਕੀ ਹੋਗੀ? ਡਿਕਰੀਜ਼। ਐਟ ਦਾ ਐਂਡ ਆਫ ਦਾ ਸੈਕਿੰਡ ਈਅਰ ਇਟ ਪਾਪੂਲੇਸ਼ਨ ਵਾਸ 47,880। ਦੂਸਰੇ ਸਾਲ ਦੇ ਐਂਡ ਤੇ ਜਿਹੜੀ ਪਾਪੂਲੇਸ਼ਨ ਬਚੀ ਉਹ ਦੋਸਤੋ ਕਿੰਨੀ ਬਚੀ? 47,880। ਵਟ ਵਾਸ ਦਾ ਪਾਪੂਲੇਸ਼ਨ ਐਟ ਦਾ ਬਿਗਨਿੰਗ ਆਫ ਦਾ ਫਸਟ ਈਅਰ? ਤਾਂ ਪਹਿਲੇ ਸਾਲ ਦੀ ਬਿਗਨਿੰਗ ਤੇ ਪਾਪੂਲੇਸ਼ਨ ਕਿੰਨੀ ਸੀ? ਹੁਣ ਇਸ ਕੁਐਸਚਨ ਨੂੰ ਪਰਸੈਂਟੇਜ ਦੇ, ਆਪਾਂ ਕੋਲੇ ਸਟਾਰਟਿੰਗ ਚ ਪਰਸੈਂਟੇਜ ਆਪਣੇ ਕੋਲੇ ਪਾਪੂਲੇਸ਼ਨ ਸੀ ਜਿਹੜੀ ਐਕਸ ਸੀ, ਸ਼ੁਰੂ ਦੇ ਵਿੱਚ 5% ਵੱਧ ਗਈ ਤਾਂ ਐਕਸ ਦਾ 105% ਹੋ ਗਈ। ਉਸ ਤੋਂ ਬਾਅਦ ਜਿਹੜੀ ਪਾਪੂਲੇਸ਼ਨ ਹੈ 5% ਡਿਕਰੀਜ਼ ਹੋ ਗਈ, 5% ਪਾਪੂਲੇਸ਼ਨ ਡਿਕਰੀਜ਼ ਹੋ ਗਈ, ਤਾਂ ਪਾਪੂਲੇਸ਼ਨ ਹੁਣ ਕਿੰਨੀ ਰਹਿ ਗਈ? 95%। ਤਾਂ ਪਾਪੂਲੇਸ਼ਨ ਦੋਸਤੋ ਕਿੰਨੀ ਬਚ ਗਈ? 47,880। 2 ਸਾਲ ਬਾਅਦ 5% ਪਹਿਲਾਂ ਵੱਧ ਗਈ, ਫਿਰ 5% ਘੱਟ ਗਈ, ਓਵਰਆਲ ਪਾਪੂਲੇਸ਼ਨ ਕਿੰਨੀ ਰਹਿ ਗਈ? 47,880। ਤਾਂ ਇਸਨੂੰ ਆਪਾਂ ਕੈਲਕੂਲੇਟ ਕਰ ਦਾਂਗੇ, ਜੇ 21 ਤੇ ਘੱਟ ਗਿਆ, ਫਿਰ 20 ਤੇ, 19 ਤੇ, 20 ਤੇ, 1 ਨੂੰ ਆਪਾਂ ਘਟਾ ਦਾਂਗੇ ਇਹ ਘੱਟ ਜੂਗਾ 2280, ਇਸਨੂੰ ਘਟਾ ਦਾਂਗੇ ਆਪਾਂ 120। ਤਾਂ ਦੋਸਤੋ ਐਕਸ ਦੀ ਵੈਲਿਊ ਤੁਹਾਡੇ ਕੋਲੇ ਕਿੰਨੀ ਆ ਜੂਗੀ? 120×20×20। ਓਵਰਆਲ ਪਾਪੂਲੇਸ਼ਨ ਜਿਹੜੀ ਆਪਣੇ ਕੋਲੇ ਸਟਾਰਟਿੰਗ ਤੇ ਹੈਗੀ ਸੀ, ਸਟਾਰਟਿੰਗ ਤੇ ਆਪਣੇ ਕੋਲੇ ਪਾਪੂਲੇਸ਼ਨ ਕਿੰਨੀ ਸੀ? 48,000 ਪਾਪੂਲੇਸ਼ਨ, 48,000 ਬੰਦਾ ਸੀ। ਇਹ ਸੀ 48 ਨੰਬਰ ਕੁਐਸਚਨ ਪਰਸੈਂਟੇਜ ਦੇ ਵਿੱਚੋਂ। ਨੈਕਸਟ ਚੱਲਦੇ ਹਾਂ 49 ਨੰਬਰ ਕੁਐਸਚਨ ਦੇ। 49 ਨੰਬਰ ਕੁਐਸਚਨ ਕੀ ਕਹਿੰਦਾ? ਇਨ ਆਰਡਰ ਟੂ ਮੇਨਟੇਨ ਦਾ ਪ੍ਰਾਈਸ ਆਫ ਟ੍ਰੇਡਰ ਅਲੋਜ਼ ਅ ਡਿਸਕਾਊਂਟ ਆਫ 10%। ਤਾਂ ਦੋਸਤੋ ਡਿਸਕਾਊਂਟ ਦਾ ਕੁਐਸਚਨ ਹੈ, 10% ਡਿਸਕਾਊਂਟ ਦਿੱਤਾ, ਹਾਊਐਵਰ ਹੀ ਸਟਿਲ ਮੇਕਸ ਅ ਪ੍ਰੋਫਿਟ ਆਫ 17% ਔਨ ਦਾ ਪੋਸਟ ਪ੍ਰਾਈਸ। ਦੇਖੋ ਜਿਹੜਾ ਡਿਸਕਾਊਂਟ ਮਿਲਦਾ ਹੁੰਦਾ, ਜਿਵੇਂ ਕਿ ਆਪਾਂ ਨੂੰ ਪਤਾ ਮਾਰਕਡ ਪ੍ਰਾਈਸ ਤੇ ਮਿਲਦਾ ਹੁੰਦਾ। ਹੁਣ ਆਪਣੇ ਕੋਲ ਇੱਕ ਸੀਪੀ ਹੋਊਗੀ, ਇੱਕ ਐਮਪੀ, ਇੱਕ ਆਪਣੇ ਕੋਲੇ ਕੀ ਹੋਊਗਾ? ਐਸਪੀ। ਆਪਣੇ ਕੋਲੇ ਦੋਸਤੋ ਸੀਪੀ ਮੰਨ ਲਿਆ ਮੈਨੇ 100 ਰੁਪਏ, 100 ਰੁਪਿਆ ਸੀਪੀ ਹੈ, 17% ਦਾ ਉਹਨੂੰ ਪ੍ਰੋਫਿਟ ਹੋਇਆ। ਜੇ 17% ਦਾ ਪ੍ਰੋਫਿਟ ਹੋਇਆ ਤਾਂ ਐਸਪੀ ਕਿੰਨੇ ਰੁਪਏ ਆ ਗਈ ਤੁਹਾਡੇ ਕੋਲੇ? 117 ਰੁਪਏ। ਤਾਂ ਐਸਪੀ ਕਿੰਨੇ ਰੁਪਏ ਆ ਗਈ? 117 ਰੁਪਏ। ਉਸ ਤੋਂ ਬਾਅਦ ਕੀ ਕਹਿੰਦਾ ਉਹਨੇ? 10% ਦਾ ਡਿਸਕਾਊਂਟ ਵੀ ਦਿੱਤਾ, 10% ਦਾ ਡਿਸਕਾਊਂਟ ਦਿੱਤਾ, ਮਤਲਬ ਜੇ ਮਾਰਕੀਟ ਪ੍ਰਾਈਸ 100% ਸੀ, 10% ਦਾ ਡਿਸਕਾਊਂਟ ਦਿੱਤਾ, ਤਾਂ ਤੁਹਾਡੇ ਕੋਲ ਐਸਪੀ ਕਿੰਨੇ ਪਰਸੈਂਟ ਆ ਗਈ? 90%। ਮਤਲਬ 90% ਤੁਹਾਡਾ ਕਾਹਦੇ ਬਰਾਬਰ ਹੋ ਗਿਆ? 117 ਰੁਪਏ ਦੇ ਬਰਾਬਰ। ਤਾਂ 1% ਦੀ ਵੈਲਿਊ ਕਿੰਨੀ ਆ ਗਈ? 117/90। ਤਾਂ ਜੇ ਆਪਾਂ 100% ਦੀ ਵੈਲਿਊ ਕੱਢ ਲਾਂਗੇ ਗੁਣਾ 100 ਕਰਕੇ, ਇਹ ਆਪਣੇ ਕੋਲ ਆ ਜੂਗਾ 130 ਰੁਪਏ। ਮਤਲਬ ਤੁਹਾਡੀ ਮਾਰਕੀਟ ਪ੍ਰਾਈਸ ਕਿੰਨੀ ਆ ਗਈ? 130 ਰੁਪਿਆ। 100 ਵਾਲੀ ਚੀਜ਼ ਤੇ ਮਾਰਕੀਟ ਪ੍ਰਾਈਸ ਕਿੰਨਾ ਲਗਾਤਾ? 130 ਰੁਪਿਆ।
ਅੱਗੇ ਕੀ ਕਹਿੰਦਾ ਹੈਡ ਹੀ ਸੋਲਡ ਦਾ ਆਰਟੀਕਲ ਐਟ ਮਾਰਕਡ ਪ੍ਰਾਈਸ, ਜੇ ਉਹ ਮਾਰਕਡ ਪ੍ਰਾਈਸ ਤੇ ਵੇਚੇ ਹੀ ਵੁੱਡ ਹੈਵ ਅਰਨਡ ਅ ਪ੍ਰੋਫਿਟ ਪਰਸੈਂਟ, ਤੁਹਾਨੂੰ ਕਿੰਨਾ ਪ੍ਰੋਫਿਟ ਪਰਸੈਂਟ ਹੋਊ, ਮਤਲਬ ਜੇ 100 ਵਾਲੀ ਚੀਜ਼ 130 ਦੀ ਵੇਚਦਾ ਤੁਹਾਨੂੰ ਕਿੰਨੇ ਪਰਸੈਂਟ ਦਾ ਪ੍ਰੋਫਿਟ ਹੋਊਗਾ, ਦੇਖੋ ਤੁਹਾਨੂੰ ਕਿੰਨੇ ਪਰਸੈਂਟ ਦਾ ਪ੍ਰੋਫਿਟ ਹੋਊਗਾ, 130 ਚੋਂ 100 ਘਟਾ ਦਾਂਗੇ ਕਿੰਨੇ ਪਰਸੈਂਟ ਪ੍ਰੋਫਿਟ ਹੋਊਗਾ, 30% ਦਾ ਪ੍ਰੋਫਿਟ ਹੋਊਗਾ। ਨੈਕਸਟ ਚੱਲਦੇ ਹਾਂ 50 ਨੰਬਰ ਕੁਐਸਚਨ ਕੀ ਕਹਿੰਦਾ, ਦੇਖੋ ਦੇਅਰ ਇਜ਼ ਅ ਰੈਕਟੈਂਗੂਲਰ ਪਲੋਟ ਹੂਜ਼ ਲੈਂਥ ਇਜ਼ 36 ਮੀਟਰ ਐਂਡ ਬ੍ਰੈਥ ਇਜ਼ 28 ਮੀਟਰ। ਇੱਕ ਰੈਕਟੈਂਗੂਲਰ ਪਲੋਟ ਹੈ ਜਿਹਦੀ ਤੁਹਾਡੇ ਕੋਲ ਲੈਂਥ ਦਿੱਤੀ 36 ਮੀਟਰ, ਬ੍ਰੈਥ ਦਿੱਤੀ ਤੁਹਾਡੇ ਕੋਲ 28 ਮੀਟਰ। ਦੇਅਰ ਵਾਸ ਟੂ ਪਾਥ ਪੈਰਲਲ ਟੂ ਲੈਂਥ ਐਂਡ ਬ੍ਰੈਥ ਆਫ ਪਲੋਟ, ਕਹਿੰਦਾ ਦੋ ਪਾਥ ਨੇ, ਇੱਕ ਲੈਂਥ ਦੇ ਪੈਰਲਲ ਹੈ ਜਿਵੇਂ ਕਿ ਆਹ ਪਾਥ ਤੁਹਾਨੂੰ ਨਜ਼ਰ ਆ ਰਿਹਾ, ਇਹ ਲੈਂਥ ਦੇ ਪੈਰਲਲ ਹੋ ਗਿਆ, ਆਹ ਆਪਣੇ ਕੋਲ ਬ੍ਰੈਥ ਦੇ ਪੈਰਲਲ ਹੋ ਗਿਆ, ਦੋ ਪਾਥ ਦੇਤੇ। ਦ ਰਿਮੇਨਿੰਗ ਪਾਰਟ ਆਫ ਲੋਨ ਇਜ ਏਰੀਆ ਹੂਜ 825 ਮੀਟਰ ਸਕੇਅਰ। ਰਿਮੇਨਿੰਗ ਪਾਰਟ ਮਤਲਬ ਆਵਲਾ ਹਿੱਸਾ, ਇਹ ਸਾਰਾ ਹਿੱਸਾ ਟੋਟਲ ਕਿੰਨਾ ਏਰੀਆ ਆਪਣੇ ਕੋਲ 825 ਮੀਟਰ ਸਕੇਅਰ, ਫਾਈਂਡ ਦਾ ਏਰੀਆ ਆਫ ਪਾਥ, ਆਪਾਂ ਨੇ ਪਾਥ ਦਾ ਏਰੀਆ ਪਤਾ ਕਰਨਾ। ਤਾਂ ਦੋਸਤੋ ਜੇ ਆਪਾਂ ਟੋਟਲ ਏਰੀਏ ਦੇ ਵਿੱਚੋਂ ਆਹ ਚਾਰ ਪਾਰਟ ਮਾਈਨਸ ਕਰ ਦਈਏ, ਆਹ ਚਾਰੋਂ ਪਾਰਟ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਪਾਥ ਦਾ ਏਰੀਆ ਆ ਜਾਊਗਾ। ਹੁਣ ਜੇ ਆਪਾਂ ਟੋਟਲ ਏਰੀਆ ਫਾਈਂਡ ਕਰਨਾ ਤਾਂ ਰੈਕਟੈਂਗਲ ਦਾ ਫਾਰਮੂਲਾ ਕੀ ਹੁੰਦਾ, ਲੈਂਥ ਇੰਟੂ ਬ੍ਰੈਥ, ਤਾਂ ਇਹਨੂੰ ਆਪਾਂ ਮਲਟੀਪਲਾਈ ਕਰ ਲਾਂਗੇ 36 × 28। ਤਾਂ ਦੋਸਤੋ 36 × 28 ਇਹ ਆਪਣੇ ਕੋਲ ਮਾਈਨਸ ਮਲਟੀਪਲਾਈ ਕਰਕੇ ਆ ਜਾਊਗਾ 1000 ਮੀਟਰ ਸਕੇਅਰ। 1000 ਮੀਟਰ ਸਕੇਅਰ ਇਹ ਆਪਣੇ ਕੋਲ ਆ ਗਿਆ ਏਰੀਆ ਪੂਰੇ ਆਪਣੇ ਕੋਲ ਰੈਕਟੈਂਗੂਲਰ ਪਲੋਟ ਦਾ। ਹੁਣ ਜਿਹਦੇ ਵਿੱਚੋਂ 825 ਮੀਟਰ ਸਕੇਅਰ ਆਪਣੇ ਕੋਲ ਆਵਲਾ ਹਿੱਸਾ, 125 ਮੀਟਰ ਸਕੇਅਰ ਆਵਲਾ ਹਿੱਸਾ, 825 ਮੀਟਰ ਸਕੇਅਰ, ਤਾਂ 825 ਮੀਟਰ ਸਕੇਅਰ ਆ ਘਟਾ ਦਾਂਗੇ, ਇਹ ਘਟਾ ਕੇ ਆਪਣੇ ਕੋਲ ਕਿੰਨਾ ਆ ਗਿਆ 183 ਮੀਟਰ ਸਕੇਅਰ, ਜਿਹੜਾ ਕਿ ਕਿਹਦਾ ਏਰੀਆ, ਪਾਥ ਦਾ ਏਰੀਆ, ਜਿਹੜਾ ਕਿ ਦੋਸਤੋ ਕਿਸਦਾ ਏਰੀਆ ਆ ਗਿਆ ਆਪਣੇ ਕੋਲ, ਪਾਥ ਦਾ ਏਰੀਆ ਆ ਗਿਆ। ਤਾਂ ਆਪਣੇ ਕੋਲ ਆਂਸਰ ਕੀ ਆ ਜਾਊਗਾ, ਇਹ ਆਪਸ਼ਨ। ਤਾਂ ਇਹ ਸੀ 50 ਨੰਬਰ ਕੁਐਸਚਨ ਤੁਹਾਡੇ ਮੈਂਸੂਰੇਸ਼ਨ ਦੇ ਵਿੱਚ। ਨੈਕਸਟ 51 ਨੰਬਰ ਕੁਐਸਚਨ, ਇਨ ਐਨ ਅਲੋਏ ਜ਼ਿੰਕ ਐਂਡ ਕੋਪਰ ਆਰ ਇਨ ਦਾ ਰੇਸ਼ੋ 1:2, ਜ਼ਿੰਕ ਤੇ ਕੋਪਰ ਦੀ ਰੇਸ਼ੋ 1:2 ਦਿੱਤੀ। ਇਨ ਸੈਕਿੰਡ ਅਲੋਏ ਸੇਮ ਐਲੀਮੈਂਟ ਇਨ ਦਾ ਰੇਸ਼ੋ 2:3, ਜ਼ਿੰਕ ਤੇ ਕੋਪਰ ਦੀ ਰੇਸ਼ੋ 2:3, ਦੋਨੋਂ ਮਿਕਸ ਕਰਕੇ ਨਵਾਂ ਅਲੋਏ ਬਣਾਉਣਾ ਜਿਸ ਦੀ ਰੇਸ਼ੋ ਕਿੰਨੀ ਬਣ ਗਈ ਦੋਸਤੋ, 5:8। ਫੇਰ ਕੁਐਸਚਨ ਤੁਹਾਡੇ ਕੋਲ ਕਿਸ ਚੋਂ ਆ ਗਿਆ, ਐਲੀਗੇਸ਼ਨ ਦੇ ਵਿੱਚ। ਹੁਣ ਇਸ ਕੁਐਸਚਨ ਨੂੰ ਕਿਵੇਂ ਲਗਾਉਣਾ, ਜਿਵੇਂ ਕਿ ਜ਼ਿੰਕ ਕੋਪਰ 1:2 ਹੈ ਤਾਂ ਸਿਰਫ ਜ਼ਿੰਕ ਨੂੰ ਲੈ ਕੇ ਚੱਲ ਪੈਂਦੇ ਆਪਾਂ, ਜ਼ਿੰਕ ਦੀ ਟੋਟਲ ਕਪੈਸਿਟੀ ਕਿੰਨੀ ਹੋਊਗੀ, 1:3, ਕਿਉਂਕਿ 1:2 ਹੈ ਜਿਸਦੇ ਵਿੱਚੋਂ ਜ਼ਿੰਕ ਦੀ ਵੈਲਿਊ ਕਿੰਨੀ ਹੈ, 1 ਨੀਚੇ ਆਊਗੀ ਟੋਟਲ ਕਪੈਸਿਟੀ, ਟੋਟਲ ਕਪੈਸਿਟੀ ਦੋਹਾਂ ਦਾ ਜੋੜ ਕਰਕੇ ਕਿੰਨਾ ਆ ਗਿਆ, 3। ਸੈਕਿੰਡ ਦੂਸਰੇ ਦੇ ਵਿੱਚ ਜ਼ਿੰਕ ਦੀ ਕਪੈਸਿਟੀ ਕਿੰਨੀ ਹੈ, 2/2+3 ਦਾ ਜੋੜ ਕਰਕੇ ਕਿੰਨਾ ਆ ਗਿਆ, 5। ਓਵਰਆਲ ਜਿਹੜੀ ਕਪੈਸਿਟੀ ਹੈ ਦੋਸਤੋ ਉਹ ਕਿੰਨੀ ਆ ਗਈ ਆਪਣੇ ਕੋਲ, 5:8 ਹੈ, 5:8 ਹੈ ਮਤਲਬ 5/13। ਓਵਰਆਲ ਕਪੈਸਿਟੀ ਕਿੰਨੀ ਆ ਗਈ, 5 ਤੇ 8 ਦਾ ਜੋੜ ਕਰਕੇ 13, 5/13। ਤਾਂ ਹੁਣ ਜੇ ਆਪਾਂ ਐਲੀਗੇਸ਼ਨ ਲਗਾਵਾਂਗੇ ਮਾਈਨਸ ਕਰ ਦਾਂਗੇ, ਐਂ ਇਸ ਤਰੀਕੇ ਨਾਲ ਇੱਧਰ ਮਾਈਨਸ ਕਰ ਦਾਂਗੇ। ਤਾਂ ਦੋਸਤੋ ਜੇ ਆਪਾਂ ਮਾਈਨਸ ਕਰਦੇ ਹਾਂ, ਆਪਾਂ ਮਾਈਨਸ ਕਰਕੇ ਆਪਣੇ ਕੋਲ ਆ ਜਾਊਗਾ 1/65। ਇਹਨੂੰ ਮਾਈਨਸ ਕਰਕੇ 5/13 ਚੋਂ ਜੇ ਆਪਾਂ 2/5 ਘਟਾ ਦਈਏ ਆਪਣੇ ਕੋਲ ਆ ਜਾਊਗਾ 1/65। ਤੇ ਜੇ ਆਪਾਂ ਇਸ ਨੂੰ ਮਾਈਨਸ ਕਰੀਏ, ਆਪਾਂ 5/13 ਚੋਂ 1/3 ਮਾਈਨਸ ਕਰੀਏ, ਇਹ ਆਪਣੇ ਕੋਲ ਆ ਜਾਊਗਾ 2/39। ਤਾਂ ਦੋਸਤੋ ਹੁਣ ਜੇ ਆਪਾਂ ਇਸਨੂੰ ਕੈਲਕੂਲੇਟ ਕਰਦੇ ਹਾਂ, ਇਹ ਆਪਣੇ ਕੋਲ ਕੱਟ ਗਿਆ 13 ਦੇ ਟੇਬਲ ਦੇ, 13 × 3 39, 13 × 5 65। ਇਸਨੂੰ ਆਪਾਂ ਕ੍ਰੋਸ ਮਲਟੀਪਲਾਈ ਕਰ ਦਾਂਗੇ ਆਪਣੇ ਕੋਲ ਕਿੰਨਾ ਆਜੂਗਾ, 3:10। ਤਾਂ ਇਸ ਤਰੀਕੇ ਨਾਲ ਆਪਾਂ ਐਲੀਗੇਸ਼ਨ ਮੈਥਡ ਲਗਾ ਕੇ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ। ਤਾਂ ਇਹ ਸੀ ਆਪਣੇ ਕੋਲ 51 ਨੰਬਰ ਕੁਐਸਚਨ। ਨੈਕਸਟ 52, ਔਨ ਅ ਪਰਟੀਕੁਲਰ ਡੇ ਸਵੀਟਸ ਵਰ ਟੂ ਬੀ ਇਕੁਅਲੀ ਡਿਸਟ੍ਰੀਬਿਊਟਡ ਅਮੰਗ 495 ਸਟੂਡੈਂਟ ਆਫ ਅ ਸਕੂਲ। ਕਹਿੰਦਾ 495 ਸਟੂਡੈਂਟ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੇ ਬਰਾਬਰ ਕੀ ਕਰਨੀ ਹੈ, ਕੋਈ ਮਿਠਾਈ ਹੈ ਕੋਈ ਸਵੀਟ ਹੈ ਉਹ ਵੰਡਣੀ ਹੈ। ਹਾਊ ਐਵਰ ਔਨ ਦੈਟ ਪਰਟੀਕੁਲਰ ਡੇ 396 ਸਟੂਡੈਂਟਸ ਫਰੋਮ ਆ ਨੀਅਰ ਬਾਈ ਸਕੂਲ ਆਰ ਜੁਆਇੰਡ। ਕਹਿੰਦਾ ਕਿਸੇ ਪਰਟੀਕੁਲਰ ਕਹਿੰਦਾ ਕਿਸੇ ਲਵੇ ਦੇ ਸਕੂਲ 'ਚੋਂ 396 ਬੱਚੇ ਹੋਰ ਆ ਗਏ, ਮਤਲਬ ਅਚਾਨਕ 396 ਬੱਚੇ ਹੋਰ ਆ ਗਏ। ਤਾਂ ਹੁਣ ਹਰੇਕ ਸਟੂਡੈਂਟ ਨੂੰ 4 ਸਵੀਟਸ ਘੱਟ ਮਿਲਦੀਆਂ ਨੇ। ਮਤਲਬ ਜੇ ਆਪਾਂ ਨੇ ਔਨ ਐਨ ਐਵਰੇਜ ਪਹਿਲਾਂ ਕਿਸੇ ਸਟੂਡੈਂਟ ਨੂੰ 10 ਸਵੀਟਸ ਦੇਣੀਆਂ ਸੀ, ਹੁਣ ਉਹਨੂੰ 4 ਘੱਟ ਮਿਲਣਗੀਆਂ, ਮਤਲਬ ਹੁਣ ਉਹਨੂੰ ਕਿੰਨੀਆਂ ਮਿਲਣਗੀਆਂ, 6। ਤਾਂ ਇਹ ਐਗਜ਼ਾਮਪਲ ਸੀ, ਬਟ ਆਪਾਂ ਨੂੰ ਨਹੀਂ ਪਤਾ ਦੇਖੋ ਇਹਨੂੰ ਕਰਨਾ ਕਿਵੇਂ ਹੈ। 495 ਸਟੂਡੈਂਟ ਨੇ, ਮੰਨ ਲਓ ਹਰੇਕ ਨੂੰ ਪਹਿਲਾਂ ਐਕਸ ਸਵੀਟਸ ਮਿਲਦੀਆਂ ਸੀ, ਤਾਂ ਟੋਟਲ ਸਵੀਟਸ ਕਿੰਨੀਆਂ ਹੋਗੀਆਂ ਸੀ, 495 × x, 495 × x। ਬਟ
हुन अपने को ले 396 स्टूडेंट होर आ गए तो हुन स्टूडेंट कितने हो गए 495 + 396 ए ऐड करके आ जाऊगा 891 हुन हर एक स्टूडेंट नु स्वीट्स कितनी मिलनगी x - 4 जे पहला हर एक स्टूडेंट नु x मिल दिया सी हुन कितनी मिलनगी x - 4 तो इस नु सॉल्व करके x की वैल्यू फाइंड कर लेंगे तो ये बन गया अपने को ले 495x = 891x - 891 × 4 ਤਾਂ ਦੋਸਤੋ ਜੇ ਇਸ ਨੂੰ ਸੋਲਵ ਕਰੋਗੇ ਤੁਹਾਡੇ ਕੋਲੇ x ਦੀ ਵੈਲਿਊ ਆ ਜੂਗੀ 9 ਆਪਣੇ ਕੋਲੇ x ਦੀ ਵੈਲਿਊ ਆ ਗਈ 9 ਹੁਣ ਆਪਾਂ ਨੇ ਪਤਾ ਕੀ ਕਰਨਾ ਹਾਊ ਮੈਨੀ ਸਵੀਟਸ ਵਰ ਡਿਸਟ੍ਰੀਬਿਊਟਿਡ ਤਾਂ ਟੋਟਲ ਸਵੀਟਸ ਕਿੰਨੀਆਂ ਸੀ ਚਾਹੇ ਇਸ ਚ ਪੁੱਟ ਕਰ ਦਿਓ ਚਾਹੇ ਇਸ ਆਨਸਰ ਸੇਮ ਆਊਗਾ ਟੋਟਲ ਸਵੀਟਸ ਆਪਣੇ ਕੋਲੇ ਕਿੰਨੀਆਂ ਨੇ 495 × 9 ਇਹ ਆਪਣੇ ਕੋਲੇ ਸੋਲਵ ਕਰਕੇ ਆ ਜੂਗਾ 4455 ਆਪਣੇ ਕੋਲੇ ਆਨਸਰ ਕਿੰਨਾ ਆ ਗਿਆ 4455 ਆਨਸਰ ਆ ਗਿਆ ਸੀ ਆਪਸ਼ਨ ਤਾਂ ਇਹ ਸੀ ਤੁਹਾਡੇ ਕੋਲੇ 52 ਨੰਬਰ ਕੁਐਸਚਨ ਨੈਕਸਟ ਚੱਲਦੇ ਆ 53 ਨੰਬਰ ਪਾਰਟਨਰਸ਼ਿਪ ਦੇ ਵਿੱਚ ਕੁਐਸਚਨ ਹੈ ਰਾਮ ਐਂਡ ਰਗੂਲ ਆਰ ਪਾਰਟਨਰਸ ਇਨ ਅ ਬਿਜ਼ਨਸ ਰਾਮ ਤੇ ਰਗੂਲ ਦੋਨੋਂ ਪਾਰਟਨਰਸ ਨੇ ਰਾਮ ਇਨਵੈਸਟ 10,000 ਫੋਰ 5 ਮੰਥ ਐਂਡ ਰਗੂਲ ਇਨਵੈਸਟਮੈਂਟ ਇਜ਼ 6,000 ਫੋਰ 12 ਮੰਥ ਤਾਂ ਦੋਸਤੋ ਪਹਿਲਾਂ ਆਪਾਂ ਇਹਨਾਂ ਦੀ ਰੇਸ਼ੋ ਬਣਾ ਲਾਂਗੇ 3 ਜ਼ੀਰੋ ਨਾਲ 3 ਜ਼ੀਰੋ ਕੱਟ ਗਈਆਂ ਜੇ ਆਪਾਂ 2 ਦੇ ਟੇਬਲ ਤੇ ਕੱਟਦੇ ਹੋਰੇ 5 ਰਹਿ ਜਾਊਗਾ ਔਰ 3 ਰਹਿ ਜਾਊਗਾ ਤਾਂ ਇਹ ਬਣ ਗਿਆ 25:36 12×36 ਆਪਣੇ ਕੋਲੇ ਆ ਰੇਸ਼ੋ ਬਣ ਗਈ ਟੋਟਲ ਪ੍ਰੋਫਿਟ ਕਿੰਨਾ ਹੋਇਆ 1220 ਰੁਪਏ ਟੋਟਲ ਪ੍ਰੋਫਿਟ ਹੋਇਆ 1220 ਰੁਪਏ ਤਾਂ ਦੋਹਾਂ ਦਾ ਜਿਹੜਾ ਜੋੜ ਕਰਕੇ ਆਇਆ ਦੋਹਾਂ ਦਾ ਜੋੜ ਕਰਕੇ 61x ਬਣਦਾ ਹੈ ਕਿਸ ਦੇ ਬਰਾਬਰ ਹੈ 1220 ਦੇ ਤਾਂ ਇਥੋਂ x ਦੀ ਵੈਲਿਊ ਆ ਜਾਊਗੀ ਆਪਣੇ ਕੋਲੇ 20 x ਦੀ ਵੈਲਿਊ ਆ ਗਈ 20 ਹੁਣ ਆਪਾਂ ਨੇ ਪਤਾ ਕੀ ਕਰਨਾ ਰਗੂਲ ਸ਼ੇਅਰ ਇਨ ਦਾ ਪ੍ਰੋਫਿਟ ਰਗੂਲ ਦਾ ਸ਼ੇਅਰ ਦੱਸੋ ਪ੍ਰੋਫਿਟ ਦੇ ਵਿੱਚ ਤਾਂ ਰਗੂਲ ਦਾ ਸ਼ੇਅਰ ਕਿੰਨਾ 36x ਮਤਲਬ 36 × 20 ਇਹਨੂੰ ਜੇ ਆਪਾਂ ਮਾਈਨਸ ਕਰਾਂਗੇ ਇਹ ਆਪਣੇ ਕੋਲੇ ਆ ਜਾਊਗਾ 720 ਇਹਨੂੰ ਆਪ ਮਾਈਨਸ ਕਰਕੇ ਆਪਣੇ ਕੋਲੇ 720 ਰੁਪਏ ਤਾਂ ਰਗੂਲ ਦਾ ਸ਼ੇਅਰ ਆ ਗਿਆ 720 ਰੁਪਏ ਦਾ ਪ੍ਰੋਫਿਟ ਤਾਂ ਦੋਸਤੋ ਇਹ ਸੀ ਤੁਹਾਡੇ ਕੋਲੇ 53 ਨੰਬਰ ਕੁਐਸਚਨ ਜਿਹੜਾ ਕਿ ਪਾਰਟਨਰਸ਼ਿਪ ਦੇ ਵਿੱਚੋਂ ਸੀ ਨੈਕਸਟ ਚੱਲਦੇ ਹਾਂ 54 ਨੰਬਰ ਕੁਐਸਚਨ 54 ਫੇਟ ਪਾਰਟਨਰਸ਼ਿਪ ਦੇ ਵਿੱਚ ਕੁਐਸਚਨ ਹੈ ਏ ਸਟਾਰਟਡ ਅ ਬਿਜ਼ਨਸ ਆਫਟਰ 4 ਮੰਥ ਫਰੋਮ ਦਾ ਸਟਾਰਟ ਆਫ ਬਿਜ਼ਨਸ ਬੀ ਐਂਡ ਸੀ ਜੁਆਇੰਟ ਤਾਂ ਦੋਸਤੋ ਏ ਨੇ ਬਿਜ਼ਨਸ ਜੁਆਇਨ ਕੀਤਾ ਏ ਨੇ ਸ਼ੁਰੂ ਕੀਤਾ ਬੀ ਤੇ ਸੀ ਨੇ ਉਹਨੂੰ ਜੁਆਇਨ ਕੀਤਾ ਕਿੰਨੇ ਮਹੀਨੇ ਬਾਅਦ 4 ਮਹੀਨੇ ਬਾਅਦ ਜੁਆਇਨ ਕੀਤਾ ਦ ਰਿਸਪੈਕਟਿਵ ਰੇਸ਼ੀਓ ਬਿਟਵੀਨ ਦ ਇਨਵੈਸਟਮੈਂਟ ਆਫ ਏ ਬੀ ਸੀ ਇਨ ਦਾ ਰੇਸ਼ੀਓ 4:6:5 ਮਤਲਬ ਜੇ ਇਹਨੇ 4:1 ਇਨਵੈਸਟ ਕੀਤਾ ਇਹਨੇ 6:1 ਇਨਵੈਸਟ ਕੀਤੀ ਹੋਊਗੀ ਇਹਨੇ 5:1 ਇਨਵੈਸਟ ਕੀਤੀ ਹੋਊਗੀ ਹੁਣ ਇਹਨੇ ਕਿੰਨੇ ਮਹੀਨੇ ਲਈ ਇਨਵੈਸਟ ਕੀਤੀ ਹੈ 12 ਮਹੀਨੇ ਲਈ ਇਨਵੈਸਟ ਕੀਤੀ ਹੈ ਇਸ ਬੰਦੇ ਨੇ 8 ਮਹੀਨੇ ਲਈ ਇਨਵੈਸਟ ਕੀਤਾ ਇਸ ਬੰਦੇ ਨੇ ਕਿੰਨੇ ਮਹੀਨੇ ਲਈ ਇਨਵੈਸਟ ਕੀਤਾ 8 ਮਹੀਨੇ ਲਈ ਤਾਂ ਜੇ ਆਪਾਂ ਰੇਸ਼ੋ ਕੱਢਾਂਗੇ ਦੇਖੋ 12 × 48 ਹੋ ਗਿਆ ਆਪਣੇ ਕੋਲੇ 8×6 = 48 8×5 = 40 ਜੇ ਆਪਾਂ ਕਟਿੰਗ ਕਰਦੇ ਆ 6:5 ਆਹ ਦੋਸਤੋ ਆਪਣੇ ਕੋਲੇ ਕੀ ਬਣ ਗਈ ਰੇਸ਼ੋ ਬਣ ਕਹਿੰਦਾ ਕੀ ਹੈ ਇਫ ਏਜ ਸ਼ੇਅਰ ਇਨ ਐਨੂਅਲ ਪ੍ਰੋਫਿਟ ਵਾਸ 250 ਮੋਰ ਦੈਨ ਸੀ ਸ਼ੇਅਰ ਏ ਦਾ ਸ਼ੇਅਰ 250 ਜ਼ਿਆਦਾ ਸੀ ਦੇ ਨਾਲੋਂ ਹੁਣ ਦੇਖੋ ਏ ਦੀ ਰੇਸ਼ੋ ਕਿੰਨੀ ਹੈ 6 ਸੀ ਦੀ ਰੇਸ਼ੋ ਕਿੰਨੀ ਹੈ 5 ਤਾਂ ਦੋਹਾਂ ਦਾ ਜਿਹੜਾ ਗੈਪ ਹੈ 1:1 ਦਾ ਫਰਕ ਹੈ ਤੇ ਕਿੰਨੇ ਪ੍ਰੋਫਿਟ ਦਾ ਫਰਕ ਹੈ 250 ਦਾ ਮਤਲਬ 1:2 ਦੇ ਬਰਾਬਰ ਆ ਗਈ ਟੋਟਲ ਪ੍ਰੋਫਿਟ ਦੱਸਣਾ ਹੁਣ ਟੋਟਲ ਪ੍ਰੋਫਿਟ ਕਿੰਨਾ 6 ਤੇ 6 12 12 ਤੇ 5 ਕਿੰਨਾ ਹੋ ਗਿਆ 17 ਜੇ 1 ਦੀ ਰੇਸ਼ੋ 250 ਹੈ ਤਾਂ 17 ਦੀ ਰੇਸ਼ੋ ਕੱਢ ਲਾਂਗੇ 17 × 250 ਤਾਂ ਦੋਸਤੋ ਜੇ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ 25 ਨੂੰ 17 ਨਾਲ ਗੁਣਾ ਕਰ ਲਓ 7×5 = 35 7×2 = 14 15×16 = 17 5×2 ਤਾਂ ਇਹ ਤੁਹਾਡੇ ਕੋਲੇ ਆ ਜਾਊਗਾ 4250 ਰੁਪਏ ਦਾ ਟੋਟਲ ਤੁਹਾਡੇ ਕੋਲੇ ਕਿੰਨਾ ਪ੍ਰੋਫਿਟ ਹੋਇਆ 4250 ਰੁਪਏ ਦਾ ਪ੍ਰੋਫਿਟ ਹੋਇਆ ਇਹ ਸੀ ਆਪਣੇ ਕੋਲੇ 54 ਨੰਬਰ ਕੁਐਸਚਨ ਨੈਕਸਟ ਚੱਲਦੇ ਹਾਂ 55 ਨੰਬਰ ਕੁਐਸਚਨ ਆਰਿਆਨ ਗੋਟ 350 ਮਾਰਕਸ ਐਂਡ ਵਿਜੇ ਸਕੋਰਡ 76% ਮਾਰਕਸ ਇਨ ਦਾ ਸੇਮ ਟੈਸਟ ਆਰਿਆਨ ਨੂੰ 350 ਮਾਰਕਸ ਮਿਲੇ ਤੇ ਵਿਜੇ ਨੂੰ ਕਿੰਨੇ ਪਰਸੈਂਟ ਮਾਰਕਸ ਮਿਲੇ 76% ਇਫ ਵਿਦਿਆ ਸਕੋਰਡ 296 ਮੋਰ ਦੈਨ ਆਰਿਆਨ ਤੇ ਵਿਦਿਆ ਨੂੰ 296 ਨੰਬਰ ਜ਼ਿਆਦਾ ਮਿਲੇ ਆਰਿਆਨ ਨਾਲ ਦੇਖੋ ਵਿਦਿਆ ਨੂੰ 76% ਮਾਰਕਸ ਮਿਲੇ ਜਿਹੜੇ ਕਿ ਆਰਿਆਨ ਦੇ ਮਾਰਕਸ ਨਾਲੋਂ ਕਿੰਨੇ ਜ਼ਿਆਦਾ ਨੇ ਆਰਿਆਨ ਦੇ ਮਾਰਕਸ ਨਾਲੋਂ 296 ਜ਼ਿਆਦਾ ਨੇ ਹੁਣ ਆਰਿਆਨ ਦੇ ਮਾਰਕਸ ਕਿੰਨੇ ਨੇ 350 ਮਤਲਬ ਟੋਟਲ ਮਾਰਕਸ ਕਿੰਨੇ ਹੋ ਗਏ 350 + 296
76% विद्या दी जेडी मार्किंग अपने को ले सॉरी 76% है 76% इक्वल टू 350 प्लस 296 तो आपा दोस्तों अपने को ले 76% दी वैल्यू कितनी आ गई जे अपन नु ऐड कर दांगे 6 9 6 14 अपने को ले 646 1% दी वैल्यू आ गई 646/76 1% दी वैल्यू आ गई अपने को ले 646/76 तो 100% दी वैल्यू कितनी आ जाऊगी 646/76 × 100 ਤਾਂ ਦੋਸਤੋ ਜੇ ਤੁਸੀਂ ਇਹਨੂੰ ਘਟਾਓਗੇ ਇਹ ਘਟ ਜੂਗਾ 8.5 ਤੇ 8.5 ਤੇ ਘਟ ਗਿਆ ਤਾਂ ਆਪਣੇ ਕੋਲੇ ਟੋਟਲ ਆਨਸਰ ਇਸ ਦਾ ਕਿੰਨਾ ਆ ਗਿਆ 850 ਤਾਂ ਆਪਣੇ ਕੋਲੇ ਇਸ ਕੁਐਸਚਨ ਦਾ ਆਨਸਰ ਆ ਜੂਗਾ ਵੀ ਟੋਟਲ ਜਿਹੜੇ ਮਾਰਕਸ ਨੇ ਟੋਟਲ ਮੈਕਸਿਮਮ ਮਾਰਕਸ ਕਿੰਨੇ ਨੇ 850 ਤਾਂ ਆਨਸਰ ਕੀ ਆ ਗਿਆ ਦੋਸਤੋ ਸੀ ਆਪਸ਼ਨ ਨੈਕਸਟ ਚੱਲਦੇ ਆ 56 ਨੰਬਰ ਕੁਐਸਚਨ ਤੇ 56 ਨੰਬਰ ਕੁਐਸਚਨ ਫੇਰ ਪਰਸੈਂਟੇਜ ਦੇ ਵਿੱਚੋਂ ਇਨਾਂ ਨੇ ਇਲੈਕਸ਼ਨ ਵਨ ਆਫ ਦਾ ਟੂ ਕੈਂਡੀਡੇਟ ਗੈਟ 40% ਆਫ ਦਾ ਟੋਟਲ ਵੋਟ ਕਹਿੰਦਾ ਇੱਕ ਕੈਂਡੀਡੇਟ ਨੂੰ 40% ਵੋਟ ਮਿਲੇ 100% ਟੋਟਲ ਵੋਟਸ ਹੁੰਦੇ ਨੇ ਇੱਕ ਨੂੰ 40% ਵੋਟ ਮਿਲੇ ਤਾਂ ਦੂਜੇ ਬੰਦੇ ਨੂੰ ਕਿੰਨੇ ਵੋਟ ਮਿਲਣਗੇ 60% ਤਾਂ ਜਿੱਤੂਗਾ ਕਿਹੜਾ ਬੰਦਾ ਜਿਹਨੂੰ 60% ਵੋਟਾਂ ਦੇ ਜਿੱਤਿਆ ਤਾਂ ਕਿੰਨੀਆਂ ਵੋਟਾਂ ਦੇ ਜਿੱਤ ਗਿਆ ਦੋਸਤੋ ਦੇਖੋ 20% ਵੋਟਾਂ ਦੇ ਕੀ ਹੋ ਗਿਆ ਉਹ ਵਿਨ ਹੋ ਗਿਆ 40% ਤਾਂ ਇਹਨੂੰ ਵੀ ਪਈਆਂ ਨੇ ਜ਼ਿਆਦਾ ਵੋਟਾਂ ਜਿਹੜੀਆਂ ਜ਼ਿਆਦਾ ਵੋਟਾਂ ਪਈਆਂ ਨੇ ਉਸ ਤੇ ਜਿੱਤਦਾ ਹੁੰਦਾ ਤਾਂ 20% ਵੋਟਾਂ ਦੇ ਜਿੱਤ ਗਿਆ ਤੇ 20% ਵੋਟਾਂ ਦੇ ਜਿੱਤ ਗਿਆ ਕਿੰਨੀਆਂ ਵੋਟਾਂ ਦੇ ਜਿੱਤ ਗਿਆ 480 ਮਤਲਬ 20% ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲੇ 480 ਤਾਂ 1% ਦੀ ਵੈਲਿਊ ਆ ਜੂਗੀ ਆਪਣੇ ਕੋਲੇ 480/20 ਇਹਨੂੰ ਕੈਲਕੂਲੇਟ ਕਰਾਂਗੇ ਆਪਣੇ ਕੋਲੇ 24 ਤਾਂ 100% ਦੀ ਵੈਲਿਊ ਟੋਟਲ ਵੋਟਸ ਕੱਢਣੀਆਂ ਨੇ ਤਾਂ ਟੋਟਲ ਵੋਟਸ ਕਿੰਨੀਆਂ ਆਣਗੀਆਂ ਆਪਣੇ ਕੋਲੇ 2400 ਆਨਸਰ ਜੇ 1% ਦੀ ਵੈਲਿਊ 24 ਆ ਤਾਂ 100% ਦਾ ਆਨਸਰ ਕਿੰਨਾ ਆ ਜੂਗਾ 2400 ਨੈਕਸਟ ਚੱਲਦੇ ਆ 57 ਨੰਬਰ ਇਨ ਹਾਊ ਮਨੀ ਡਿਫਰੈਂਟ ਵੇਸ ਕੈਨ ਦਾ ਲੈਟਰ ਆਫ ਦਾ ਵਰਡ ਸੌਫਟਵੇਅਰ ਇੱਕ ਸੌਫਟਵੇਅਰ ਵਰਡ ਹੈ ਅਰੇਂਜ ਇਨ ਸੱਚ ਅ ਵੇ ਦੈਟ ਵੋਵਲਸ ਕਮ ਟੂਗੇਦਰ ਤਾਂ ਦੋਸਤੋ ਆਪਣੇ ਕੋਲੇ ਪਰਮੂਟੇਸ਼ਨ ਦਾ ਕੁਐਸਚਨ ਹੈ ਇੱਕ ਵਰਡ ਦਿੱਤਾ ਸੌਫਟਵੇਅਰ ਇਸ ਦੀ ਕਹਿੰਦਾ ਵੋਵਲਸ ਇਕੱਠੀਆਂ ਆਣ ਵੋਵਲਸ ਆਲਵੇਸ ਕਮ ਟੂਗੇਦਰ ਵੋਵਲਸ ਆਪਣੇ ਕੋਲੇ ਕੀ ਹੁੰਦੀਆਂ ਨੇ ਵੋਵਲਸ ਜਿਨ੍ਹਾਂ ਨੂੰ ਸਵਰ ਕਹਿੰਦੇ ਨੇ 5 ਵੋਵਲਸ ਹੁੰਦੀਆਂ ਨੇ ਏ ਈ ਆਈ ਓ ਯੂ ਆ 5 ਵੋਵਲਸ ਹੁੰਦੀਆਂ ਨੇ ਟੋਟਲ ਤਾਂ ਸੌਫਟਵੇਅਰ ਦੇ ਵਿੱਚ ਇੱਕ ਓ ਵੋਵਲ ਹੈ ਇੱਕ ਏ ਇੱਕ ਈ ਤਾਂ ਓ ਏ ਈ ਇਹ ਤਿੰਨੋਂ ਇਕੱਠੇ ਆਣਗੇ ਇਹਨਾਂ ਤਿੰਨਾਂ ਨੂੰ ਇੱਕ ਯੂਨਿਟ ਮੰਨ ਲਈਦਾ ਹੁੰਦਾ ਇਹਨਾਂ ਤਿੰਨਾਂ ਨੂੰ ਦੋਸਤੋ ਇੱਕ ਯੂਨਿਟ ਮੰਨ ਲੈਣਾ ਬਚਿਆ ਕੀ ਐਸ ਐਫ ਟੀ ਡਬਲਯੂ ਆਰ ਜਿਹੜੇ ਬਾਕੀ ਦੇ ਬਚ ਗਏ ਉਹਨਾਂ ਸਾਰਿਆਂ ਨੂੰ ਇੱਕ ਇੱਕ ਯੂਨਿਟ ਤਾਂ ਜਿਹੜੇ ਟੋਟਲ ਯੂਨਿਟ ਹੋ ਗਏ ਦੇਖੋ 1 2 3 4 5 6 ਤਾਂ ਪਹਿਲਾਂ ਕੀ ਲਿਖ ਲੈਣਾ 6 ਫੈਕਟੋਰੀਅਲ ਮਲਟੀਪਲਾਈ ਜਦੋਂ ਵੀ ਵੋਵਲਸ ਵਾਲਾ ਕਨਸੈਪਟ ਕਰ ਰਹੇ ਹੋ ਦੇਖੋ ਵੋਵਲਸ ਕਿੰਨੀਆਂ ਨੇ 3 ਹੁਣ ਇਹ ਆਪਸ ਵੀ ਇੰਟਰਚੇਂਜ ਕਰ ਸਕਦੇ ਨੇ ਜਿਵੇਂ ਓ ਏ ਈ ਲਿਖਿਆ ਹੋਇਆ ਇਹਨੂੰ ਆਪਾਂ ਏ ਈ ਓ ਲਿਖ ਸਕਦੇ ਹਾਂ ਈ ਓ ਏ ਇਸ ਤਰੀਕੇ ਨਾਲ ਵੋਵਲਸ ਨੂੰ ਅੱਗੇ ਪਿੱਛੇ ਕਰ ਸਕਦੇ ਹਾਂ ਤੇ ਵੋਵਲਸ ਹੈ ਕਿੰਨੀਆਂ ਨੇ 3 ਤਾਂ ਵੋਵਲਸ ਨੂੰ ਕਿੰਨਾ ਲਿਖ ਲਾਂਗੇ 3 ਫੈਕਟੋਰੀਅਲ ਤਾਂ 6 ਫੈਕਟੋਰੀਅਲ × 3 ਫੈਕਟੋਰੀਅਲ ਹੁਣ ਦੋਸਤੋ ਇਹ ਫੈਕਟੋਰੀਅਲ ਦੀ ਵੈਲਿਊ ਤੁਹਾਨੂੰ ਸੋਲਵ ਕਰਨੀਆਂ ਨਹੀਂ ਚਾਹੀਦੀਆਂ ਜਿਵੇਂ 6 ਫੈਕਟੋਰੀਅਲ ਹੈ ਇਹਨੂੰ ਕਿਵੇਂ ਸੋਲਵ ਕਰਾਂਗੇ 6 × 5 × 4 × 3 × 2 × 1 ਇੱਕ ਤਾਂ ਗੁਣਾ ਕਰ ਲਾਂਗੇ ਐਂ 3 ਫੈਕਟੋਰੀਅਲ ਹੈ 3 × 2 × 1 ਇਸ ਨੂੰ ਗੁਣਾ ਕਰਾਂਗੇ ਆਪਣੇ ਕੋਲੇ 720 3 ਫੈਕਟੋਰੀਅਲ ਨੂੰ ਮਲਟੀਪਲਾਈ ਕਰਾਂਗੇ 6 ਇਸ ਨੂੰ ਆਪਣੇ ਕੋਲੇ ਕੈਲਕੂਲੇਟ ਕਰਕੇ ਆ ਜਾਊਗਾ 6 × 12 = 7 6 42 4320 ਆਨਸਰ ਜਿਹੜਾ ਕਿ ਆਪਣੇ ਕੋਲੇ ਆ ਜਾਊਗਾ ਡੀ ਆਪਸ਼ਨ ਨਨ ਆਫ ਦੀਸ ਤਾਂ ਇਸ ਤਰੀਕੇ ਨਾਲ ਆਪਣੇ ਕੋਲੇ ਪਰਮੂਟੇਸ਼ਨ ਦਾ ਕੁਐਸਚਨ ਸੋਲਵ ਕਰਨਾ ਹੁੰਦਾ ਨੈਕਸਟ 58 ਨੰਬਰ ਕੁਐਸਚਨ ਟੈਪ ਏ ਬੀ ਸੀ ਆਰ ਅਟੈਚਡ ਵਿਦ ਦਾ ਟੈਂਕ ਐਂਡ ਵੈਲੋਸਿਟੀ ਆਫ ਵਾਟਰ ਕਮਿੰਗ ਥਰੂ ਦੈਮ ਆਰ 42 ਲੀਟਰ ਪਰ ਆਰ 56 ਲੀਟਰ ਪਰ ਆਰ ਐਂਡ 48 ਲੀਟਰ ਪਰ ਆਰ ਕਹਿੰਦਾ 3 ਟੈਪ ਨੇ ਪਹਿਲੀ ਟੈਪ ਦੇ ਵਿੱਚ 42 ਲੀਟਰ ਪਰ ਆਰ ਹੁਣ ਦੋਸਤੋ ਇਸ ਕੁਐਸਚਨ ਦੇ ਵਿੱਚ ਕਪੈਸਿਟੀ ਦਿੱਤੀ ਹੋਈ ਹੈ ਪਹਿਲੀ ਦੇ ਵਿੱਚ 42 ਲੀਟਰ ਪਰ ਆਰ ਪਾਣੀ ਆਂਦਾ ਨਾ ਕਿ ਟਾਈਮ ਦਿੱਤਾ ਹੋਇਆ 52 56 ਲੀਟਰ ਪਰ ਆਰ ਪਾਣੀ ਆਂਦਾ ਤੀਸਰੀ ਆਪਣੇ ਕੋਲੇ ਖਾਲੀ ਕਰਦੀ ਹੈ ਤੀਸਰੀ ਆਪਣੇ ਕੋਲੇ ਜਿਹੜੀ ਤੀਸਰੀ ਪਾਈਪ ਹੈ ਉਹ ਆਊਟਲਾਈਟ ਪਾਈਪ ਹੈ ਜਿਹੜੀ ਕਿ ਖਾਲੀ ਕਰਦੀ ਹੈ 48 ਲੀਟਰ ਪਰ ਆਰ ਤਾਂ 1 ਘੰਟੇ ਦੇ ਵਿੱਚ ਕਿੰਨਾ ਪਾਣੀ ਫਿਲ ਹੁੰਦਾ ਪਹਿਲਾਂ ਆਪਾਂ ਇਹ ਸੋਲਵ ਕਰ ਲਾਂਗੇ ਦੇਖੋ 42 ਲੀਟਰ ਭਰਿਆ ਜਾਂਦਾ ਉਰੋ 56 ਲੀਟਰ ਭਰਿਆ ਜਾਂਦਾ ਉਰੋ 48 ਲੀਟਰ ਬਾਹਰ ਨਿਕਲ ਜਾਂਦਾ ਤਾਂ ਜਦੋਂ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਆਪਣੇ ਕੋਲੇ ਆ ਜਾਊਗਾ 50 ਲੀਟਰ 1 ਘੰਟੇ ਦੇ ਵਿੱਚ ਜਿਹੜਾ ਪਾਣੀ ਭਰਿਆ ਜਾਂਦਾ ਉਹ ਕਿੰਨੇ ਲੀਟਰ ਭਰਿਆ ਜਾਂਦਾ 50 ਲੀਟਰ ਭਰਿਆ ਜਾਂਦਾ ਤਾਂ ਦੋਸਤੋ ਉਹਨੇ ਕਿ ਟੈਂਕ ਕਿੰਨੇ ਘੰਟੇ 'ਚ ਫਿਲ ਹੁੰਦਾ 16 ਘੰਟਿਆਂ ਦੇ ਵਿੱਚ ਜੇ 1 ਘੰਟੇ 50 ਲੀਟਰ ਭਰਿਆ ਜਾਂਦਾ ਤਾਂ 16 ਘੰਟੇ 'ਚ ਕਿੰਨਾ ਭਰਿਆ ਜਾਊਗਾ 50 × 16 ਇਹ ਆਪਣੇ ਕੋਲੇ ਆ ਜਾਊਗਾ 800 ਲੀਟਰ ਤਾਂ ਆਪਣੇ ਕੋਲੇ ਕੁਐਸਚਨ ਦਾ ਆਨਸਰ ਆ ਗਿਆ 800 ਲੀਟਰ ਸੀ ਆਪਸ਼ਨ 58 ਕੁਐਸਚਨ ਸੀ ਆਪਸ਼ਨ ਨੈਕਸਟ 59 ਨੰਬਰ ਕੁਐਸਚਨ
कहना box contain 4 black balls, 3 red balls and 5 green balls. एक box दे विच 4 black balls ने, 3 red balls ने, 5 green balls ने. Two select करनिया ने. तब probability दसो भी both balls are of same color. दोनों balls ने जेनिया same color दिया. हुन दोस्तों probability दा question है. Probability दा question है दा divide by total case आंदा हुंदा. टोटल बॉल्स किनिया ने देखो 5 4 9 3 12 12 चो अपन ने किनिया सिलेक्ट कितिया ने 2 द डिवाइड बाय 12 सी 2 आऊगा हुन ऊपरली इक्वेशन किमे बनानी है देखो कोई भी दो बॉल्स आन सेम कलर दिया हुन दोनों ब्लैक भी आ सकदियां ने दोनों रेड भी आ सकदियां ने दोनों ग्रीन भी आ सकदियां ने तो जे दोनों ब्लैक आ गईयां तो अपने को इक्वेशन की बन जूगी 4 सी 2 या फिर जदो भी या वर्ड आ जे तो उथे प्लस दा साइन लगदा हुंदा ओर वाले केस दे विच ਤਿੰਨੋ ਰੈੱਡ ਆ ਸਕ ਦੋਨੋ ਰੈੱਡ ਆ ਸਕਦੀਆਂ ਨੇ 3C2 ਦੋਨੋ ਗ੍ਰੀਨ ਆ ਸਕਦੀਆਂ ਨੇ 5C2 ਤਾਂ ਦੋਸਤੋ ਜੇ ਤੁਹਾਨੂੰ ਇਸ ਦਾ ਫਾਰਮੂਲਾ ਨਹੀਂ ਪਤਾ NCR ਬਣਦਾ ਹੁੰਦਾ ਇੱਕ ਤਰ੍ਹਾਂ ਦਾ ਇਹ n ਫੈਕਟੋਰੀਅਲ ਡਿਵਾਈਡ ਬਾਈ n ਮਾਈਨਸ r ਫੈਕਟੋਰੀਅਲ ਗੁਣਾ r ਫੈਕਟੋਰੀਅਲ ਤੁਹਾਡੇ ਕੋਲੇ ਕੰਬੀਨੇਸ਼ਨ ਦਾ ਫਾਰਮੂਲਾ ਹੁੰਦਾ ਜਿਵੇਂ ਕਿ 4C2 ਹੈ ਇਸ ਨੂੰ ਕਿਵੇਂ ਸੋਲਵ ਕਰਾਂਗੇ 4 ਫੈਕਟੋਰੀਅਲ ਡਿਵਾਈਡ ਬਾਈ 4 ਮਾਈਨਸ 2 2 ਫੈਕਟੋਰੀਅਲ ਇਨਟੂ 2 ਫੈਕਟੋਰੀਅਲ ਤਾਂ ਇਸ ਨੂੰ ਸੋਲਵ ਕਰਕੇ ਤੁਹਾਡੇ ਕੋਲੇ ਆ ਜਾਊਗਾ अपने को 4 12 6 आंसर आ जाऊगा इस नु सॉल्व करांगे 3 आ जाऊगा इस नु सॉल्व करके अपने को आ जाऊगा 10 डिवाइड बाय 12 सी 2 नु इसी तरीके ना सॉल्व कर लांगे बन जाऊगा अपने को 66 तो अपने को आंसर आ गया 19/66 ए फार्मूला पा अप्लाई करके क्वेश्चन नु सॉल्व कर सकते हैं तो आंसर आ गया सी ऑप्शन 19/66 नेक्स्ट चलते हैं 60 नंबर क्वेश्चन पे 60 नंबर क्वेश्चन की कह रहा है The age of Aravind father is 4 times his age. Aravind de father di age Aravind nalo kinne guna hai? 4 guna. Ta dekho dosto present age hai jehdi. Father te Aravind di kinni ratio hogi? 4:1. Kehnda 5 year hai wo. 5 saal piche. The age of his the father age was 7 times. Father di age hai jehdi oh kinne times si 7:1. ਤਾਂ ਇਸ ਤਰੀਕੇ ਦਾ ਏਜ ਵਾਲਾ ਕੁਐਸਚਨ ਆਪਾਂ ਪੜਿਆ ਸੀ ਵੀ ਜਿਹੜੀ ਪ੍ਰੈਜ਼ੈਂਟ ਰੇਸ਼ੀਓ ਹੈ 4x 1x ਹੈ ਆਪਾਂ ਨੇ ਕਿੰਨੇ ਸਾਲ ਪਿੱਛੇ ਜਾਣਾ ਹੈ 5 ਸਾਲ ਪਿੱਛੇ ਜਾਣਾ ਹੈ ਜਦੋਂ 5 ਸਾਲ ਪਿੱਛੇ ਜਾਵਾਂਗੇ ਕਿੰਨੀ ਰੇਸ਼ੀਓ ਬਣ ਗਈ ਆਪਣੇ ਕੋਲੇ 7:1 ਤਾਂ ਕ੍ਰੋਸ ਮਲਟੀਪਲਾਈ ਕਰਕੇ ਜੇ ਆਪਾਂ ਸੋਲਵ ਕਰਦੇ ਆ ਆਪਣੇ ਕੋਲੇ ਬਣ ਜਾਊਗਾ 4x 5 7x 35 ਇਧਰ ਆ ਕੇ ਪਲੱਸ ਹੋ ਜੂ ਇਧਰ ਆ ਕੇ ਮਾਈਨਸ ਹੋ ਜੂ 3x ਦੀ ਵੈਲਿਊ ਆ ਜੂਗੀ ਆਪਣੇ ਕੋਲੇ 30 एक्स की वैल्यू आ गई अपने को 10 ਤਾਂ ਦੋਸਤੋ ਆਪਣੇ ਕੋਲੇ ਆ ਵੈਲਿਊ ਬਣ ਗਈ ਤਾਂ ਫਾਦਰ ਦੀ ਏਜ ਕਿੰਨੀ ਆ ਜੂਗੀ ਦੇਖੋ ਫਾਦਰ ਦੀ ਉਮਰ ਕਿੰਨੀ ਆ ਗਈ 40 ਸਾਲ ਫਾਦਰ ਦੀ ਉਮਰ ਆ ਗਈ 40 ਸਾਲ ਇੰਜੇ ਅਰਾਵਿੰਦ ਦੀ ਪੁੱਛੀ ਹੁੰਦੀ 1x ਹੈ ਤਾਂ ਅਰਾਵਿੰਦ ਦੀ ਉਮਰ ਕਿੰਨੀ ਆ ਜਾਂਦੀ 10 ਸਾਲ ਤਾਂ ਆਪਣੇ ਕੋਲੇ ਕਿਸ ਦੀ ਉਮਰ ਪੁੱਛੀ ਹੈ ਅਰਾਵਿੰਦ ਫਾਦਰ ਪ੍ਰੈਜ਼ੈਂਟ ਏਜ ਅਰਾਵਿੰਦ ਦੇ ਫਾਦਰ ਦੀ ਪ੍ਰੈਜ਼ੈਂਟ ਏਜ ਕਿੰਨੀ ਆ ਗਈ 40 ਸਾਲ ਦੀ ਉਮਰ ਆ ਗਈ ਅਰਾਵਿੰਦ ਦੇ ਫਾਦਰ ਦੀ ਪ੍ਰੈਜ਼ੈਂਟ ਉਮਰ ਹੈ 40 ਸਾਲ